ਅਸੀਂ ਅੱਜ ਦੇ ਇਸ ਪ੍ਰੋਗਰਾਮ ਦਾ ਆਗਾਜ਼ ਕਰਨ ਲੱਗੇ ਹਾਂ ਮੈਂ ਡਾਕਟਰ ਜਗਮੁਹਨ ਸੰਗਾ ਅੱਜ ਦੇ ਦਿਨ ਤੁਹਾਡਾ ਸਭ ਦਾ ਵੈਲਕਮ ਕਰਦੇ ਹਾਂ ਕੈਨੇਡੀਅਨ ਸਾਊਥ ਏਸ਼ੀਆ ਲਿਟਰੇਰੀ ਫੈਸਟੀਵਲ 2023 ਦੇ ਐਸ ਪੰਜਾਬੀ ਦੇ ਕੌਨਕਲੇਵ ਵਿੱਚ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਅੱਜ ਮੇਰੇ ਨਾਲ ਨਾ ਕਿ ਸਿਰਫ ਇੱਕ ਬਹੁਤ ਅੱਛੀ ਆਗਸਟ ਆਡੀਅנס ਹੈਗੀ ਹੈ ਇੰਟੈਲੈਕਚੁਅਲਸ ਹੀ ਬਲਕਿ ਮੇਰੇ ਨਾਲ ਤਿੰਨ ਬਹੁਤ ਹੀ ਸੁਲਝੇ ਹੋਏ ਪੰਜਾਬੀ ਦੇ ਲੇਖਕ ਨੇ ਜਿਨ੍ਹਾਂ ਨਾਲ ਅੱਜ ਗੁਫ਼ਤਗੂ ਹੋਏਗੀ ਕੁਝ ਇਹਨਾਂ ਬਾਰੇ ਪਤਾ ਚੱਲੇਗਾ ਔਰ ਕੁਝ ਪੰਜਾਬੀ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਾਂ ਪੰਜਾਬੀ ਨੂੰ ਪ੍ਰੋਤਸਾਹਨ ਕੀਤਾ ਜਾ ਰਿਹਾ ਹੈ ਜਾਂ ਹੋਰ ਪੰਜਾਬੀ ਦੇ ਜਿਹੜੇ ਮੁੱਦੇ ਨੇ ਅਸੀਂ ਉਹਨਾਂ ਤੇ ਕੁਝ ਇੱਕ ਗੱਲਾਂ ਕਰਾਂਗੇ ਜਨਰਲ ਗੱਲਾਂ ਵੀ ਹੋਣਗੀਆਂ ਸਪੈਸੀਫਿਕ ਗੱਲਾਂ ਵੀ ਹੋਣਗੀਆਂ ਔਰ ਕੁਝ ਇੱਕ ਇਹਨਾਂ ਤਿੰਨ ਰਾਈਟਰਸ ਨੂੰ ਜਾਣਨ ਦਾ ਆਪਾਂ ਨੂੰ ਮੌਕਾ ਵੀ ਮਿਲੇਗਾ ਮੈਂ ਇੱਕ ਮੁਖਸਰ ਜਿਹੀ ਇੰਟਰੋਡਕਸ਼ਨ ਇਹਨਾਂ ਦੀ ਦਿੰਦਾ ਜਾਵਾਂ ਮਖਸਰ ਮੈਂ ਅਸਲੀ kia ਹੈਗਾ ਹੈ ਕਿ ਅਗਰ ਇਹਨਾਂ ਦੀ ਇੰਟਰੋਡਕਸ਼ਨ ਤਵੀਲ ਤਰੀਕੇ ਨਾਲ ਮੈਂ ਕਰਵਾਣ ਲੱਗਾ ਤੇ ਜਿਹੜਾ ਆਪਣਾ 1 ਘੰਟੇ ਦਾ ਅਗਲਾ ਸੈਸ਼ਨ ਹੈਗਾ ਉਹ ਇਹਨਾਂ ਦੀ ਇੰਟਰੋਡਕਸ਼ਨ ਦੇ ਵਿੱਚ ਹੀ ਗੁਜ਼ਰ ਜਾਏਗਾ ਇਸ ਕਰਕੇ ਮੈਂ ਇਹਨਾਂ ਦੀ ਬਿਲਕੁਲ ਬਰੀਫ ਇੰਟਰੋਡਕਸ਼ਨ ਦਵਾਉਂਗਾ ਕਿਉਂਕਿ ਇਹ ਤੇ ਨੋ ਬਡੇ ਅਕੰਪਲਿਸ਼ਡ ਰਾਈਟਰਸ ਨੇ ਮੇਰਾ ਖਿਆਲ ਮੈਂ ਦੂਸਰੇ ਸਿਰੇ ਤੋਂ ਸ਼ੁਰੂ ਕਰਦਾ ਹਾਂ surjit hunna ਕੋਲੋਂ surjit kaur hunne hi ਇੱਕ ਬੜੇ ਅੱਛੇ ਰਾਈਟਰ ਨੇ ਇਹ ਪੇਸ਼ੇ ਦੇ ਤੌਰ ਤੇ ਇੱਕ ਉਹਦਾ ਹੀ ਦੇ ਖੇਤਰ ਨਾਲ ਜੁੜੇ ਹੋਏ ਸਨ ਪੜ੍ਹਾਉਂਦੇ ਰਹੇ ਨੇ ਉਹਨੇ THAILAND ਚ ਪੜਾਇਆ INDIA ਚ ਪੜਾਇਆ ਔਰ USA ਚ ਪੜ੍ਹਾਉਂਦੇ ਰਹੇ ਨੇ ਔਰ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ ਮੇਰੇ ਖਿਆਲ ਇਹਨਾਂ ਨੇ ਚਾਰ ਪੋਇਟਰੀ ਦੀਆਂ ਕਹਾਣੀਆਂ ਲਿਖੀਆਂ ਨੇ ਇੱਕ ਕਹਾਣੀਆਂ ਦੀ ਕਿਤਾਬ ਲਿਖੀਏ ਪੋਇਟਰੀ ਦੀਆਂ ਚਾਰ ਕਿਤਾਬਾਂ ਔਰ ਪੋਇਟ ਸਟੋਰੀਜ਼ ਦੀ ਇੱਕ ਕਿਤਾਬ ਔਰ ਬਹੁਤ ਸਾਰੀਆਂ ਕਿਤਾਬਾਂ ਇਹਨਾਂ ਨੇ ਐਡਿਟ ਵੀ ਕੀਤੀਆਂ ਨੇ ਇਨਾਂ ਨੇ ਵਿਮਨ ਸੈਂਟ੍ਰਿਕ ਕੰਮ ਕਾਫੀ ਕੀਤਾ ਹੈਗਾ ਇੱਕ ਕੁੰਜਾ ਕਰਕੇ ਇਹਨਾਂ ਨੇ ਬੁੱਕ ਐਡਿਟ ਕੀਤੀ ਸੀ ਜਿਹਦੇ ਵਿੱਚ ਕਿ 57 ਫੀਮੇਲ ਪੋਇਟਸ ਜਿਹੜੇ ਸਨ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਹੁਣੇ-ਹੁਣੇ ਸੁਰਜੀਤ ਜੀ ਦੀ ਇੱਕ ਕਿਤਾਬ ਆਈ ਸੀ ਲਵੰਡਰ ਇਹ ਐਂਥਲੋਜੀ ਸੀ ਕੈਨੇਡੀਅਨ ਪੋਇਟਰੀ ਦੀ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਪੋਇਟਸ ਸਨ ਉਹਨਾਂ ਦੀਆਂ ਕਵਤਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਇਸ ਤੋਂ ਇਲਾਵਾ ਤੁਸੀਂ ਬਹੁਤ ਸਾਰੇ ਲੋਕ ਇਹਨਾਂ ਨੂੰ ਜਾਣਦੇ ਵੀ ਹੋ ਹੋਏਗੇ ਅ ਹਮੇਸ਼ਾ ਹੀ ਇੱਕ ਜਿਹੜਾ ਐਥੇ ਸਾਡਾ ਲਿਟਰਰੀ ਸੋਸਾਇਟੀ ਸਰਕਲ ਹੈਗਾ ਉਹਦੇ ਵਿੱਚ ਸ਼ਾਮਿਲ ਰਹਿੰਦੇ ਨੇ ਔਰ ਬਹੁਤ ਸਾਰੇ ਅਵਾਰਡਸ ਵੀ ਮਿਲੇ ਨੇ ਮੈਂ ਅਵਾਰਡਸ ਦਾ ਫਿਰ ਵੀ ਜ਼ਿਕਰ ਨਹੀਂ ਕਰ ਰਿਹਾ ਇਹਨਾਂ ਸਬਦਾਂ ਕਿਉਂਕਿ ਇਹਨਾਂ ਨੂੰ ਸਭ ਨੂੰ ਐਨੇ ਅਵਾਰਡਸ ਮਿਲੇ ਨੇ ਔਰ ਮੈਂ ਇੱਕ ਇੱਕ ਜ਼ਿਕਰ ਕਰਨ ਲੱਗਾ ਤੇ ਬਹੁਤ ਟਾਈਮ ਲੱਗ ਜਾਏਗਾ ਸੁਜੀਤ ਜੀ ਵੈਲਕਮ ਅ ਅਗੇ ਫਿਲਮ ਪਾਸ਼ਾ ਸਾਹਿਬ ਬੈਠੇ ਨੇ ਸਲੀਮ ਪਾਸ਼ਾ ਸਾਹਿਬ ਇੱਕ ਲੇਖਕ ਤੇ ਹੈ ਨਹੀਂ ਔਰ ਨਾਲ ਨਾਲ ਮੈਨੂੰ ਪਤਾ ਚੱਲਿਆ ਹੈ ਕਿ ਬਹੁਤ ਅچھے ਚਿੱਤਰਕਾਰ ਵੀ ਨੇ ਸਲੀਮ ਪਾਸ਼ਾ ਸਾਹਿਬ ਨੇ ਚਾਰ ਪੰਜ ਕਿਤਾਬਾਂ ਲਿਖੀਆਂ ਨੇ ਇਹਨਾਂ ਚਾਰ ਪੰਜ ਕਿਤਾਬਾਂ ਦੇ ਵਿੱਚ ਦੋ ਸ਼ਾਇਰੀ ਦੀਆਂ ਕਿਤਾਬਾਂ ਸਨ ਔਰ ਦੋ ਵਾਰਤਕ ਸਨ ਅਸੀਂ ਉਹਨਾਂ ਦੀਆਂ ਵੀ ਗੱਲਾਂ ਕਰਾਂਗੇ ਤੁਹਾਡੇ ਨਾਲ ਮੇਰੇ ਖਿਆਲ ਲੇ ਕਿ ਇਹਨਾਂ ਨੇ ਕੈਨੇਡਾ ਦਾ ਸਫਰਨਾਮਾ ਲਿਖਿਆ ਸੀ ਔਰ ਇੱਕ ਹੋਰ ਬੜਾ ਅੱਛਾ ਟੌਪਿਕ ਜਿਹੜਾ ਮੇਰੇ ਮੈਨੂੰ ਬੜਾ ਸਟ੍ਰਾਈਕ ਕੀਤਾ ਨਿਆਗਰਾ ਦੇ ਦੇਸ਼ ਵਿੱਚ ਇਨਾਂ ਨੇ ਇੱਕ ਪ੍ਰਮਣ ਲਿਖਿਆ ਸੀ ਆਪਣਾ ਜਦੋਂ ਇਹ ਪਹਿਲਾਂ ਸ਼ੁਰੂ ਦੇ ਵਿੱਚ ਕੈਨੇਡਾ ਵਿੱਚ ਆਏ ਸਨ। ਅ ਇਨਾਂ ਦੀਆਂ ਕੁਝ ਇੱਕ ਨਜ਼ਮਾਂ ਇੰਡੀਆ ਔਰ ਪਾਕਿਸਤਾਨੀਆ ਯੂਨੀਵਰਸਿਟੀਆਂ ਦੇ ਵਿੱਚ ਵੀ ਸਿਲੇਬਸ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਨੇ ਔਰ ਕੁਝ ਇੱਕ ਅਵਾਰਡਸ ਵੀ ਮਿਲੇ ਨੇ। ਵੈਲਕਮ ਅਸਲੀਮ ਪਾਸ਼ਾ ਸਾਹਿਬ। ਸ਼ੁਕਰੀਆ। ਅ ਮੇਰੇ ਨਾਲ ਬੈਠੇ ਨੇ ਨਿਰਮਲ ਜਸਵਾਲ ਜਸਵਾਲ ਸਾਹਿਬਾ ਬੜੇ ਅਕੰਪਲਿਸ਼ਡ ਟਰਾਈਟਰ ਨੇ ਹਿੰਦੀ ਪੰਜਾਬੀ ਅੰਗਰੇਜ਼ੀ ਤਿੰਨਾਂ ਭਾਸ਼ਾਵਾਂ ਦੇ ਵਿੱਚ ਲਿਖਦੇ ਨੇ। ਉਹ ਇਹਨਾਂ ਨੇ ਕਾਫੀ ਕਿਤਾਬਾਂ ਲਿਖਿਆ ਨੇ ਮੇਰੇ ਖਿਆਲ 17-18 ਦੇ ਕਰੀਬ ਕਿਤਾਬਾਂ ਲਿਖਿਆ ਨੇ 20-21 ਕਿਸੇ ਹੋਰ ਦੁਆਰਾ ਜਿਹੜੀਆਂ ਐਡਿਟ ਕੀਤੀਆਂ ਗਈਆਂ ਸੀ ਕਿਤਾਬਾਂ ਉਹਨਾਂ ਦੇ ਵਿੱਚ ਇਹਨਾਂ ਦੇ ਲੇਖ ਸ਼ਾਮਿਲ ਹੋਏ ਨੇ ਔਰ ਬਹੁਤ ਸਾਰੀਆਂ ਹੋਰ ਰਚਨਾਵਾਂ ਇੱਕ ਨੋਵਲਸ ਵੀ ਇਹਨਾਂ ਨੇ ਲਿਖਿਆ ਨੇ ਕਹਾਣੀਆਂ ਲਿਖਿਆ ਨੇ ਟਰੈਵਲੋਗਸ ਲਿਖੇ ਨੇ ਤੇ ਬੱਚਿਆਂ ਲਈ ਲਿਖਿਆ ਤੇ ਹੋਰ ਪਤਾ ਨਹੀਂ ਕੀ-ਕੀ ਲਿਖਿਆ ਉਹ ਅੱਗੇ ਚੱਲ ਕੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਇਹਨਾਂ ਦੀ ਇੱਕ ਲੇਟੈਸਟ ਕਿਤਾਬ ਸੀ ਰੈਡ ਵਾਈਨ ਜ਼ਿੰਦਗੀ ਇਹਨਾਂ ਦੀਆਂ ਕਿਤਾਬਾਂ ਦੇ ਨਾਮ ਵੀ ਥੋੜੇ ਜੇ ਬੜੇ ਅਨਕਨਵੈਨਸ਼ਨਲ ਹੁੰਦੇ ਨੇ ਤੇ ਇਹਨਾਂ ਦੀ ਲੇਟੈਸਟ ਇੱਕ ਨੋਵਲ ਆਈ ਸੀ ਰੈੱਡ ਵਾਈਨ ਜ਼ਿੰਦਗੀ ਅ ਅੱਗੇ ਚੱਲ ਕੇ ਸ਼ਾਇਦ ਉਹਦਾ ਵੀ ਜ਼ਿਕਰ ਹੋਏਗਾ ਪਰ ਮੈਂ ਇੱਕੋ ਗੁਜ਼ਾਰਿਸ਼ ਕਰਾਂਗਾ ਕਿ ਇੱਕ ਕਿਉਂਕਿ ਸਾਡੇ ਕੋਲ ਬੜੀ ਆਗਸਟ ਇੰਟਲੈਕਚੁਅਲ ਆਡੀਅנס ਬੈਠੀ ਹੈ ਅ ਅਸੀਂ ਬਹੁਤ ਜ਼ਿਆਦਾ ਆਟੋ ਬਾਇਓਗ੍ਰਾਫੀਕਲ ਗੱਲਾਂ ਨਹੀਂ ਕਰਾਂਗੇ ਅਸੀਂ ਜਨਰਲ ਪੰਜਾਬੀ ਬਾਰੇ ਗੱਲਾਂ ਕਰਾਂਗੇ ਆਪਾਂ ਛੋਟੀਆਂ-ਛੋਟੀਆਂ ਗੱਲਾਂ ਤੋਂ ਸ਼ੁਰੂ ਕਰਾਂਗੇ ਔਰ ਅੱਗੇ ਚੱਲ ਕੇ ਜਿਹੜੀਆਂ ਪੰਜਾਬੀ ਭਾਸ਼ਾਵਾਂ ਨਾਲ ਪੇਚੀਦਗੀਆਂ ਨੇ ਬਵਸਤਾ ਅੱਜ ਦੇ ਦਿਨ ਤੇ ਉਹਨਾਂ ਦੀਆਂ ਗੱਲਾਂ ਕਰਦੇ ਚੱਲਾਂਗੇ ਅ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤਿੰਨਾਂ ਨੂੰ ਇੱਕ ਇੱਕ ਕਰਕੇ ਪੁੱਛਣਾ ਚਾਹਾਂਗਾ ਕਿ ਤੁਹਾਡੀ ਆਪਣੇ ਜਨਰਾ ਬਾਰੇ ਦੱਸੋ ਤੁਸੀਂ ਸ਼ੈਲੀ ਜਿਹੜੀ ਚ ਲਿਖਦੇ ਹੋ ਉਹ ਕਿਹੜੀ ਸ਼ੈਲੀ ਚ ਲਿਖਦੇ ਹੋ ਜਨਰਾ ਕੀ ਹੈ ਤੁਹਾਡਾ ਔਰ ਤੁਸੀਂ ਉਹਨੂੰ ਕਿਉਂ ਅਪਣਾਇਆ ਸੁਰਜੀਤ ਜੀ ਮੈਂ ਤੁਹਾਡੇ ਤੋਂ ਸ਼ੁਰੂ ਕਰਦਾ ਹਾਂ ਹਾਂਜੀ ਥੈਂਕ ਯੂ ਜਗਮਨ ਜੀ ਸਵਾਲ ਪੁੱਛਣ ਦੇ ਲਈ ਬੇਸਿਕਲੀ ਮੈਂ ਕਵਿਤਾ ਲਿਖਦੀ ਹਾਂ ਪਰ ਕਿਉਂਕਿ ਜਿਹੜੀ ਵੀ ਰਚਨਾ ਕਈ ਵਾਰੀ ਉਹ ਕਵਿਤਾ ਤੋਂ ਬਾਰੀ ਹੁੰਦੀ ਹੈ ਕਵਿਤਾ ਦੇ ਵਿੱਚ ਉਹਨੂੰ ਕਿਹਾ ਨਹੀਂ ਜਾ ਸਕਦਾ ਤੇ ਉਹਦੇ ਲਈ ਫਿਰ ਕਹਾਣੀ ਲਿਖਣੀ ਪੈਂਦੀ ਹੈ ਤੇ ਵਾਰਤਕ ਲਿਖਣੀ ਪੈਂਦੀ ਹੈ ਤੋਂ ਮੇਨਲੀ ਮੈਂ ਕਵਿਤਾ ਜ਼ਿਆਦਾ ਲਿਖੀ ਹੈ ਲੇਕਿਨ ਬਾਕੀ ਵੀ ਜਿਹੜੀ ਕਹਾਣੀਆਂ ਦੀ ਕਿਤਾਬ ਹੈ ਉਹਦੇ ਵਿੱਚ ਮੈਂ ਕੈਨੇਡਾ ਦਾ ਸਾਰਾ ਜਿੰਨਾ ਵੀ ਇੱਥੇ ਦਾ ਸਰੋਕਾਰ ਨੇ ਜੀ ਉਹਨਾਂ ਬਾਰੇ ਮੈਂ ਗੱਲ ਕੀਤੀ ਹੈਗੀ ਐ ਸੋ ਜਿਵੇਂ ਵੀ ਜਿਹੜੀ ਵੀ ਰਚਨਾ ਆਉਂਦੀ ਹੈ ਮੈਂ ਉਹਨੂੰ ਉਸ ਤਰ੍ਹਾਂ ਲਿਖ ਦਿੰਦੀ ਆ ਸ਼ੁਕਰੀਆ ਹਾਂਜੀ ਫਲੀਮ ਪਾਸ਼ਾ ਸਾਹਿਬ ਜੀ ਹੈਲੋ ਜੀ ਮੇਰੇ ਲਿਖਣ ਦਾ ਸ਼ੁਕਰੀਆ ਜੀ ਤੁਹਾਡਾ ਪਹਿਲੇ ਤੋਂ ਤੁਸੀਂ ਮੈਨੂੰ ਮੌਕਾ ਦਿੱਤਾ ਤੇ ਲਿਖਣ ਦਾ ਜਿਹੜਾ سلسلہ ਹੈ ਇਹ ਬਹੁਤ ਪਹਿਲੇ ਵਾਂ ਸ਼ੁਰੂ ਕੀਤਾ ਸੀ ਕਾਲੀ ਲਾਈਫ ਦੇ ਵਿੱਚ ਤੇ ਮੰਨ ਨਹੀਂ ਪਤਾ ਕਿ ਮੈਂ ਕਿਉਂ ਲਿਖਦਾ ਵਾਂ ਲੇਕਿਨ ਜਦ ਮੈਂ ਲਿਖ ਲੈਂਦਾ ਵਾਂ ਉਦੋਂ ਮੈਨੂੰ ਜਿਹੜਾ ਨਾ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਵੇ ਔਰ ਮੈਂ ਉਹਨੂੰ ਫਿਰ ਮਹਿਫੂਜ਼ ਕਰ ਲੈਂਦਾ ਵਾਂ ਲਿਖ ਕੇ ਫਿਰ ਆਵਾਮ ਤੱਕ ਰਚਾ ਦਿੰਦਾ ਵਾਂ ਅਗੂ ਉਹਨਾਂ ਨੂੰ ਪਸੰਦ ਆਵੇ ਜਾਂ ਨਾ ਆਵੇ ਲੇਕਿਨ ਇਹ ਕਿ ਮੇਰੇ ਦਿਲ ਦਾ ਤਸੱਸ ਹੋ ਜਾਂਦਾ ਉਹਦੇ ਨਾਲ ਕਿ ਮੈਂ ਲਿਖਦਾ ਵਾਂ ਬਸ ਮਿਹਰਬਾਨੀ ਸ਼ੁਕਰੀਆ ਨਿਰਮਲ ਜਸਵਾਲ ਸਾਹਿਬਾ ਹਾਂਜੀ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮਤੀ ਗੁੱਡ ਮਾਰਨਿੰਗ ਮੇਰੇ ਕੋਲ ਗੁੱਡ ਮਾਰਨਿੰਗ ਹੈ ਮੇਰਾ ਆਪਣੇ ਸੰਗਤ ਸਾਹਿਬ ਨੇ ਥੋੜਾ ਜਿਹਾ ਤਾਲੁਕ ਕਰਾਇਆ ਹੈ ਉਹ ਜ਼ਿਆਦਾ ਹੀ ਹੈ ਐਕਚੁਅਲੀ ਜ਼ਿਆਦਾ ਫੈਲਾ ਕਰਕੇ ਦੱਸਦਾ ਕਿ ਮੈਂ ਆ ਕੁਝ ਕਰਦੀ ਆ ਵੈਸੇ ਕਰਦੀ ਆ ਕਿਉਂਕਿ ਮੈਂ ਥੋੜੀ ਜੀ ਅੰਦਰੋਂ ਉਦਵਲਿਤ ਹੁੰਨੀ ਅੰਦਰੋਂ ਮੈਂ ਜਿੱਦਾਂ ਨਾ ਅਚਵੀ ਜੀ ਮੱਚੀ ਹੁੰਦੀ ਹੈ ਕਿ ਆ ਵੀ ਕਰਨਾ ਤੇ ਇਹ ਵੀ ਕਰਨਾ ਸਭ ਕੁਝ ਕਰਨਾ ਚਾਹੁੰਦੀ ਆ ਤੇ ਕਿੱਤਾ ਵੀ ਹੈ ਤੇ ਮੇਰਾ ਜਿਹੜਾ ਇਹਨਾਂ ਨੇ ਕੁਐਸਚਨ ਕੀਤਾ ਹੈ ਕਿ ਤੁਸੀਂ ਕਿਦਾਂ ਮੇਰਾ ਵਸੇ ਬੇਸਿਕਲੀ ਮੈਂ ਕਹਾਣੀਕਾਰ ਦੇ ਤੌਰ ਤੇ ਹੀ ਜਾਣੀ ਜਾਂਦੀ ਆ ਪੰਜਾਬ ਚ ਤੇ ਹੁਣ ਥੋੜਾ ਜਿਵੇਂ ਬਾਹਰ ਵੀ ਆਪਣੇ ਖੰਮ ਫਲਾਏ ਹੋਏ ਨੇ ਤੇ ਅੱਧਰ ਵੀ ਮੈਨੂੰ ਕਹਾਣੀਕਾਰ ਤੇ ਨੋਵਲਿਸਟ ਜਿਹੜਾ ਇਹਨਾਂ ਨੇ ਗੱਲ ਕੀਤੀ ਹੈ ਕਿ ਰੈਡ ਵਾਈਨ ਜ਼ਿੰਦਗੀ ਆਈ ਹੈ ਅੱਛਾ ਤੁਸੀਂ ਹੈਰਾਨ ਹੋਗੇ ਕਿ ਮੈਂ ਪੰਜਾਬੀ ਚ ਲਿਖਦੀ ਆ ਇਹ ਪੰਜਾਬੀ ਚ ਹੀ ਮੈਨੂੰ ਜ਼ਿਆਦਾ ਕਹਾਣੀਕਾਰ ਦੇ ਤੌਰ ਤੇ ਲਿੱਤਾ ਗਿਆ ਪਰ ਮੇਰਾ ਬੇਸਿਕ ਜਿਹੜੀ ਹੈ ਮੈਂ ਪੀਐਸਡੀ ਜਿਹੜੀ ਹਿੰਦੀ ਚ ਕੀਤੀ ਆ ਪਰ ਕਿਉਂਕਿ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਤੇ ਪੰਜਾਬੀ ਹੀ ਹਾਂ ਤੇ ਪੰਜਾਬੀ ਨੂੰ ਆਪਣਾ ਪ੍ਰਫੁੱਲਿਤ ਕਰਨ ਲਈ ਪੰਜਾਬੀ ਨੂੰ ਅਗਾਹ ਪਛਾਨ ਲਈ ਮੈਂ ਸਰਦ ਪਹਿਲਾਂ ਇੱਕ ਚੁੱਪ ਜਿਹੀ ਕੁੜੀ ਜਿਹੜੀ ਕਹਾਣੀ ਸਿੰਗਰਾ ਦਿੱਤਾ ਸੀਗਾ ਆਪਣੇ ਪੰਜਾਬ ਦੇ ਨਾਂ ਤੇ ਉਹਨੂੰ ਸਮਰਪਿਤ ਕੀਤਾ ਸੀ ਤੇ ਪੰਜਾਬੀ ਵਿੱਚ ਕਵਿਤਾਵਾਂ ਲਿਖੀ ਹੈ ਕਵਿਤਾ ਮੇਰੀ ਪੰਜਾਬੀ ਵਿੱਚ ਕਿਤਾਬ ਛਪ ਰਹੀ ਹੈ ਛਪੀ ਨਹੀਂ ਹੈ ਪਰ ਹਿੰਦੀ ਵਿੱਚ ਮੇਰੀ ਆਈ ਹੈ ਬਾਕੀ ਬੇਸਿਕਲੀ ਮੈਂ ਕਹਾਣੀਆਂ ਮੋਸਟ ਲਿਖੀ ਹੈ ਤੇ ਕਹਾਣੀਆਂ ਵਿੱਚ ਵੀ ਜੋ ਵੀ ਕੁਛ ਹੈ ਮੈਂ ਮੈਂ ਕਰਕੇ ਹੀ ਸੰਬੋਧਨ ਕੀਤਾ ਹੈ ਥੈਂਕ ਯੂ ਬਹੁਤ ਖੂਬ ਅ ਫਲੀਮ ਪਾਸ਼ਾ ਸਾਹਿਬ ਨੇ ਹੁਣੇ ਕਿਹਾ ਕਿ ਮੈਨੂੰ ਨਹੀਂ ਪਤਾ ਮੈਂ ਕਿਉਂ ਲਿਖਦਾ ਹਾਂ ਮੇਰਾ ਖਿਆਲ ਐਸੇ ਤੋਂ ਆਪਾਂ ਥੋੜੀ ਗੱਗੇ ਗੱਲ ਵਧਾ ਲੈਣੇ ਹੈਗੇ ਆ ਫਲੀਮ ਪਾਸ਼ਾ ਸਾਹਿਬ ਬਹੁਤ ਸਾਰੇ ਲੇਖਕ ਨੇ ਉਹਨਾਂ ਨੂੰ ਨਹੀਂ ਪਤਾ ਉਹ ਕਿਉਂ ਲਿਖਦੇ ਨੇ ਪਰ ਉਹ ਬਹੁਤ ਅੱਛਾ ਲਿਖਦੇ ਨੇ ਮੇਰਾ ਕੁਐਸਚਨ ਵੀ ਇਹੀ ਹੈਗਾ ਬੇਸਿਕਲੀ ਅਗਰ ਤੁਸੀਂ ਇਨਟਰੋਸਪੈਕਸ਼ਨ ਕਰੋ ਮੇਰੇ ਖਿਆਲ ਮੈਂ surjit ji ਤੋਂ ਇਹ ਕੁਐਸਚਨ ਪੁੱਛਾਂਗਾ ਸਭ ਤੋਂ ਪਹਿਲਾਂ ਕਿ surjit ji ਤੁਸੀਂ ਕਿਉਂ ਲਿਖਦੇ ਹੋ ਤੁਹਾਡਾ ਮਨੋਰਥ ਕੀ ਹੈ ਮੋਟਿਵ ਕੀ ਹੈ ਤੁਹਾਨੂੰ ਤੁਸੀਂ ਕਿਉਂ ਲਿਖਦੇ ਹੋ ਹਾਂਜੀ ਜਗਮਉਨ ਜੀ ਬਹੁਤੇ ਇਹ ਵੈਸੇ ਸਵਾਲ ਅਕਸਰ ਰਾਈਟਰਸ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿਉਂ ਲਿਖਦੇ ਹੋ ਮੇਨਲੀ ਤੇ ਸੈਲਫ ਐਕਸਪ੍ਰੈਸ਼ਨ ਹੀ ਹੁੰਦਾ ਹੈਗਾ ਲੇਕਿਨ ਮੇਰਾ ਜਿਹੜਾ ਲਿਖਣ ਦਾ ਸਫਰ ਸੀ ਉਹ ਬੜੇ ਅਚੰਬੇ ਅਚੰਭਿਕ ਤਰੀਕੇ ਨਾਲ ਸ਼ੁਰੂ ਹੋਇਆ ਜਦੋਂ ਮੈਂ ਕਾਲਜ ਹਲੇ ਬੀਏ ਪਾਰਟ 1 ਵਿੱਚ ਹੀ ਪੜ੍ਹਦੀ ਸੀ ਤੇ ਪ੍ਰੋਫੈਸਰਜ਼ ਨੇ ਕਹਿਣਾ ਸ਼ੁਰੂ ਕੀਤਾ ਕਿ ਮੈਗਜ਼ੀਨ ਦੇ ਲਈ ਲਿਖੋ ਮੈਂ ਕੋਈ ਜਾਣ ਕੇ ਮੈਨੂੰ ਲਿਖਣਾ ਨਹੀਂ ਸੀ ਆਉਂਦਾ ਹੈਗਾ ਤੇ ਉਹ ਕਹਿਣ ਤੇ ਮੈਂ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ ਲੇਕਿਨ ਉਸ ਤੋਂ ਬਾਅਦ ਸੈਲਫ ਐਕਸਪ੍ਰੈਸ਼ਨ ਜਿਹੜੀ ਹੈ ਉਹਦੇ ਲਈ ਮੈਂ ਜ਼ਿਆਦਾ ਲਿਖਦੀ ਹਾਂ ਕਿਉਂਕਿ ਅਸੀਂ ਜੋ ਦੇਖਦੇ ਹਾਂ ਸਮਾਜ ਦੇ ਵਿੱਚ ਉਸ ਨੂੰ ਮਹਿਸੂਸ ਕਰਦੇ ਹਾਂ ਤੇ ਉਸ ਤੋਂ ਬਾਅਦ ਉਸ ਨੂੰ ਸਾਰਿਆਂ ਨਾਲ ਸਾਂਝਾ ਕਰਦੇ ਹਾਂ ਤੇ ਇਹ ਮੇਰਾ خیال ਹੈ ਕਿ ਅਸੀਂ ਲਿਖਦਾ ਹੀ ਕਰ ਰਹੇ ਹਾਂ ਔਰ ਮੈਨੂੰ ਜ਼ਿਆਦਾ ਇਹ ਹੁੰਦਾ ਹੈ ਕਿ ਇਕੱਲੀ ਮੈਂ ਆਪਣੇ ਆਪ ਨੂੰ ਹੀ ਪ੍ਰੋਜੈਕਟ ਨਾ ਕਰਾਂ ਜਿਹੜੀਆਂ ਮੈਂ ਕਿਤਾਬਾਂ ਐਡਿਟ ਕੀਤੀਆਂ ਨੇ ਮੈਨੂੰ ਇਹ ਬੜਾ ਚੰਗਾ ਲੱਗਦਾ ਹੈ ਕਿ ਮੈਂ ਆਪਣੀ ਕੈਨੇਡਾ ਦੀ ਜਿਹੜੀ ਪੋਇਟਰੀ ਹੈ ਉੱਤੇ ਕਹਾਣੀਆਂ ਨੇ ਉਹਨਾਂ ਨੂੰ ਵੀ ਲੋਕਾਂ ਨਾਲ ਸ਼ੇਅਰ ਕਰਾਂ ਸੋ ਇਹ ਮੇਰਾ ਮਕਸਦ ਹੁੰਦਾ ਲਿਖੰਦਾ ਹਾਂ ਜੀ ਫ਼ਸਲਿਮ ਪਸ਼ਾ ਸਾਹਿਬ ਅਗਰ ਤੁਹਾਨੂੰ ਪਿਛਲੇ ਅੱਧੇ 1 ਮਿੰਟ ਦੇ ਵਿੱਚ ਅਹਿਸਾਸ ਹੋ ਗਿਆ ਹੋਵੇ ਕਿ ਤੁਸੀਂ ਕਿਉਂ ਲਿਖਦੇ ਹੋ ਤੁਸੀਂ ਐਡ ਕਰ ਸਕਦੇ ਹੋ ਨਹੀਂ ਤੇ ਫਿਰ ਮੈਂ ਜਸਤਪਨੀ ਜਸਵਾਲ ਨੂੰ ਪੁੱਛਾਂਗਾ ਮੈਂ ਤਾਂ ਜੀ ਮੈਂ ਤਾਂ ਜਵਾਬ ਲੱਭ ਲਿਆ ਜੀ ਉਹ ਹੈ ਕਿ ਮੈਂ ਜਦੋਂ ਬਚਪਨ ਦੇ ਵਿੱਚ ਦੇਖਦਾ ਹਕ ਮੇਰੀ والدہ ਜਿਹੜੇ ਉਹ ਕੁਰਾਨੇ ਮਜੀਦ ਪੜ੍ਹਦੇ ਨੇ ਤੇ ਉਹਦੇ ਵਿੱਚ ਉਹਨਾਂ ਨੇ ਪੰਜਾਬੀ ਦੇ ਦੋ ਤਿੰਨ ਚੀਜ਼ਾਂ ਰੱਖੀਆਂ ਹੁੰਦੀਆਂ ਸਨ ਜਿਹੜੇ ਉਹ ਉਹ ਵੀ ਨਾਲ ਪੜ੍ਹਦੇ ਤਾਂ ਉਹਦੇ 'ਚ ਇੱਕ ਪੱਕੀ ਰੋਟੀ ਸੀ ਇੱਕ ਵਸਾਲ ਦਾਮਾ ਸੀ ਹੂੰ ਤੇ ਉਹ ਕਦੇ-ਕਦੇ ਕੋਈ ਲਫ਼ਜ਼ ਭੁੱਲ ਜਾਂਦੇ ਹਨ ਤਾਂ ਮੇਰੇ ਕੋਲ ਪੁੱਛਦੇ ਹਨ ਤਾਂ ਮੈਂ ਪੜ੍ਹਦਾ ਹਾਂ ਤਾਂ ਮਨ ਨੂੰ ਵੀ ਉਹਦੇ ਨਾਲ ਜਿਹੜਾ ਤਾਂ ਇੱਕ ਲਟਕ ਪੈਦਾ ਹੋ ਗਈ ਕਿ ਇਹ ਜਿਹੜੀ ਹੈ ਨਾ ਚੀਜ਼ ਕੋਈ ਵਧੀਆ ਲਿਖੀ ਹੋਈ ਹੈ ਤਾਂ ਮੈਨੂੰ ਵੀ ਫਿਰ ਲਿਖਣ ਦਾ ਜਿਹੜਾ ਨਾ ਸ਼ੌਕ ਪੈਦਾ ਹੋਇਆ ਸੁਨੰਦ ਦਾ ਜ਼ਿਆਦਾ ਸ਼ੌਕ ਪੈਦਾ ਆਇਆ ਆਬ ਜਰਾ ਮੈਂ ਲੋਕ ਗੀਤ ਵਗੈਰਾ ਬਹੁਤ ਸੁੰਦਰ। ਸ਼ੁਕਰੀਆ। ਤੇ ਉਹ ਸੁਣ ਕੇ ਵੈ ਜਿਹੜਾ ਨਾ ਆਪਣੇ ਆਪ ਨੂੰ ਲਿਖਣ ਵੱਲ ਲੱਗ ਕੇ ਆਇਆ। ਤੇ ਇਹੋ ਹੀ ਮੇਰੀ ਇਨਸਪੀਰੇਸ਼ਨ ਦਾ ਸੂਰਤ ਹੈ। ਜੀ। ਅ ਨਿਰਮਲ ਜੀ ਕਿਉਂ ਲਿਖਦੇ ਹੋ? ਔਰ ਕੀ ਮੋਟਿਵ ਹੈ ਤੁਹਾਡੇ ਲਿਖਣ ਦਾ? ਕਿਉਂ ਲਿਖ ਰਹੇ? ਇਹ ਤਾਂ ਮਤਲਬ ਮੈਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਮੈਨੂੰ ਪਤਾ ਪਰ ਮੈਨੂੰ ਲੱਗਦਾ ਕਿ ਜਦੋਂ ਮੈਂ ਇਸ ਸਮਾਜ ਚ ਆਇਆ ਮੇਰਾ ਨਾ ਐਕਚੁਅਲੀ ਪਿਛੋਕਰ ਥੋੜਾ ਰਾਜਸਥਾਨੀ ਹੈ। ਤੇ ਰਾਜਸਥਾਨ ਤੁਹਾਨੂੰ ਪਤਾ ਹੈ ਕਿ ਕਿ ਉੱਥੇ ਐਜੂਕੇਸ਼ਨ ਦੇ ਮਾਮਲੇ 'ਚ ਹੁੰਦਾ ਨਹੀਂ ਪਹਿਲਾਂ ਦੀ ਗੱਲ ਦੱਸ ਰਹੀਆਂ ਕਿ ਥੋੜਾ ਜਿਹਾ ਪਿੱਛੇ ਨੇ ਕਿ ਐਜੂਕੇਸ਼ਨ ਕੁੜੀਆਂ ਨੂੰ ਐਟ ਲੀਸਟ ਨਹੀਂ ਦਿਨੇ ਤੇ ਮੈਨੂੰ ਲੱਗਦਾ ਸੀ ਕਿ ਕੁੜੀਆਂ ਨੂੰ ਐਜੂਕੇਸ਼ਨ ਨਹੀਂ ਦਿਨੇ ਕਿ ਮਤਲਬ ਉਹਨੇ ਦਿਮਾਗ ਨਹੀਂ ਖੋਲਨੇ ਉਹਨਾਂ ਦੇ ਜਿਹੜਾ ਅੰਦਰਲਾ ਦਰਦ ਹੈ ਉਹ ਬਿਆਨ ਨਹੀਂ ਕਰਨਾ ਤੇ ਕੌਣ ਕਰੇਗਾ ਬਿਆਨ ਬਿਆਨ ਕਹਿ ਕੇ ਸੁਣ ਕੇ ਜਾਂ ਜ਼ਬਰਦਸਤੀ ਫੜਫੜ ਕੇ ਨਹੀਂ ਕਹਿ ਜਾ ਸਕਦਾ ਸੀ ਫਿਰ ਮੈਂ ਲਿਖਨ ਵਾਲ ਤੁਰੇ ਥੋੜਾ ਜਿਆ ਕਿ ਮੈਂ ਮਤਲਬ ਹੈਰਾਨੀ ਨਹੀਂ ਦਿਖਾ ਲਈ ਹੈ ਕਿ ਮੈਨੂੰ 40 45 ਸਾਲ ਹੋ ਗਏ ਲਿਖਦੇ ਨੂੰ ਤੇ ਹੁਣ ਤੱਕ ਮੈਂ ਲਿਖੀ ਜਾ ਰਹੀ ਹਾਂ ਤੇ ਮੈਨੂੰ ਨਹੀਂ ਪਤਾ ਕਿ ਮੈਂ ਕਿਉਂ ਕਾਲੇ ਵਾਸਤੇ ਲਿਖੀ ਜਾ ਰਹੀ ਹਾਂ ਕਾਲੇ ਲਿਖਣਾ ਲੇਖ ਐਦਾਂ ਦੀ ਕੋਈ ਗੱਲ ਨਹੀਂ ਹੈ ਪਰ ਮੈਂ ਲਿਖਦੀ ਉਹ ਹੈ ਜਿਹੜਾ ਕਿ ਮੈਨੂੰ ਅੰਦਰੋਂ ਕਹਵੇ ਕਿ ਹਾਂ ਇਹ ਤੂੰ ਲਿਖ ਤੇ ਮੇਰੇ ਸਾਹਮਣੇ ਤਾਂ ਐਦਾਂ ਦੇ ਸਮਾਜ ਦੇ ਪਾਤਰ ਅੱਗੇ-ਅੱਗੇ ਆਉਂਦੇ ਆ ਕਿ ਮੇਰੇ ਬਾਰੇ ਵੀ ਲਿਖ ਮੇਰੇ ਬਾਰੇ ਵੀ ਲਿਖ ਤੇ ਉਹ ਮੈਂ ਲੈ ਕੇ ਲਿਖਦੀ ਹਾਂ ਉਹਨਾਂ ਦੇ ਦੁੱਖ ਦਰਦ ਨੂੰ ਮੇਰੇ ਨਾਲ ਦੀਆਂ ਜਿਹੜੇ ਸਹੇਲੀਆਂ ਸੀ ਜਾਂ ਕਿਸ ਤਰ੍ਹਾਂ ਦੇ ਉਹਨਾਂ ਦੇ ਪਰਿਵਾਰ 'ਚ ਕਿਸ ਤਰ੍ਹਾਂ ਦੇ ਮਸਲੇ ਸੀ ਉਹਨਾਂ ਨੂੰ ਵੀ ਮੈਂ ਫਲਕ 'ਤੇ ਲੈ ਕੇ ਲਿਖਦੀ ਆਂ ਕਿ ਹਾਂ ਵੀ ਇਹਦਾ ਦੁੱਖ ਇਹ ਮੇਰਾ ਦੁੱਖ ਹੈ ਐਸੇ ਕਰਕੇ ਮੈਂ ਸਲੀ ਅਪਣਾਈ ਕਿਉਂ ਮੈਂ ਲਿਖਦੀ ਆਂ ਪਰ ਮੈਂ ਹੁਣ ਮੈਂ ਕਈ ਕਹਾਣੀਆਂ ਇਦਾਂ ਦੀਆਂ ਲਿਖੀਆਂ ਐ ਕਿ ਜਿਹਦੇ 'ਚ ਕਿ ਮੈਂ ਕੋਈ ਲੈਸਬੀਅਨ ਨਜ਼ਮ ਦੀ ਹੈ ਕੋਈ ਪਰਵਰਟ ਜੀ ਹੈ ਕੋਈ ਇਸ ਤਰ੍ਹਾਂ ਦੀਆਂ ਕਹਾਣੀਆਂ ਨੇ ਪਰ ਸਮਾਜ ਨੂੰ ਲੈ ਕੇ ਉਹਨਾਂ ਦੇ ਦੁੱਖ ਦਰਦ ਨੂੰ ਉਹਨਾਂ ਦੀ ਸਮੱਸਿਆਵਾਂ ਨੂੰ ਲੈ ਕੇ ਹੀ ਲਿਖਿਆ ਹੈ ਔਰ ਮੈਂ ਬੜੇ ਅੱਛੇ ਟੰਗਨਲ ਸਮਾਜ ਨੇ ਵੀ ਜਾਂ ਜਿਨ੍ਹਾਂ ਨੇ ਆਪਣੇ ਇੰਟੈਲੈਕਚੁਅਲ ਵਰਕ ਹੈ ਯੂਨੀਵਰਸਿਟੀ ਕਾਲਜ ਉਹਨਾਂ ਨੇ ਸਵੀਕਾਰ ਕੀਤਾ ਕਿ ਹਾਂ ਇਹ ਚੀਜ਼ ਹੈ ਪਰ ਮੈਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਲਿਖਦੀਆਂ ਕਿ ਮੈਨੂੰ ਲੋਕ ਲੈ ਕੇ ਜਨਰਲ ਲੈ ਕੇ ਪਿੱਛੇ ਆਂਦੇ ਕਿ ਆਹ ਕੀ ਲਿਖਿਆ ਹੈਗਾ ਇਹ ਦਿਖਾਉਣ ਵਾਲੀ ਗੱਲ ਨਹੀਂ ਹੈ ਇਹ ਸਿਰਫ ਪਹਿਚਾਨ ਵਾਲੀ ਜਾਂ ਸਰਕਾਰ ਦੀ ਗੱਲ ਹੈ ਪਰ ਇਹਨੂੰ ਲਿਖਣਾ ਕਿਉਂ ਪਰ ਮੈਂ ਕਹਿੰਨੀ ਲਿਖ ਕੇ ਇਹ ਮੈਂ ਸ਼ੀਸ਼ਾ ਆਪਣਾ ਦਿਖਾਣਾ ਜੁੜ ਰਿਹਾ ਸਮਾਜ ਜੀ ਮੈਂ ਸਮਝ ਸਕਦਾ ਹਾਂ ਕਿ ਇੱਕ ਲੇਖਕ ਜਿਹੜਾ ਹੈ ਉਹ ਸਮਾਜ ਤੋਂ ਹੀ ਕਈ ਕੁਝ ਲੈਂਦਾ ਹੈ ਇੱਕ ਮਿੰਟ ਤੁਸੀਂ ਆਪਣਾ ਮਾਈਕ ਫੜੀ ਰੱਖੋ ਕਿਉਂਕਿ ਮੈਂ ਸਾਰੇ ਕੁਸ਼ਨ ਸੁਰਜੀਤ ਜੀ ਤੋਂ ਸ਼ੁਰੂ ਨਹੀਂ ਕਰਨਾ ਚਾਹੁੰਦਾ ਹੁਣੇ ਤੁਸੀਂ ਜੋ ਜ਼ਿਕਰ ਕੀਤਾ ਮੈਨੂੰ ਇੱਕ ਕੁਸ਼ਨ ਹੋਰ ਦੱਸੋ ਕਿ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਕਿੱਥੋਂ ਤੁਸੀਂ ਲੈਂਦੇ ਹੋ ਤੁਹਾਨੂੰ ਇਨਸਪਾਇਰ ਕੌਣ ਕਰਦਾ ਹੈ ਲਿਖਣ ਲਈ ਤੁਸੀਂ ਕੋਈ ਪਰਟਿਕੂਲਰ ਪਰਸਨ ਕਰਦਾ ਹੈ ਕੁਝ ਪਰਟਿਕੂਲਰ ਖਿਆਲ ਕਰਦਾ ਹੈ ਤੁਸੀਂ ਆਪਣੇ ਆਪ ਨੂੰ ਪ੍ਰੋਸਾਹਨ ਕਰਦੇ ਹੋ ਜਾਂ ਕੋਈ ਹੋਰ ਤੁਹਾਨੂੰ ਕੌਣ ਇਨਸਪਾਇਰ ਕਰਦਾ ਹੈ ਕੌਣ ਪ੍ਰੋਸਾਹਨਾ ਦਿੰਦਾ ਹੈ ਕੌਣ ਪ੍ਰੇਰਨਾ ਦਿੰਦਾ ਹੈ ਤੁਹਾਨੂੰ ਤੁਹਾਡੀ ਇਹ ਗੱਲ ਸੁਣ ਕੇ ਮੈਨੂੰ ਇੱਕਦਮ ਪ੍ਰੇਮ ਪ੍ਰਕਾਸ਼ ਜਿਹੜੇ ਅੱਜ ਵੀ ਉਹਨਾਂ ਨੂੰ 92 ইয়ার্স 올ਡ ਹੋ ਗਏ ਨੇ ਲਕੀਰ ਚਲਾਂਦੇ ਸੀ ਤੇ ਮੈਨੂੰ ਇੱਕਦਮ ਯਾਦ ਆ ਗਿਆ ਕੋਮ ਨੂੰ ਕਿਉਂਕਿ ਮੈਂ ਬਹੁਤ ਸ਼ਾਇਦ ਹੀ ਸੀ ਕਿ ਮੈਨੂੰ ਮੈਨੂੰ ਲੱਗਦਾ ਕਿ ਮੈਂ ਨਾ ਐਕਸਪ੍ਰੈਸ ਨਹੀਂ ਕਰ ਸਕਦੀ ਅੱਜ ਵੀ ਮੰਚ ਜਿਹੜਾ ਮੈਲੇ ਕੋਈ ਵੀ ਮੰਚ ਮਿਲਦਾ ਮੈਨੂੰ ਲੱਗਦਾ ਮੈਂ ਬੋਲ ਨਹੀਂ ਸਕਦੀ ਪਰ ਬੋਲਣਾ ਮਜਬੂਰੀ ਹੋ ਜਾਂਦੀ ਹੈ ਕਿ ਮੈਂ ਇਹ ਵੀ ਨਹੀਂ ਚਾਹੁੰਨਾ ਚਾਹੁੰਦੀ ਕਿ ਮੈਂ ਤੁਸੀਂ ਅੱਛਾ ਬੋਲ ਰਹੇ ਹੋ ਕਿ ਇਸ ਤਰ੍ਹਾਂ ਹੈ ਤੇ ਪ੍ਰੇਮ ਪ੍ਰਕਾਸ਼ ਕਹਿੰਦੇ ਸੀ ਕਿ ਨਿਰਮਲ ਤੂੰ ਨਹੀਂ ਲਿਖਦੀ ਇਹ ਤੇਰੇ ਚ ਨਾ ਕੋਈ ਉਹ ਮਾਰੀਆ ਮਾਰੀਆ ਉਹਨਾਂ ਦੀ ਇੱਕ ਫਰੈਂਡ ਸੀ ਇੰਗਲੈਂਡ ਲਿੰਡਾ ਕਹਿੰਦੇ ਉਹ ਤਾਂ ਨਹੀਂ ਲਿਖਵਾਉਂਦੀ ਆ ਕੇ ਮੈਂ ਕਿਹਾ ਪਤਾ ਨਹੀਂ ਕੌਣ ਹੈ ਮੇਰੇ ਅੰਦਰ ਪਰ ਲੱਗਦਾ ਹੈ ਕਿ ਜਦੋਂ ਕੋਈ ਵੀ ਪਾਤਰ ਹੁੰਦਾ ਹੈ ਅੰਦਰ ਉਹ ਤੁਹਾਡਾ ਹੱਥ ਫੜ ਕੇ ਲਿਖਵਾਉਂਦਾ ਮੈਂ ਹੁਣੇ ਦੱਸ ਰਹੀ ਹਾਂ ਕਿ ਮੇਰੇ ਅੱਗੇ ਜਿਹੜੇ ਪਾਤਰ ਜਿਹੜੇ ਹੁੰਦੇ ਆਪਣੇ ਸਮਾਜ ਦੇ ਦੁਨੀਆ ਦੇ ਔਰ ਮੈਂ ਨਾ ਇੰਨੀ ਯਾਤਰਾਵਾਂ ਕੀਤੀਆਂ ਇੰਨਾ ਮੇਰੇ ਕੋਲ ਐਕਸਪੀਰੀਅੰਸ ਹੈਗਾ ਮੈਨੂੰ ਲੱਗਦਾ ਕਿ ਇਹ ਐਕਸਪੀਰੀਅੰਸ ਮੈਂ ਫਟਾਫਟ ਲੋਕਾਂ ਨੂੰ ਦੱਸਦਾ ਕਿ ਮੈਂ ਕਿਸ ਤਰ੍ਹਾਂ ਮਹਿਸੂਸ ਕੀਤਾ ਹੈ ਤੇ ਜਿਹੜੇ ਚੀਜ਼ ਮੈਂ ਮਹਿਸੂਸ ਕੀਤਾ ਉਹ ਹੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਆਹ ਚੀਜ਼ ਮੈਂ ਇਸ ਸਮਾਜ ਤੋਂ ਇਸ ਦੁਨੀਆ ਤੋਂ ਤੇ ਐਸ ਇੰਗਲੈਂਡ ਮੈਂ ਬੜੀ ਯਾਤਰਾ ਕੀਤੀ ਉਥੋਂ ਜਾਂ ਹੁਣੇ ਕੈਨੇਡਾ ਦੀ ਇੰਨੀ ਯਾਤਰਾ ਕੀਤੀ ਉਥੋਂ ਕਿ 10 ਦਵਾ ਕਿ ਮੈਂ ਆਪਣੀ ਨਜ਼ਰ ਜੜੀਏ ਤੁਹਾਨੂੰ ਦੇ ਰਹੀਆਂ ਕਿ ਤੁਸੀਂ ਇਸ ਨੂੰ ਆਪਣੀ ਨਜ਼ਰ ਨਾਲ ਆਪਣੇ ਤਰੀਕੇ ਨਾਲ ਵੇਖੋ ਸੁਰਜੀਤ ਜੀ ਇਹ ਇਹ ਵੀ ਕੁਐਸਚਨ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਕਿਵੇਂ ਲਿਖਦੇ ਆ ਮੇਰੇ ਮੈਂ ਮੈਂ ਵੇਖਦੀ ਹੈ ਮੇਰਾ ਕੁਐਸਚਨ ਹੈ ਕਿ ਤੁਹਾਨੂੰ ਕੌਣ ਇਨਸਪਾਇਰ ਕਰਦਾ ਹੈ ਕੌਣ ਇਨਸਪਾਇਰ ਕਰਦਾ ਮੈਨੂੰ ਇਨਸਪਾਇਰ ਮੇਰਾ ਅੰਦਰ ਹੀ ਕਰਦਾ ਹੈਗਾ ਕਿ ਮੈਂ ਹਰ ਵੇਲੇ ਜੋ ਵੀ ਮੈਂ ਕਰ ਰਹੀ ਹੁੰਦੀ ਆ ਤੇ ਮੇਰੇ ਅੰਦਰ ਇੱਕ ਨਜ਼ਮ ਚੱਲਦੀ ਰਹਿੰਦੀ ਹੈ ਜਿਵੇਂ ਈਵਨ ਰੋਟੀ ਬਣਾਉਂਦੀ ਆ ਵੀ ਘਰ ਦੇ ਕੰਮ ਕਰਦੀ ਆ ਵੀ ਮਤਲਬ ਉਹਦੇ ਬਾਰੇ ਵੀ ਕੁਛ ਨਾ ਕੁਛ ਅੰਦਰ ਚੱਲਦਾ ਰਹਿੰਦਾ ਹੈ ਤੇ ਅੰਦਰ ਤੇ ਬਾਹਰ ਦੀ ਜਿਹੜੀ ਜਰਨੀ ਹੈ ਬਾਹਰ ਜੋ ਕੁਝ ਹੁੰਦਾ ਹੈ ਉਥੇ ਵੀ ਜੋ ਵੀ ਪ੍ਰਭਾਵਿਤ ਕਰਦਾ ਹੈਗਾ ਫਿਰ ਉਹ ਵੀ ਚੱਲਦਾ ਹੈ ਅੰਦਰ ਫਿਰ ਉਹਦੇ ਬਾਰੇ ਵੀ ਲਿਖਣ ਨੂੰ ਜੀ ਕਰਦਾ ਸੋ ਇਹ ਜਿਹੜਾ ਆਲਾ ਦੁਆਲਾ ਹੈ ਇਹੀ ਤੁਹਾਡੇ ਅੰਦਰ ਵੱਸਦਾ ਹੈ ਤੇ ਇਹੀ ਪ੍ਰਭਾਵਿਤ ਕਰਦਾ ਹੈ ਸਾਨੂੰ ਲਿਖਣ ਲਈ ਤੇ ਮੇਰੇ ਨਾਲ ਤੇ ਇਸ ਤਰ੍ਹਾਂ ਹੀ ਹੁੰਦਾ ਹੈ ਹਾਂਜੀ ਹਾਂਜੀ ਸਲੀਮ ਸਾਹਿਬ ਜੀ ਸਮਾਜ ਦੇ ਵਿੱਚ ਚੱਲਦੇ ਆ ਫਿਰਦੇ ਆ ਉੱਠਦੇ ਆ ਬੈਠਦੇ ਆ ਗੁਜ਼ਰਦੇ ਆ ਹੋਇਆ ਕੋਈ ਐਸਾ ਮੰਜ਼ਰ ਕੋਈ ਐਸੀ ਇਹ ਗੱਲਬਾਤ ਜਿਹੜੀ ਤੁਹਾਨੂੰ ਇਹ ਇੱਕਦਮ ਜਿਹੜੀ ਹੈ متاثر ਕਰਦੀ ਏ ਜਾਂ ਸ਼ੌਕ ਕਰਦੀ ਏ ਉਹ ਸਾਡਾ ਸਬਬ ਬਣ ਜਾਂਦੀ ਏ ਕਿ ਇਹਦੇ ਨਾਲ ਕੋਈ ਜਿਹੜੀ ਨਾ ਕੋਈ ਚੀਜ਼ ਜੁੜ ਜਾਂਦੀ ਏ ਤੋਂ ਲਫ਼ਜ਼ਾਂ ਦਾ ਰੂਪ ਧਾਰ ਲੈਂਦੀ ਏ ਉਹਨੂੰ ਬੰਦਾ ਲਿਖ ਲੈਂਦਾ ਉਸ ਵੇਲੇ ਤੇ ਫਿਰ ਉਹਨੂੰ ਰਿਫਾਈਨ ਕਰ ਲੀਦਾ ਬੈਠ ਕੇ ਲੇਕਿਨ ਐ ਵੀ ਕਿ ਸਾਨੂੰ ਜਿਹੜੀ ਪ੍ਰੇਰਨਾ ਮਿਲਦੀ ਏ ਇਨਸਪੀਰੇਸ਼ਨ ਏ ਉਹ ਸਾਡੀ ਸੋਸਾਇਟੀ ਏ ਸਮਾਜ ਏ ਤੇ ਸਾਡੀ ਅੱਖ ਜਿਹੜੀ ਰਾਈਟ ਇੱਕ ਰਾਈਟਰ ਦੀ ਅੱਖ ਜਿਹੜੀ ਮੈਂ ਕਹਿ ਰਿਹਾ ਉਹ ਜ਼ਰਾ ਡਿਫਰੈਂਟ ਹੁੰਦੀ ਏ ਜਿਸ ਜਿਸ ਤਰ੍ਹਾਂ ਇੱਕ ਮੁਸਾਵਰ ਏ ਉਹ ਇੱਕ ਮੰਜ਼ਰ ਨੂੰ ਦੇਖਦਾ ਏ ਉਹ ਆਮ ਆਦਮੀ ਵੀ ਦੇਖਦਾ ਹੈ ਲੇਕਿਨ ਉਹ ਆਪਣੇ ਅੰਦਾਜ਼ ਨਾਲ ਉਹ ਦੇਖਦਾ ਉਹਨੂੰ ਉਹ ਟ੍ਰਾਂਸਫਰ ਕਰਦਾ ਆਪਣੇ ਮਾਈਂਡ ਦੇ ਜ਼ਰੀਏ ਫਿਰ ਕਿੰਨ ਵਸਤੇ ਉੱਤੇ ਸ਼ਿਫਟ ਕਰਦਾ ਉਹਨੂੰ ਇਸੇ ਤਰ੍ਹਾਂ ਜਿਹੜਾ ਇੱਕ ਰਾਈਟਰ ਹੈ ਉਹਦਾ ਵੀ ਇਹੀ ਕੰਮ ਹੈ ਕਿ ਉਹ ਜਿਹੜਾ ਨਾ ਜੋ ਸਮਾਜ ਦੇ ਵਿੱਚ ਫੀਲ ਕਰਦਾ ਵੇ ਉਹ ਜੋੜੀ ਉਹਨੂੰ ਦੁੱਖ ਮਹਿਸੂਸ ਹੁੰਦਾ ਵੇ ਉਹਨੂੰ ਜਿਹੜਾ ਆਪਣੀ ਉਹਦੇ ਲਫ਼ਜ਼ਾਂ ਚ ਲਿਆਵੇ ਇਹ ਜਿਹੜਾ ਇਨਸਪੀਰੇਸ਼ਨ ਦਾ ਕੁਐਸਚਨ ਮੈਂ ਪੁੱਛਿਆ ਹੁਣੇ ਪ੍ਰੇਰਨਾ ਕੌਣ ਦਿੰਦਾ ਹੈ ਮੈਂ ਇਹਨਾਂ ਨੂੰ ਤਾਂ ਪੁੱਛਿਆ ਮੈਂ ਇੱਕ ਵਾਰ ਖੁਸ਼ਵੰਤ ਸਿੰਘ ਸਾਹਿਬ ਦੀ ਇੰਟਰਵਿਊ ਕਰ ਰਿਹਾ ਸੀ ਸਾ ਮੈਂ ਡਰਾਈਵ ਕਰ ਰਹੀ ਸੀ ਔਰ ਡਰਾਈਵ ਕਰਦੇ ਕਰਦੇ ਮੈਂ ਉਹਨਾਂ ਦੀ ਇੰਟਰਵਿਊ ਕਰ ਰਹੀ ਆ ਸੀ ਉਹਨਾਂ ਦਾ ਪਹਿਲਾ ਕੁਐਸਚਨ ਮੈਨੂੰ ਆਇਆ ਸੀ ਕਿ ਤੁਸੀਂ ਸੋਨੇ ਦਾ ਕੜਾ ਕਿਉਂ ਪਾਇਆ ਹੋਇਆ ਔਰ ਉਸ ਤੋਂ ਬਾਅਦ ਮੈਂ ਕਦੀ ਵੀ ਜ਼ਿੰਦਗੀ ਦੇ ਵਿੱਚ ਸੋਨੇ ਦਾ ਕੜਾ ਨਹੀਂ ਪਾਇਆ ਅਨਕਨਵੈਨਸ਼ਨਲ ਜਿਹੇ ਰਾਈਟਰ ਸੰ ਤੁਸੀਂ ਸਭ ਜਾਣਦੇ ਹੋ ਉਹਨਾਂ ਨੂੰ ਮੈਂ ਕੁਐਸਚਨ ਪੁੱਛਿਆ ਸੀ ਐ ਵਾਲਾ ਕੁਐਸਚਨ ਜਿਹੜਾ ਮੈਂ ਇਹਨਾਂ ਨੂੰ ਪੁੱਛਿਆ ਔਰ ਖੁਸ਼ਵੰਤ ਸਿੰਘ ਉਹਨਾਂ ਦਾ ਆਨਸਰ ਸੀ ਕਿ ਅਗਰ ਮੈਂ ਇਨਸਪੀਰੇਸ਼ਨ ਦੀ ਹੀ ਇੰਤਜ਼ਾਰ ਕਰਦਾ ਰਹਿੰਦਾ ਤੇ ਮੈਂ ਜਿੰਨਾ ਲਿਖਿਆ ਉਹਦਾ 1/10 ਵੀ ਨਾ ਲਿਖ ਪਾਦਾ ਸੋ ਅਲੱਗ-ਅਲੱਗ ਲੇਖਕ ਅਲੱਗ-ਅਲੱਗ ਸੋਚਨੀ ਔਰ ਅਲੱਗ-ਅਲੱਗ ਵਿਚਾਰਤਾਰਾ ਮੈਂ ਤਾਹਿਰ ਗੋਰਾ ਸਾਹਿਬ ਨਾਲ ਗੱਲ ਕਰ ਰਿਹਾ ਸੀ ਇੱਕ ਦਿਨ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਸੁਭਾਵਿਕ ਹੈ ਕਿ ਜਿੰਨੇ ਵੀ ਰਾਈਟਰਸ ਇੰਡੀਆ ਔਰ ਪਾਕਿਸਤਾਨ ਓਰੀਜਿਨ ਦੇ ਜਾਂ ਸਾਊਥ ਏਸ਼ੀਆਨ ਓਰੀਜਿਨ ਦੇ ਇੱਥੇ ਹੈਗੇ ਨੇ ਉਹ ਹਮੇਸ਼ਾ ਹੀ ਆਪਣੀ ਜਿਹੜੀ ਉਹਨਾਂ ਦੀ ਮਾਤਰਪੂਮੀ ਹੈ ਉਹਨੂੰ ਯਾਦ ਕਰਦੇ ਰਹਿੰਦੇ ਨੇ ਨੋਸਟੈਲਜੀਆ ਜਿਹੜਾ ਹੈਗਾ ਉਹਨਾਂ ਦੇ ਨਾਲ ਹਮੇਸ਼ਾ ਬਵਸਤਾ ਰਹਿੰਦਾ ਹੈ ਹਮੇਸ਼ਾ ਹੀ ਉੱਥੇ ਦੀਆਂ ਗੱਲਾਂ ਵੀ ਕਰਦੇ ਨੇ ਉੱਥੇ ਬਾਰੇ ਲਿਖਦੇ ਵੀ ਨੇ ਕੋਈ ਪਿੰਡ ਦੀ ਜੂ ਬਾਰੇ ਲਿਖਦਾ ਹੈਗਾ ਕੋਈ ਉੱਥੇ ਦੇ ਮਸਲੇ ਬਾਰੇ ਲਿਖਦਾ ਹੈਗਾ ਅਸੀਂ ਹਮੇਸ਼ਾ ਮਹਿਸੂਸ ਕਰਦੇ ਹਾਂ ਮੈਂ ਔਰ ਤਾਹਿਰ ਦੋਰਾ ਸਾਹਿਬ ਗੱਲ ਕਰ ਰਹੇ ਸਿਗੇ ਕਿ ਜਿੰਨੇ ਵੀ ਰਾਈਟਰ ਇੱਥੇ ਨੇ ਉਹ ਹਮੇਸ਼ਾ ਇਹ ਕਹਿੰਦੇ ਨੇ ਕਿ ਮੈਂ ਇੰਡੀਆ ਤੋਂ ਆਇਆ ਹਾਂ ਪਾਕਿਸਤਾਨ ਤੋਂ ਆਇਆ ਹਾਂ ਜਾਂ ਹੋਰ ਕਿਸੇ ਸਾਊਥ ਏਸ਼ੀਅਨ ਕੰਟਰੀ ਤੋਂ ਆਇਆ ਹਾਂ ਔਰ ਮੈਂ ਇੱਥੇ ਕੈਨੇਡਾ ਵਿੱਚ ਰਹਿਣਾ ਮੇਰਾ ਤੁਹਾਨੂੰ ਸਵਾਲ ਇਹ ਹੈ ਕਿ ਇਹ ਕਦੋਂ ਹੋਏਗਾ ਜਾਂ ਕਿ ਇਹ ਹੋ ਰਿਹਾ ਹੈ ਕਿ ਤੁਸੀਂ ਸਭ ਜਾਂ ਹੋਰ ਸਾਰੇ ਰਾਈਟਰਸ ਇਹ ਕਦੋਂ ਕਹਿਣਗੇ ਕਿ ਅਸੀਂ ਕੈਨੇਡੀਅਨ ਰਾਈਟਰਸ ਹੈਗੇ ਹਾਂ ਜਿਹੜੇ ਕਿ ਕਿਸੇ ਹੋਰ ਮੁਲਕ ਤੋਂ ਆਏ ਹੈਗੇ ਆ ਕੀ ਇਹ ਹੋ ਰਿਹਾ ਹੈ ਕੀ ਇਹ ਹੋਏਗਾ ਤੁਹਾਡੀ ਵਿਚਾਰ ਇਸ ਬਾਰੇ ਕੀ ਹੈ ਮੈਂ ਨਿਰਮਲ ਜੀ ਤੋਂ ਸ਼ੁਰੂ ਕਰਾਂਗਾ ਐਸਰਾਏ ਮੈਂ ਤਾਂ ਵੈਸੇ ਕੈਨੇਡਾ ਹੁਣੇ ਆਇਆ ਅੰਦੀ ਰਹਿੰਦੀ ਆ ਵੈਸੇ 12 ਤੋਂ 2012 ਤੋ ਮੈਂ ਅੰਦੀ ਸੀ ਪਰ 19ਵੇਂ ਮੋਸਟਲੀ ਜ਼ਿਆਦਾ ਟਾਈਮ ਰਹਤੀ ਹਾਂ ਕਿਉਂਕਿ ਤਾਂ ਕੋਵਿਡ ਕਰਕੇ ਵੀ ਸਟੇ ਹੋ ਗਿਆ ਤੇ ਕੋਵਿਡ ਕਰਕੇ ਗਵਰਨਮੈਂਟ ਨੇ ਮੈਨੂੰ ਸਟੇ ਕਰਨ ਦਾ ਇਜਾਜ਼ਤ ਦਿੱਤੀ ਕਿ ਯੂ ਕੈਨ ਸਟੇ ਕਿਉਂਕਿ ਮੈਂ ਅਦਰਵਾਇਜ਼ ਜਹਾਜ਼ ਬੰਦੇ ਸਭ ਕੁਝ ਹੈ ਪਰ ਇੱਥੋਂ ਦੇ ਜਦੋਂ ਤੁਸੀਂ ਜਿਹੜਾ ਕੁਐਸਚਨ ਪੁੱਛਿਆ ਕਿ ਇੱਥੋਂ ਦੇ ਅਸੀਂ ਲੋਕ ਕਦੋਂ ਕਹਾਂਗੇ ਮੈਂ ਕਈ ਰਾਈਟਰਸ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਨੂੰ ਵੀ ਮੈਂ ਜਜ਼ਬ ਕੀਤਾ ਹੈ ਕਿ ਇਹ ਜਿਹੜੇ ਪਹਿਲਾਂ ਵਾਲੇ ਰਾਈਟਰ ਨੇ ਉਹ 40-40 ਸਾਲ ਤੋਂ ਇੱਥੋਂ ਆਏ ਆ ਉਹਨਾਂ ਨੇ ਉਹੀ ਐਕਸਪੀਰੀਅੰਸ ਲਿੱਤੇ ਕਿਉਂਕਿ ਰਾਈਟਰ ਉਹੀ ਚੰਗਾ ਹੁੰਦਾ ਹੈ ਜਿਹੜਾ ਕਿ ਆਪਣੇ ਐਕਸਪੀਰੀਅੰਸ ਲੈ ਕੇ ਹੀ ਲਿਖੇ ਤੇ ਜੇ ਐਕਸਪੀਰੀਅੰਸ ਇੱਥੋਂ ਦਾ ਲੈਂਗੁਏਜ ਤੇ ਉਹ ਉਸ ਲੈਂਗੁਏਜ ਚ ਲਿਖਣਗੇ ਪਰ ਜੇ ਅਸੀਂ ਪੰਜਾਬੀ ਚ ਲਿਖੀਏ ਜਾਂ ਹਿੰਦੀ ਚ ਲਿਖੀਏ ਤੇ ਸਾਡਾ ਇੱਕ ਪਾਠਕ ਵਰਗ ਛੋਟਾ ਹੋ ਜਾਂਦਾ ਹੈ ਪਰ ਜੇ ਅਸੀਂ ਜੇ ਆਪਣੇ ਜਿਹੜੇ ਤਜਰਬੇ ਐ ਕਿਤਾਬਾਂ ਦੇ ਰਹੀ ਜੋ ਵੀ ਲਿਖਿਆ ਪੰਜਾਬੀ ਆ ਲੈਂਗੁਏਜ ਲਿਖਿਆ ਜੇ ਅਸੀਂ ਉਹਦਾ ਤਰਜਮਾ ਇੰਗਲਿਸ਼ ਚ ਕਰਕੇ ਦੇਈਏ ਤਾਂ ਸਾਨੂੰ ਅਸੀਂ ਆਪਣੇ ਵਿਚਾਰ ਆਪਣੇ ਜਿਹੜੇ ਖਿਆਲات ਐ ਉਹ ਵੰਡ ਸਕਦੇ ਨੇ ਪਰ ਉਹਦੇ ਚ ਇਹ ਹੈ ਕਿ ਜੇ ਇੰਗਲਿਸ਼ ਕਿਉਂਕਿ ਦੇਖੋ ਇੰਗਲਿਸ਼ ਅਥੋਂ ਦੀ ਲੈਂਗੁਏਜ ਐ ਕੈਨੇਡਾ ਦੀ ਜੇ ਅਸੀਂ ਆਈਲੈਂਡ ਕਰਕੇ ਵੀ ਸਾਡੇ ਬੱਚੇ ਆਂਦੇ ਨੇ ਉਹ ਵੀ ਇੰਗਲਿਸ਼ ਚ ਆਂਦੇ ਜੇ ਇੰਗਲਿਸ਼ ਚ ਨਹੀਂ ਬੋਲਣਗੇ ਨਹੀਂ ਕਰਨਗੇ ਅਸੀਂ ਸਾਰਾ ਕੁਝ ਇੱਕ ਬਰਾਬਰ ਨਹੀਂ ਕਰ ਸਕਦੇ ਕੈਨੇਡੀਅਨ ਰਾਈਟਰ ਉਦੋਂ ਤੱਕ ਕਹਾਣਾਂ ਸ ਮੈਨੂੰ ਲੱਗਦਾ ਗੁਰੇਜ਼ ਹੋਏਗਾ ਜਦੋਂ ਤੱਕ ਇੱਕ ਸੀਮਿਤ ਲੈਂਗੁਏਜ ਹੋਏਗੀ ਜੇ ਉਹਦਾ ਵਾਸਟ ਜਿਸ ਤਰ੍ਹਾਂ ਹੁਣ ਮੈਂ ਪੰਜਾਬੀ ਹਿੰਦੀ ਬਾਇਲਿੰਗੁਅਲ ਹੈਗੀ ਆ ਪਰ ਮੈਂ ਵਿਚਾਰ ਰਹੀ ਆ ਇੰਗਲਿਸ਼ ਚ ਵੀ ਮੈਂ ਇੱਕ ਪੋਇਟੀ ਦੀ ਕਿਸੇ ਤੋਂ ਟ੍ਰਾਂਸਲੇਸ਼ਨ ਅੱਧੀ ਮੇਰੀ ਤੇ ਅੱਧੀ ਕਿਸੇ ਨੇ ਕੀਤੀ ਉਹ ਉਹ ਐਕਚੁਅਲੀ ਜ਼ਿਆਦਾ ਚਲੀ ਕਹਾਣੀ ਮੈਂ ਲਿਖੀ ਸੀ ਗਈ ਵਸੰਤਰੁੱਤ ਉਹ ਕੈਨੇਡੀਅਨ ਦੇ ਲਾਈਫ ਬਾਰੇ ਸੀਗੀ ਉਹ ਕਹਾਣੀ ਮੈਨੂੰ ਬੱਚਿਆਂ ਨੇ ਪੜ੍ਹੀ ਯੂਨੀਵਰਸਿਟੀ ਇੱਥੇ ਕਿਸੇ ਬੱਚੇ ਨੇ ਕਹਿੰਦੇ ਆਂਟੀ ਇਹੀ ਤਾਂ ਸਾਨੂੰ ਕਹਾਣੀ ਚਾਹੀਦੀ ਸੀ ਕਿਉਂਕਿ ਕੈਨੇਡਾ ਬਾਰੇ ਅਤੇ ਕੁੱਤਿਆਂ ਬਾਰੇ ਸਾਡਾ ਜਿਹੜਾ ਇੱਥੇ ਸਮਾਜ ਦਾ ਸਰੂਕਾਰ ਹੈਗਾ ਸਾਡੇ ਰਿਲੇਸ਼ਨ ਨੇ ਉਹ ਡਿਫਰੈਂਟ ਹੋ ਜਾਂਦੇ ਆ ਕਿ ਕੈਨੇਡਾ ਜਾ ਕੇ ਸਾਡੇ ਹੁਣ ਇੱਥੇ ਕੁੱਤੇ ਵੀ ਲਿਆਂਦੇ ਜੇ ਗੱਲ ਕਰੀਏ ਤੇ ਸਾਡੇ ਆਪਣੇ ਅੰਗ ਸੰਗ ਹੀ ਰਹਿੰਦੇ ਨੇ ਘਰਾਂ 'ਚ ਅਸੀਂ ਪਾਲਤੂ ਰੱਖੇ ਨੇ ਔਰ ਬੜੇ ਸੈਂਸਿਟਿਵ ਇਸ਼ੂ ਲੈ ਕੇ ਚੱਲਦੇ ਆ ਉਹ ਸੈਂਸਿਟਿਵ ਐ ਸਾਡੇ ਆਪਣੇ ਬੱਚਿਆਂ ਵਾਂਗੇ ਸਾਡੇ ਆਪਣੇ ਹੀ ਸਾਥੀ ਨੇ ਪਰ ਜੇ ਇੰਡੀਆ 'ਚ ਮੇਰੇ ਸਾਹਮਣੇ ਕੋਈ ਕੁੱਤਾ ਪਾਲਤੂ ਤੇਗਲਾ ਕੋਈ ਐਸੀ ਦੂਰ ਦੂਰ ਕਰਕੇ ਨਿਠਾਵੇਂ ਉਸ ਸੈਂਸਿਟਿਵਨੈਸ ਜਿਹੜੀ ਆ ਉਹ ਡਿਫਰੈਂਟ ਹੋ ਜਾਂਦੀ ਹੈ ਮੇਰੀ ਬੇਟੀਆਂ ਨੇ ਕੁੱਤੇ ਪਾਲੇ ਲੇਕਿਨ ਪਰ ਜਦੋਂ ਕਹੇਗੀ ਮਮਾ ਇੱਥੇ ਜਿਹੜੇ ਰੈਸਟੋਰੈਂਟਸ 'ਚ ਅਸੀਂ ਕੁੱਤੇ ਅਲਾਉਡ ਨਹੀਂ ਕਰਦੇ ਭਾਵੇਂ ਬੈਠੇਗੇ ਪਰ ਅਮਰੀਕਾ ਮੈਂ ਆਈ ਵੁੱਡ ਲਾਈਕ ਟੂ ਸਟੇ ਓਵਰ ਥੇਰ ਕਿਉਂਕਿ ਮੈਨੂੰ ਲੱਗਦਾ ਕਿ ਉੱਥੇ ਨਾ ਕੁੱਤਿਆਂ ਦੀ ਬੜੀ ਉਹ ਮਤਲਬ ਫੈਮਿਲੀਅਰ ਨਹੀਂ ਬੜੇ ਸੈਂਸਿਟਿਵ ਨੇ ਤੈਸ ਕਰਕੇ ਮੈਂ ਸੋਚਿਆ ਕੈਨੇਡੀਅਨ ਰਾਈਟਰ ਉਦੋਂ ਤੱਕ ਛੋਟਾ ਜਿਹਾ ਵੈਸੇ ਲੱਗਦਾ ਕਿ ਇੱਥੇ ਕੈਨੇਡੀਅਨ ਰਾਈਟਰ ਅਸੀਂ ਜਿਹੜੇ ਕੁਝ ਰਾਈਟਰ ਹੈ ਮੈਨੂੰ ਕਹਿੰਦੇ ਆ ਮੈਂ ਕੈਨੇਡੀਅਨ ਰਾਈਟਰ ਹਾਂ ਕਿਉਂਕਿ ਉਹਨਾਂ ਨੇ ਸਿਟੀਜ਼ਨਸ਼ਿਪ ਦਿੱਤੀ ਹੈ ਸਿਟੀਜ਼ਨਸ਼ਿਪ ਲੈਣ ਨਾਲ ਕੈਨੇਡੀਅਨ ਰਾਈਟਰ ਨਹੀਂ ਬਣ ਸਕੇਗਾ ਜਦੋਂ ਤੱਕ ਕਿ ਉਹ ਆਪਣੇ ਵਿਚਾਰ ਵਟਾਂਦਰੇ ਇੱਕ ਦੂਜੇ ਦੀ ਭਾਸ਼ਾ 'ਚ ਨਹੀਂ ਕਰ ਸਕਣਗੇ ਵੈਸੇ ਕੈਨੇਡਾ ਇਦਾਂ ਦਾ ਹੀ ਮੁਲਕ ਹੈ ਕਿ ਜਿੱਥੇ ਜੇ ਕੈਨੇਡਾ ਇੱਕ ਮੰਦੇ ਤੇ ਇੱਥੇ ਸਾਰੇ ਜਿਹੜੇ ਆਪਣੇ ਕਮਿਊਨਿਟੀ ਦੇ ਅਲੱਗ-ਅਲੱਗ ਤੇਹਾਰ ਹੁੰਦੇ ਨੇ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਨੇ ਤੇ ਉਹ ਇੱਕ ਇੱਕ ਮਿਕ ਹੋ ਕੇ ਕਰਨ ਤੇ ਉਹ ਜ਼ਿਆਦਾ ਕੈਨੇਡੀਅਨ ਕਹਾਂਗੇ ਅ ਸਲੀਮ ਪਸ਼ਾ ਸਾਹਿਬ ਹੁਣੇ ਨਿਰਮਲ ਹੋਣਾ ਨੇ ਜੋ ਜ਼ਿਕਰ ਕੀਤਾ ਹੈ ਕੀ ਇਹ ਜ਼ਰੂਰੀ ਹੈ ਕਿ ਇੱਕ ਕੈਨੇਡੀਅਨ ਰਾਈਟਰ ਹੋਣ ਵਾਸਤੇ ਤੁਹਾਨੂੰ ਜ਼ਰੂਰੀ ਅੰਗਰੇਜ਼ੀ ਵਿੱਚ ਲਿਖਣਾ ਹੈ ਤੁਸੀਂ ਕੈਨੇਡੀਅਨ ਰਾਈਟਰ ਕਿਸੇ ਵੀ ਭਾਸ਼ਾ ਦੇ ਵਿੱਚ ਹੋ ਸਕਦੇ ਹੋ ਥੋੜਾ ਜਿਆਦਾ ਤੁਹਾਡੀ ਮੈਂ ਟਿੱਪਣੀ ਲੈਣਾ ਚਾਹਾਂਗਾ ਇਸ ਸਬਜੈਕਟ ਤੇ ਜੀ ਕੈਨੇਡਾ ਇੱਕ ਮਲਟੀ ਕਲਚਰਲ ਕੰਟਰੀ ਹੈ ਇਹਦੇ ਵਿੱਚ ਹਰ ਰੰਗ ਦਾ ਜਿਹੜਾ ਨਾ ਬੰਦਾ ਨਸਲ ਦਾ ਇੱਥੇ ਆਇਆ ਹੋਇਆ ਹੈ ਸਾਡਾ ਜਿਹੜਾ ਪਿਛੋਕੜ ਹੈ ਬੈਕਗ੍ਰਾਉਂਡ ਹੈ ਉਹ ਪੰਜਾਬ ਤੋਂ ਹੈ ਮਿੱਟੀ ਤੁਹਾਡੀ ਜੁੜਤ ਉਹਦੇ ਨਾਲ ਹੈ ਅਸੀਂ ਜੋ ਕੁਝ ਲਿਖਨੇ ਆ ਆਪਣੀ ਜ਼ੁਬਾਨ ਦੇ ਵਿੱਚ ਲਿਖਨੇ ਆ ਤੇ ਰਹਿ ਇੱਥੇ ਰਹਿ ਕੇ ਵੀ ਅਸੀਂ 50 ਸਾਲ ਹੋਰ ਵੀ ਇੱਥੇ گزار ਲਈਏ ਤੇ ਅਸੀਂ ਕੈਨੇਡੀਅਨ ਜਿਹੜਾ ਨਾ ਉਹ ਵਾਲਾ ਲੈਂਗੁਏਜ ਦੇ ਵਿੱਚ ਉਹ ਅਪੂਰਨ ਨਹੀਂ ਹਾਸਲ ਕਰ ਸਕਦੇ ਜੋ ਉਸ ਤਰ੍ਹਾਂ ਨਹੀਂ ਲਿਖ ਸਕਦੇ ਜਿਸ ਤਰ੍ਹਾਂ ਤੇ ਪਿਓਰ ਕੈਨੇਡੀਅਨ ਬੰਦਾ ਲਿਖਿਆ ਲੇਕਿਨ ਐਵੇਂ ਕੇ ਸਾਡੀ ਅਗਲੀ نسل ਜਿਹੜੀ ਹੈ ਉਹ ਸ਼ਾਇਦ ਜਿਹੜਾ ਨਾ ਇਹ ਦੋ ਅਡਾਪ ਕਰ ਲੇਗੀ ਸਾਡੀ ਜਿਹੜੀ ਹੈ ਨਾ ਜੁਰਤ ਜਿਹੜੀ ਹੈ ਨਾ ਮੈਂ ਤੁਹਾਨੂੰ ਪਹਿਲੇ ਦੱਸ ਸਕਦਾ ਸਾਡੀ ਆਪਣੀ ਮਿੱਟੀ ਦੇ ਨਾਲ ਤੇ ਅਸੀਂ ਉਸ ਉਸ ਦੇ ਦੁੱਖ ਨੂੰ ਉਸ ਦੇ ਜਿਹੜਾ ਨਾ ਕਲਚਰ ਨੂੰ ਜਿਹੜਾ ਹੀ ਲਿਖਣਾ ਹੈ ਔਰ ਉਹ ਹੀ ਸਾਡੀ ਡਿਊਟੀ ਹੈ ਸੁਜੀਤ ਜੀ ਤੁਹਾਡੇ ਵਿਚਾਰ ਵੀ ਇਹਨਾਂ ਦੋਨਾਂ ਲੇਖਕਾਂ ਨਾਲ ਮਿਲਦੇ-ਜੁਲਦੇ ਨੇ ਜਾਂ ਵੱਖਰੇ ਨੇ ਮੈਂ ਸਮਝਦੀ ਹਾਂ ਕਿ ਜਦੋਂ ਅਸੀਂ ਪੰਜਾਬੀ ਵਿੱਚ ਲਿਖਦੇ ਹਾਂ ਭਾਵੇਂ ਅਸੀਂ ਕੈਨੇਡਾ ਬਾਰੇ ਹੀ ਲਿਖਦੇ ਹਾਂ ਪਰ ਹੈ ਅਸੀਂ ਪੰਜਾਬੀ ਰਾਈਟਰ ਦੂਜੀ ਗੱਲ ਹੈ ਕਿ ਜਿੰਨੇ ਵੀ ਰਾਈਟਰਸ ਇੰਡੀਆ ਤੋਂ ਇੱਥੇ ਆਏ ਨੇ ਉਹ ਉੱਥੇ ਲਿਖਦੇ ਆਏ ਨੇ ਔਰ ਇੱਥੇ ਆ ਕੇ ਉਹ ਮਿੰਗਲ ਅਪ ਨਹੀਂ ਹੁੰਦੇ ਹੈਗੇ ਦੂਜੀਆਂ ਕਮਿਊਨਿਟੀਜ਼ ਦੇ ਨਾਲ ਇਸ ਕਰਕੇ ਜਿਹੜਾ ਉਹਨਾਂ ਦਾ ਜਿਹੜਾ ਉਹਨਾਂ ਦਾ ਤੁਸੀਂ ਐਕਸਪੀਰੀਅੰਸ ਹੈਗਾ ਆ ਉਹ ਵਾਸਟ ਨਹੀਂ ਹੁੰਦਾ ਹੈਗਾ ਉਹ ਪੰਜਾਬੀ ਦੀਆਂ ਖ਼ਬਰਾਂ ਪੜ੍ਹਦੇ ਨੇ ਪੰਜਾਬੀ ਰੇਡੀਓ ਸੁਣਦੇ ਨੇ ਤੇ ਪੰਜਾਬੀ ਬੰਦਿਆਂ ਨਾਲ ਹੀ ਬੈਠ ਕੇ ਉਹ ਵਿਚਾਰ ਵਟਾਂਦਰਾ ਕਰਦੇ ਨੇ ਹਰ ਵੇਲੇ ਉਹ ਇੰਡੀਆ ਦੀ ਪੋਲਿਟਿਕਸ ਜਿਹੜੀ ਆ ਉਸ ਨੂੰ ਡਿਸਕਸ ਕਰਦੇ ਨੇ ਮਾਫ਼ ਕਰਨਾ ਮੈਂ ਵਿੱਚ 1 ਮਿੰਟ ਲਈ ਤੁਹਾਨੂੰ ਇੰਟਰਪਟ ਕਰਾਂਗਾ ਇਹ ਚੰਗੀ ਗੱਲ ਹੈ ਕਿ ਮਾੜੀ ਗੱਲ ਹੈ ਮੇਰਾ ਖਿਆਲ ਹੈ ਕਿ ਮਾੜੀ ਜੇ ਨਹੀਂ ਮੈਂ ਕਹਿੰਦੀ 네ਗੇਟਿਵ ਨਹੀਂ ਗੱਲ ਕਰਦੀ ਲੇਕਿਨ ਮੈਂ ਕਹਿੰਨੀ ਇਵੋਲਵ ਹੋਣਾ ਚਾਹੀਦਾ ਜਦੋਂ ਅਸੀਂ ਇੱਥੇ ਆਏ ਹੈਗੇ ਆ ਤੇ ਠੀਕ ਹੈ ਇਮ ਇਥੋਂ ਦੀ ਗੱਲ ਜਿਸ ਤਰ੍ਹਾਂ ਕੱਲ ਵੀ ਹੋਈ ਹੈ ਬਹੁਤ ਸਾਰੇ ਆਪਣੇ ਰਾਈਟਰਸ ਨੇ ਇਥੋਂ ਦੀ ਗੱਲ ਕੀਤੀ ਹੈਗੀ ਹੈ ਪਰ ਜੇ ਅਸੀਂ ਪੰਜਾਬੀ 'ਚ ਲਿਖਦੇ ਆਂ ਰਾਈਟਰ ਅਸੀਂ ਪੰਜਾਬੀ ਦੇ ਹੀ ਹੈਗੇ ਆਂ ਹਾਂ ਇਹ ਹੈ ਕਿ ਸਾਨੂੰ ਇੱਥੇ ਬਾਰੇ ਇੱਥੇ ਵੀ ਮਤਲਬ ਐਕਸਪੀਰੀਅੰਸ ਇਥੋਂ ਦਾ ਲੈਣਾ ਚਾਹੀਦਾ ਜਿਵੇਂ ਇੱਥੇ ਦੇ ਬਜ਼ੁਰਗ ਜਿਹੜੇ ਨੇ ਜਿਹੜੇ ਜ਼ਿਆਦਾਤਰ ਮੈਂ ਬਜ਼ੁਰਗਾਂ ਦੀ ਗੱਲ ਕਰਦੀ ਆਂ ਉਹ ਜਦੋਂ ਰਿਟਾਇਰ ਹੋ ਜਾਂਦੇ ਨੇ ਉਹ ਬਹੁਤ ਸਾਰਾ ਵੋਲੰਟੀਅਰ ਵਰਕ ਕਰਦੇ ਨੇ ਤੇ ਸਾਡੇ ਜਿਹੜੇ ਅਸੀਂ ਲੋਕ ਆ ਅਸੀਂ ਇਵੋਲਵ ਨਹੀਂ ਹੁੰਦੇ ਹੈਗੇ ਅਸੀਂ ਸਿਰਫ ਆਪਣੇ ਇੰਡੀਆ ਦੀਆਂ ਗੱਲਾਂ ਡਿਸਕਸ ਕਰਦੇ ਆ ਤੇ ਉਹਨੂੰ ਹੀ ਲਿਖਦੇ ਹੈਗੇ ਆ ਸੋ ਜੀ ਸੋ ਮੈਂ ਜੋ ਸਮਝਿਆ ਹੈ ਹੈ ਕਿ ਆਪਣੀਆਂ ਰੂਟਸ ਤੇ ਜ਼ਰੂਰ ਉਹਨਾਂ ਨਾਲ ਰਹਿਣਾ ਚਾਹੀਦਾ ਪਰ ਇਵੋਲਵ ਹੋਣਾ ਚਾਹੀਦਾ ਸੋ ਔਰ ਮੈਂ ਮੈਂ ਜ਼ਰੂਰ ਆਵਾਂਗਾ ਤੁਹਾਡੇ ਤੇ ਔਰ ਫਲੀਮ ਪਾਸ਼ਾ ਸਾਹਿਬ ਨੇ ਇੱਕ ਗੱਲ ਕਹੀ ਕਿ ਜਿਹੜੀਆਂ ਅਗਲੀਆਂ ਜਨਰੇਸ਼ਨਸ ਨੇ ਯੰਗ ਜਨਰੇਸ਼ਨਸ ਨੇ ਮੇਰਾ ਖਿਆਲ ਮੈਂ ਵਾਪਸ ਆਣਾ ਹੈ ਤੁਹਾਡੇ ਤੇ ਓਕੇ ਤੁਸੀਂ ਮੈਂ ਪਲੀਜ਼ ਮੈਂ ਐਸੇ ਸੰਦਰਭ ਚ ਇੱਕ ਗੱਲ ਕਰਨੀ ਹੈ ਕਿ ਅਸੀਂ ਕੈਨੇਡੀਅਨ ਮਤਲਬ ਮੈਂ ਇੱਕ ਵਾਰੀ ਨਾ ਇੱਥੇ ਸਟ੍ਰੀਟ ਬੁੱਕ ਫੈਸਟੀਵਲ ਸੀਗਾ ਮੈਂ ਟੋਰਾਂਟੋ ਅਸੀਂ ਮਿਸਟਰ ਨਾਗਰਾ ਉਹ ਸਪੈਸ਼ਲੀ ਮੈਨ ਲੈ ਕੇ ਗਏ ਕਿ ਤੁਹਾਨੂੰ ਦਿਖਾਈ ਇੱਥੇ ਬੁੱਕ ਕਲਚਰ ਕੀ ਹੈਗਾ ਤੇ ਉਹ ਬੁੱਕ ਕਲਚਰ ਮੈਂ ਬੜੀ ਹੈਰਾਨ ਹੋਈ ਕਿ ਉੱਥੇ ਸਾਰਿਆਂ ਨੇ ਜਿਹੜੇ ਕੈਨੇਡੀਅਨ ਸੀਗੇ ਕੋਈ اف افਰੀਕਨ ਸੀਗਾ ਕੋਈ ਨਾਰਵੇ ਦਾ ਸੀਗਾ ਕੋਈ ਅਦਰੋਂ ਸੀ ਕੋਈ ਉਧਰੋਂ ਸੀਗੇ ਸਾਰੇ ਨੇ ਆਪਣੇ ਆਪਣੇ ਸਟਾਲ ਲਗਾਈ ਸੀ ਕਿਤਾਬਾਂ ਦੀ ਪਰ ਉਹਨਾਂ ਦਾ ਜਿਹੜਾ ਮਤਲਬ ਕੰਟੈਕਟ ਜਿਹੜਾ ਬਿਹੇਵੀਅਰ ਸੀ ਉਹ ਸਿਰਫ ਇੰਗਲਿਸ਼ ਚ ਸੀਗਾ ਤੇ ਉਹ ਮੈਂ ਉਹਨਾਂ ਨੂੰ ਪੁੱਛਿਆ ਕਿ ਮੇਰੇ ਕੋਲ ਕਿਤਾਬਾਂ ਹੈ ਕਿ ਨਵੀਂ ਮੇਰੀ ਕਿਤਾਬ ਆਈ ਹੈ ਹੁਣੇ ਹੀ ਲਿਖੀ ਹੈ ਨਾਵਲ ਲਿਖਿਆ ਤੇ ਦਿਸ ਡਿਫਰੈਂਟ ਕਸ਼ਮੀਰ ਦੀ ਸਮੱਸਿਆ ਹੈ ਇਧਰ ਲਈ ਸਮੱਸਿਆ ਉਧਰ ਲਈ ਤੇ ਮੈਂ ਆਪਣਾ ਸਟਾਲ ਲਗਾਣਾ ਚਾਹੁੰਦੇ ਤਾਂ ਮੇਰੇ ਕੋਲ ਆਏ ਕਹਿੰਦੇ ਤੁਸੀਂ ਆਪਣਾ ਸਟਾਲ ਲਗਾਓ ਪਰ ਇਟ ਸ਼ੁੱਡ ਬੀ ਇਨ ਇੰਗਲਿਸ਼ ਓਨਲੀ ਇਹ ਸਿਰਫ ਇੰਗਲਿਸ਼ ਜਿਹਨਾਂ ਨੂੰ ਆਉਂਦੀ ਹੈ ਉਹੀ ਕੈਨੇਡੀਅਨ ਰਾਈਟਰ ਹੈਗਾ ਉਨਾ ਦਹੀਏ ਮਤਲਬ ਸਾਰਾ ਬਾਜ਼ਾਰ ਜਿਹੜਾ ਲੱਗਿਆ ਕਿਤਾਬਾਂ ਦਾ ਹੋਰ ਕੋਈ ਰਾਈਟਰ ਨਹੀਂ ਹੋ ਸਕਦਾ ਪਰ ਮੈਂ ਇੱਕ ਪ੍ਰੋਟੈਸਟ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਨਹੀਂ ਮੈਂ ਹਿੰਦੀ ਪੰਜਾਬੀ ਦੀ ਕਿਤਾਬਾਂ ਵੀ ਲੈ ਕੇ ਆਵਾਂਗੀ ਪਰ ਮੈਂ ਇੰਗਲਿਸ਼ ਵੀ ਹੋਏਗੀ ਫਿਰ ਉਹਨਾਂ ਨੇ ਮੇਰੀ ਗੱਲ ਮੰਨੀ ਹੈ ਉਹਨਾਂ ਨੇ ਮੇਰਾ ਨਾਮ ਵੀ ਲਿਖਿਆ ਤੇ ਮੈਨੂੰ ਸ਼ਾਇਦ ਨੈਕਸਟ ਈਅਰ ਇਹ ਮੌਕਾ ਮਿਲੇ ਕਿ ਮੈਂ ਉੱਥੇ ਸਟਾਲ ਲਾ ਕੇ ਹਿੰਦੀ ਪੰਜਾਬੀ ਵੀ ਜੇ ਅਸੀਂ ਕੁਝ ਕਹਿੰਦੇ ਕੁਝ ਕਰ ਗੁਜ਼ਰਨੇ ਲਈ ਮੌਸਮ ਨਹੀਂ ਮੰਨ ਚਾਹੀਏ ਜੇ ਮਨ ਹੈ ਕੁਝ ਤਾਕਤ ਹੈ ਤੇ ਅਸੀਂ ਆਪਣਾ ਉਸਟਾਲ ਜੇ ਕੈਨੇਡੀਅਨ ਹੈ ਅਸੀਂ ਤੇ ਸਾਡਾ ਸਟਾਲ ਵੀ ਉੱਥੇ ਹਰ ਲੈਂਗੁਏਜ ਚ ਲੱਗਣਾ ਚਾਹੀਦਾ ਹੈ ਥੈਂਕ ਯੂ ਜ਼ਰੂਰ ਅਮ ਐਸੇ ਗੱਲ ਦੇ ਵਿੱਚੋਂ ਇੱਕ ਦੋ ਗੱਲਾਂ ਨਿਕਲ ਕੇ ਆਈਆਂ ਨੇ ਜਿਹੜਾ ਕਿ ਮੈਂ ਉਹੀ ਸਵਾਲ ਪੁੱਛਦਾ ਜਾਵਾਂ ਅ ਤੁਸੀਂ ਜ਼ਿਕਰ ਕੀਤਾ ਲੈਂਗੁਏਜ ਦਾ ਅ ਸਲੀਮ ਪਾਸ਼ਾ ਸਾਹਿਬ ਨੇ ਜ਼ਿਕਰ ਕੀਤਾ ਇੱਕ ਯੰਗ ਜਨਰੇਸ਼ਨ ਦਾ ਐਸੇ ਤੋਂ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਹਾਂ ਔਰ ਮੈਂ ਨਿਰਮਲ ਜੀ ਤੁਹਾਡੇ ਤੋਂ ਸ਼ੁਰੂ ਕਰਦਾ ਹਾਂ ਅ ਹੁਣ ਯੰਗ ਜਨਰੇਸ਼ਨ ਜਿਹੜੀ ਹੈ ਤੁਸੀਂ ਅੱਜ ਇਸ ਹਾਲ ਦੇ ਵਿੱਚ ਵੀ ਦੇਖੋ ਮੇਰੇ ਖਿਆਲ ਜਿੰਨੇ ਵੀ ਲੋਕ ਬੈਠੇ ਨੇ ਇਹਨਾਂ ਦੀ ਐਵਰੇਜ ਏਜ ਅਗਰ ਮੈਂ ਗਲਤੀ ਕਹਿਦਾ ਤੇ ਤੈਨੂੰ ਮੁਝਾ ਆਸ ਆਉਦੀ ਯੰਗ ਜਨਰੇਸ਼ਨ ਨੂੰ ਅਸੀਂ ਆਪਣੇ ਨਾਲ ਕਿਵੇਂ ਜੋੜੀਏ ਹੁਣ ਇਹ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਉੱਥੇ ਗਏ ਸੋ ਤੇ ਸਾਰੇ ਅੰਗਰੇਜ਼ੀ ਦੇ ਵਿੱਚ ਕਿਤਾਬਾਂ ਕਹਿ ਰਹੇ ਸਨ ਕਿ ਲੈ ਆ ਕੇ ਲਾਓ ਉੱਥੇ ਸ਼ਾਇਦ ਅੰਗਰੇਜ਼ ਹੋਣਗੇ ਜਾਂ ਬਾਕੀ ਨੈਸ਼ਨੈਲਿਟੀ ਦੇ ਲੋਕ ਹੋਣਗੇ ਪਰ ਸਾਰੇ ਆਪਣੇ ਬੱਚੇ ਜਿਹੜੇ ਉਹਨਾਂ ਨੂੰ ਪਾਸ ਕਰਿਆ ਨੂੰ ਆਪਣੀ ਲੈਂਗੁਏਜ ਨਹੀਂ ਲਿਖਿਆ ਨਹੀਂ ਆ ਭਾਵੇਂ ਉਹ ਪੰਜਾਬੀ ਹੋਵੇ ਉਰਦੂ ਹੋਵੇ ਸਿੰਧੀ ਹੋਵੇ ਮੈਗਾਲੀ ਹੋਵੇ ਬਹੁਤ ਸਾਰੇ ਜਿਹੜੇ ਬੱਚੇ ਐ ਤੇ ਚਲਦੇ ਪਲਦੇ ਨੇ ਉਹਨਾਂ ਨੂੰ ਆਪਣੀ ਲੈਂਗੁਏਜ ਨਹੀਂ ਆਉਂਦੀ ਉਹਨਾਂ ਨੂੰ ਅਸੀਂ ਪੰਜਾਬੀ ਨਾਲ ਜਾਂ ਆਪਣੀਆਂ origignal languages ਨਾਲ ਕਿਵੇਂ ਜੋੜ ਸਕਦੇ ਆ ਆਪਾਂ ਲੇਖਕ ਜਿਹੜੇ ਬੈਠੇ ਨੇ ਉਹਨਾਂ ਦਾ ਕੀ ਫਰੈਜ਼ ਨੇ ਉਗਾਦੇ ਔਰ ਅਸੀਂ ਕੀ ਕਰ ਰਹੇ ਆ ਉਸ ਯੰਗ ਜਨਰੇਸ਼ਨ ਨੂੰ ਨਾਲ ਜੋੜਨ ਲਈ ਮੈਂ ਸ਼ੋਰਟ ਦੇ ਦੇਣਾ ਤੁਹਾਡੇ ਕੋਲੋਂ ਆਨਸਰ ਮਤਲਬ ਅ ਅਸਟੇਰ ਮਿਸਟਰ ਸੰਘ ਜਿਵੇਂ ਹੋਣੇ ਨਾ ਉਪਰ ਤੋਂ ਉਪਰ ਲਾਈ ਕਿਸੀ ਜੋ ਪੰਜਾਬੀ ਆਪਣਾ ਕੋਈ ਚਲਾ ਰਹੇ ਸੀ ਜਿੱਦਾਂ ਤੇ ਮੈਂ ਪਹਿਲਾਂ ਉਹਨੂੰ ਇੰਗਲਿਸ਼ ਨਾਲ ਕਿਤੇ ਮੈਨੂੰ ਲੱਗਿਆ ਨਹੀਂ ਕਿ ਉਹ ਪੰਜਾਬੀ ਹੈ ਫਿਰ ਕਿੰਨੇ ਮੈਨੂੰ ਆਪ ਲੋਕ ਪੁੱਛਦੇ ਕਿ ਮੈਂ ਨਹੀਂ ਤੁਸੀਂ ਪੰਜਾਬੀ ਕਿਉਂ ਨਹੀਂ ਬੋਲਦੇ ਹਾਂ ਤੇ ਮੈਂ ਕਹਿੰਦਾ ਪੰਜਾਬੀ ਹੈ ਨਹੀਂ ਵਾਈ ਨਾਟ ਟੂ ਸਪੀਕ ਇਨ ਪੰਜਾਬੀ ਤੇ ਮੈਂ ਕਿਹਾ ਤੁਸੀਂ ਕਿਥੋਂ ਫਿਰਤਾ ਦੇ ਗੱਲਾਂ ਚ ਇਹ ਗੱਲਾਂ ਸਮੱਸਿਆ ਆਉਂ ਚੱਲੀਆਂ ਸੀ ਕਿ ਅਸੀਂ ਲੋਕ ਜਿਹੜੇ ਜਨਰੇਸ਼ਨ ਹੈ ਉਹ ਕਿਉਂ ਨਹੀਂ ਪੰਜਾਬੀਆਂ ਦੇ ਉਹਦੇ ਕਸੂਰ ਕੀ ਸਾਰੇ ਇੱਕ ਵਰਤ ਲੱਭਦਾ ਇੱਕ ਸੁਰ ਨੇ ਕਿ ਲੱਗ ਸਾਰੇ ਪੇਰੈਂਟਸ ਦਾ ਕਸੂਰ ਜ਼ਿਆਦਾ ਹੈ ਕਿਉਂਕਿ ਉਹ ਕਹਿੰਦਾ ਕਿ ਮੈਂ ਕਈ ਕਈ ਲੋਕਾਂ ਨਾਲ ਉੱਠਦਾ ਬੈਠਦਾ ਬੜੇ ਲੋਕ ਮੇਰੇ ਕੋਲ ਆਉਂਦੇ ਐ ਇਸ ਕੈਬ 'ਚ ਤੇ ਜਿਹੜਾ ਮੁਸਲਮਾਨ ਸੋਰੀ ਅਫਗਾਨੀ ਬੈਠਾ ਹੋਏਗਾ ਉਹ ਆਪਸ 'ਚ ਅਫਗਾਨੀ ਗੱਲ ਕਰਨਗੇ ਤੇ ਮੈਂ ਕਹਿੰਦੇ ਕਈ ਵਾਰੀ ਮੇਰੇ ਕੋਲ ਬੱਚੇ ਨਾਲ ਬੈਠੇ ਲੋਕੀ ਜਿਹੜਾ ਬੰਗਾਲੀ ਉਹ ਆਪਣੇ ਆਪਸ 'ਚ ਬੰਗਾਲੀ ਗੱਲ ਕਰਦੇ ਐ ਪਰ ਜਦ ਬਾਹਰ ਨਿਕਲਦੇ ਉਹ ਅੰਗਰੇਜ਼ੀ ਗੱਲ ਕਰਦੇ ਐ ਤੇ ਮੈਂ ਕਹਿੰਦਾ ਸਾਡੇ ਜਿਹੜੇ ਕਹਿੰਦੇ ਸਾਡੇ ਪੰਜਾਬੀ ਕਿਉਂ ਹੁੰਦਾ ਉਹ ਆਪਸ 'ਚ ਅਸੀਂ ਪੰਜਾਬੀ ਨਹੀਂ ਬੋਲਦੇ ਬੱਚੇ ਨਾਲ ਅਸੀਂ ਅੰਗਰੇਜ਼ੀ ਚ ਬੋਲਣ ਲੱਗ ਜਾਂਦੇ ਮੈਂ ਉਹਨੂੰ ਕਿਹਾ ਮੈਂ ਕਿਹਾ ਅਸਰਾ ਹੈ ਕਿ ਇਹ ਤਕਲੀਫ ਜਿਹੜੀ ਨੇ ਪਹਿਲਾਂ ਹੋ ਚੁੱਕੀ ਹੈ ਹੁਣ ਸ਼ਾਇਦ ਠੀਕ ਹੋ ਰਹੀ ਹੈ ਇਹ ਪੇਰੈਂਟਸ ਨੂੰ ਸਮਝ ਆ ਗਿਆ ਹੈ ਕਿ ਸਾਡੀ ਜਿਹੜੀ ਮਾतृभाषा ਹੈ ਉਹਨੂੰ ਅਸੀਂ ਪਰਪੂਲਿਤ ਕਰਨ ਦਾ ਇੱਕੋ ਤਰੀਕਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਨਾਲ ਜੋੜੀਏ ਪਰ ਸੌਰੀ ਮੈਂ ਜੋ ਕੁਝ ਵੀ ਹਿੰਦੀ ਵਿੱਚ ਲਿਖਦੀ ਆ ਪੰਜਾਬੀ ਵਿੱਚ ਲਿਖਦੀ ਆ ਤੇ ਮੈਨੂੰ ਇੱਥੇ ਕੈਨੇਡਾ ਚ ਮੈਨੂੰ ਕਹਿੰਦੇ ਮੈਨੂੰ ਇੰਗਲਿਸ਼ ਚ ਇਹ ਸਾਰ ਸਮਝਾ ਦਿਓ ਕਈ ਮੇਰੇ ਜਿਹੜੇ ਕਿਉਂਕਿ ਮੈਨੂੰ ਥੋੜਾ ਜਿਹਾ ਦੂਸਰੇ ਅਤੇ टर्मिनल ਦੂਸਰੇ ਜਿਹੜੇ ਵਰਨ ਨੇ ਉਹਨਾਂ ਨਾਲ ਵੀ ਤਾਲੁਕਤ ਹੈਗੇ ਮੇਰੀ ਬੇਟੀ ਥੋੜੀ ਦੂਸਰੀ ਕਮਿਊਨਿਟੀ ਵੀ ਆਈ ਹੈ ਉਹ ਵੀ ਕਹਿੰਗੇ ਕਿ ਡੂ ਯੂ ਹੈਵ ਦਾ ਇੰਗਲਿਸ਼ ਬੁੱਕ ਇੰਗਲਿਸ਼ ਟ੍ਰਾਂਸਲੇਸ਼ਨ ਮੇਗਾ ਨਹੀਂ ਇੰਗਲਿਸ਼ ਡਸਨ ਨਹੀਂ ਪਰ ਵਾਈ ਨਾ ਟੂ ਲਰਨ ਪੰਜਾਬੀ ਤੋ ਕਹਿੰਦੇ ਅੱਛਾ ਫਿਰ ਮੈਂ ਉਹਨਾਂ ਨੂੰ ਆਪਣਾ ਊੜਾ ਏੜਾ ਈੜੀ ਸਸਾ ਲਿਆ ਕੇ ਉਹਦੇ ਕਾਇਦਾ ਦਿੱਤਾ ਉਹਨਾਂ ਨੂੰ ਲਿਆ ਕੇ ਉਥੋਂ ਕਿ ਮਤਲਬ ਇਹ ਸਿੱਖੋ ਇਹ ਬਹੁਤ ਈਜ਼ੀ ਹੈ ਇਹਨਾ ਮੁਸ਼ਕਲ ਨਹੀਂ ਹੈ ਮੈਨੂੰ ਲੱਗਦਾ ਕਿ ਹਿੰਦੀ ਤੇ ਪੰਜਾਬੀ ਜਿਹੜਾ ਨਾ ਉਹ ਵੀ ਬਿਲਕੁਲ ਨੇੜੇ-ਨੇੜੇ ਚ ਹੈ ਮੈਨੂੰ ਇੰਨੀ ਕੋਈ ਤਕਲੀਫ ਨਹੀਂ ਹੋਈ ਕਿ ਹਾਂ ਵੀ ਹਿੰਦੀ 'ਚ ਜੇ ਗੱਲ ਕਰਾਂ ਤੇ ਪੰਜਾਬੀ ਵਾਲੇ ਨਹੀਂ ਸਮਝਦੇ ਜਾਂ ਪੰਜਾਬੀ ਜਿਹੜੀ ਗੱਲ ਕਰਾਂ ਉਹ ਹਿੰਦੀ ਵਾਲੇ ਨਹੀਂ ਸਮਝਦੇ ਪਰ ਇੱਕ ਮੈਂ ਇੱਕ ਮਤਲਬ ਐਕਸਪੈਰੀਮੈਂਟਲ ਦੇਖ ਲਓ ਕਿ ਮੈਂ ਇੱਕ ਊੜਾ ੜਾ ਨੂੰ ਸਮਝਾਇਆ ਤੇ ਦੂਸਰੇ ਦਿਨ ਉਹਨਾਂ ਨੇ ਮੈਨੂੰ ਲਿਆ ਕੇ ਦੱਸਿਆ ਕਿ ਊੜਾ ਮੀਨਸ ਥਿਸ ਏ ਐਡਾ ਮੀਨਸ ਥਿਸ ਏ ਐਂਡ ਥਿਸ ਤੇ ਮੈਨੂੰ ਬੜੀ ਖੁਸ਼ੀ ਹੋਈ ਫਿਰ ਉਹ ਕਹਿੰਦੇ ਤੁਸੀਂ ਵੀ ਮੇਰੀ ਲੈਂਗੁਏਜ ਸਾਡੀ ਲੈਂਗੁਏਜ ਸਿੱਖੋ ਉਹਨਾਂ ਨੇ ਸਿਖਾਇਆ ਤੇ ਮੈਂ ਦੇਖਿਆ ਕਿ ਲੈਂਗੁਏਜ ਡਿਫਰੈਂਟ ਹੈ ਹੀ ਨਹੀਂ ਹੈ ਤੇ ਸਾਡੇ ਕਨਕਲੂਜਨ ਇਹ ਨਿਕਲਿਆ ਕਿ ਪੇਰੈਂਟਸ ਦਾ ਇਹ ਜ਼ਰੂਰ ਮਸਲਾ ਹੋਣਾ ਚਾਹੀਦਾ ਕਿ ਅਸੀਂ ਜੇ ਪੰਜਾਬੀ ਬੱਚਿਆਂ ਨਾਲ ਬੋਲੀਏ ਜੇ ਦਾਦਾ ਪੋਤੇ ਨਾਲ ਪੰਜਾਬੀ ਬੋਲੇ ਤੇ ਉਹ ਪੰਜਾਬੀ ਚ ਹੀ ਬੱਚਾ ਨੂੰ ਕਹੇਗਾ ਕਿ ਦਾਦਾ ਜੀ ਇਹ ਕੀ ਚੀਜ਼ ਹੈ ਜੇ ਅਸੀਂ ਕਵਾਂਗੇ ਨਹੀਂ ਨਹੀਂ ਬੇਟਾ ਤੂੰ ਸਕੂਲ ਚੋਂ ਆ ਇੰਗਲਿਸ਼ ਚ ਬੋਲ ਰਿਹਾ ਨਾ ਚਲ ਮੈਂ ਇੰਗਲਿਸ਼ ਬੋਲਾਂ ਲਿਆ ਲਿਆ ਜਸਟ ਗੈਟ ਅ ਗਲਾਸ ਆਫ ਵਾਟਰ ਤੋ ਉਹਨੇ ਗਲਾਸ ਆਫ ਵਾਟਰ ਨਹੀਂ ਕਹਿਣਾ ਪਾਣੀ ਦਾ ਗਲਾਸ ਨਹੀਂ ਕਹਿਣਾ ਜੀ ਥੈਂਕ ਯੂ ਫਲੀਮ ਪਸ਼ਾਦ ਸਾਹਿਬ ਜੀ ਇੱਥੇ ਰਹਿੰਦੇ ਆ ਮੈਂ ਅਬਜ਼ਰਵ ਕੀਤਾ ਹੈ ਸਾਡੀਆਂ ਜਿਹੜੀਆਂ ਦੇਸੀ ਫੈਮਲੀਆਂ ਦੇ ਉਹ ਆਪਣੇ ਬੱਚਿਆਂ ਦੇ ਨਾਲ ਜਿਸ ਲਈ ਬਾਹਰ ਜਾਂਦੇ ਨੇ ਕਿਦਰੇ ਉਹ ਉਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਜਿਹੜਾ ਨਾ ਇਨਸਟਰਕਸ਼ਨ ਦੇ ਰਹੇ ਹੁੰਦੇ ਨੇ ਤੋ ਕਈ ਵਾਰੀ ਮੈਂ ਉਹਨਾਂ ਨੂੰ ਜਿਹੜਾ ਨਾ ਰੋਕਿਆ ਮੈਂ ਕਿ ਯਾਰ ਤੁਸੀਂ ਉਹਦੇ ਨਾਲ ਬੱਚੇ ਦੇ ਨਾਲ ਅੰਗਰੇਜ਼ੀ ਬੋਲ ਕੇ ਉਹਦੇ ਕੋਲ ਉਹਦੀ ਮਾਂ ਬੋਲੀ ਖੋ ਰਿਓ ਉਹ ਅਜਨਬੀ ਹੋ ਜਾਏਗਾ ਇਸ ਜ਼ੁਬਾਨ ਵਾਸਤੇ ਔਰ ਆਣ ਵਾਲੇ ਵਕਤ ਦੇ ਵਿੱਚ ਸ਼ਬਦ ਵੀ ਭੁੱਲ ਜਾਏਗਾ ਕੋਈ ਲਫ਼ਜ਼ ਉਹਦੀ ਮੈਮਰੀ ਚ ਨਹੀਂ ਹੋਵੇਗਾ ਉਹਦੇ ਦਿਨ ਚ ਸਿਰਫ ਇਹੋ ਹੀ ਜ਼ੁਬਾਨ ਹੋਵੇਗੀ ਕੈਨੇਡੀਅਨ ਤੁਸੀਂ ਅੰਗਰੇਜ਼ੀ ਸਕੂਲ ਦੇ ਵਿੱਚ ਬੜੀ ਅੱਛੀ ਸਿੱਖ ਰਿਹਾ ਤੁਹਾਡੇ ਨਾਲੋਂ ਅੱਛੀ ਜਿਹੜੀ ਤੁਸੀਂ ਸਿਖਾ ਰਹੇ ਹੋ ਗਲਤ ਉਹਦੇ ਨਾਲੋਂ ਬਿਹਤਰ ਸਿੱਖੇਗਾ ਤੁਸੀਂ ਮਿਹਰਬਾਨੀ ਕਰੋ ਕਿ ਤੁਸੀਂ ਉਹਨਾਂ ਕੋਲੋਂ ਉਹਨਾਂ ਦੀ ਆਪਣੀ ਜ਼ੁਬਾਨ ਨਾ ਖੋਵੋ ਇੱਥੇ ਮੈਂ ਇੱਕ ਮਿਸਾਲ ਦਿਆਂਗਾ ਉਹਦੀ ਇੱਕ ਪਸ਼ਤੂਨ ਨੇ ਇੱਕ ਲੜਕਾ ਸਾਡੇ ਆਫਿਸ ਦੇ ਕੋਲ ਹੈ ਉਹਦੀ ਇਹ ਬਿਜ਼ਨਸ ਤੋਂ ਆਂਦਾ ਕਿ ਮੈਂ ਕਾਰਜ ਬਹਿਨ ਲਾਇਆ ਹੈ ਕਿ ਕੋਈ ਬੰਦਾ ਕੋਈ ਬੱਚਾ ਜਿਹੜਾ ਨਾ ਅੰਗਰੇਜ਼ੀ 'ਚ ਇੱਥੇ ਗੱਲ ਨਹੀਂ ਕਰੇਗਾ ਉਹ ਪਸ਼ਤੂ 'ਚ ਗੱਲ ਕਰੇਗਾ ਆਂਦਾ ਜੇਸ ਦੇ ਲਈ ਕੋਈ ਬੱਚਾ ਅੰਗਰੇਜ਼ੀ ਦਾ ਕੋਈ ਲਫ਼ਜ਼ ਬੋਲਦਾ ਦੂਸਰਾ ਬੱਚਾ ਸ਼ਿਕਾਇਤ ਕਰਦਾ ਹੈ ਕਿ ਆਨੇ ਜਿਹੜੀ ਅੰਗਰੇਜ਼ੀ ਦਾ ਲਫ਼ਜ਼ ਬੋਲਿਆ ਯਾਨੀ ਇਸ ਹੱਦ ਤੱਕ ਸਾਨੂੰ ਸਟ੍ਰਿਕਟ ਹੋਣੀ ਦੀ ਲੋੜ ਹੈ ਤਾ ਅਸੀਂ ਆਪਣੀ ਜ਼ੁਬਾਨ ਨੂੰ ਇੱਥੇ ਵਿਚਾਰ ਸਕਦੇ ਆ ਆਪਣੇ ਕਲਚਰ ਨੂੰ ਵਿਚਾਰ ਸਕਦੇ ਜੀ 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 ਹਾਂਜੀ ਥੈਂਕ ਯੂ ਇਹਨਾਂ ਨੇ ਦੋਨਾਂ ਨੇ ਘਰ ਤੱਕ ਦੀ ਗੱਲ ਕੀਤੀ ਮੈਂ ਥੋੜਾ ਉਹ ਤੋਂ ਅੱਗੇ ਜਾਣਾ ਚਾਹੁੰਦੀ ਆ ਕਿ ਜਿਹੜੇ ਬੱਚੇ ਨੇ ਸਾਡੇ ਇੱਥੇ ਪੰਜਾਬੀ ਬਹੁਤ ਸਾਰੇ ਸਟੂਡੈਂਟਸ ਵੀ ਆਏ ਆ ਅਸੀਂ ਉਹ ਸਾਡੇ ਨਾਲ ਕਿਉਂ ਨਹੀਂ ਜੁੜਦੇ ਪਹਿਲੀ ਤਾਂ ਗੱਲ ਹੈ ਕਿ ਉਹਨਾਂ ਕੋਲ ਵੇਲ ਹੀ ਨਹੀਂ ਹੈਗੀ ਆ ਦੂਜਾ ਦੂਸਰੀ ਗੱਲ ਹੈ ਕਿ ਜਦੋਂ ਪੰਜਾਬ ਤੋਂ ਆਉਂਦੇ ਨੇ ਉਹਨਾਂ ਨੂੰ ਉਹਨਾਂ ਦੇ ਦਿਮਾਗਾਂ ਦੇ ਵਿੱਚ ਇਹ ਪਾਇਆ ਹੁੰਦਾ ਪਈ ਪੰਜਾਬੀ ਨੂੰ ਪੜ ਕੇ ਕੀ ਕਰਨਾ ਹੈਗਾ ਮਤਲਬ ਪੰਜਾਬੀ ਨਾਲ ਪਿਆਰ ਹੀ ਨਹੀਂ ਆ ਸਾਨੂੰ ਇਸ ਕਰਕੇ ਉਹ ਜੁੜਦੇ ਨਹੀਂ ਹੈਗੇ ਤੇ ਤੀਸਰੀ ਗੱਲ ਹੈ ਕਿ ਅਸੀਂ ਜਿਹੜੇ ਸਾਹਿਤ ਸਭਾਵਾਂ ਵਾਲੇ ਆ ਦੇਖੋ ਜੇ ਪੰਜਾਬੀ ਇਕੱਲੇ ਬੋਲਣ ਦੇ ਨਾਲ ਨਹੀਂ ਲਿਖਣ ਦੇ ਨਾਲ ਵੀ ਪੰਜਾਬੀ ਲਿਖਣ ਲਿਖਣ ਦੇ ਨਾਲ ਵੀ ਵਿਕਸਿਤ ਹੋਏਗੀ ਹਨਾ ਤੇ ਜੇ ਸਾਡੀ ਅਗਲੀ ਜਨਰੇਸ਼ਨ ਪੰਜਾਬੀ ਪੜ੍ਹੇਗੀ ਨਹੀਂ ਪੰਜਾਬੀ ਲਿਖੇਗੀ ਨਹੀਂ ਅਸੀਂ ਜਿਹੜੀਆਂ ਇੰਨੀਆਂ ਨਹੀਂ ਕਿਤਾਬਾਂ ਲਿਖੀਆਂ ਹੋਈਆਂ ਨੇ ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਜਿਹੜੀ ਮੈਂ ਇੱਕ ਹੋਰ ਗੱਲ ਕਰੀ ਕਿ ਅਸੀਂ ਸਾਇਤ ਸੁਭਾਵਾਂ ਵਾਲੇ ਵੀ ਅਸੀਂ ਬੱਚਿਆਂ ਨੂੰ ਜੋੜ ਸਕਦੇ ਆ ਮੈਨੂੰ ਲੱਗਦਾ ਹੈ ਕਿ ਸਾਡੇ ਕੋਲੋਂ ਵੀ ਸincere efforts ਹੋ ਨਹੀਂ ਰਹੇ ਕਿ ਅਸਾਂ ਅਸੀਂ ਉਹਨਾਂ ਨੂੰ ਜੋੜ ਲਈਏ ਅਸੀਂ ਘਰਾਂ ਦੇ ਵਿੱਚ ਪੰਜਾਬੀ ਆਪਣੇ ਬੱਚਿਆਂ ਨੂੰ ਸਿਖਾ ਸਕਦੇ ਹਾਂ ਮੇਰਾ ਬੇਟਾ bari ਪੈਦਾ ਹੋਇਆ ਉਹ ਬਹੁਤ ਸੋਣੀ ਪੰਜਾਬੀ ਬੋਲਦਾ ਕਿਉਂਕਿ ਅਸੀਂ ਘਰ 'ਚ ਪੰਜਾਬੀ ਹੀ ਬੋਲਦੇ ਹਾਂ ਅਸੀਂ ਉਹਨੂੰ ਇਹ ਇਮਪ੍ਰੈਸ਼ਨ ਦਿੰਦਾ ਹੈ ਕਿ ਸਾਨੂੰ ਅੰਗਰੇਜ਼ੀ ਆਉਂਦੀ ਹੀ ਨਹੀਂ ਹੈਗੀ ਸ਼ੁਰੂ ਤੋਂ ਇਹ ਹੀ ਦਿੰਦਾ ਹੋਇਆ ਸੋ ਮੇਰਾ ਖਿਆਲ ਹੈ ਕਿ ਘਰਾਂ 'ਚ ਅਸੀਂ ਸਿਖਾ ਸਕਦੇ ਹਾਂ ਲੇਕਿਨ ਉਹ ਬਾਅਦ ਦੇ ਵਿੱਚ ਪੰਜਾਬੀ ਨਾਲ ਕਿੰਨਾ ਕੁ ਜੁੜਦੇ ਆ ਕਿ ਕਿਉਂਕਿ ਨਾ ਤਾਂ ਕੋਈ ਐਸਾ ਪਲੇਟਫਾਰਮ ਹੈਗਾ ਜਿੱਥੇ ਉਹਨਾਂ ਨੂੰ ਅੱਗੇ ਲਿਆਂਦਾ ਜਾ ਸਕੇ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਜਿਹੜੀ ਮੈਂ ਗੱਲ ਕਹੀ ਕਿ ਅਸੀਂ ਐਫਰਟਸ ਨਹੀਂ ਕਰਦੇ ਪਿੱਛੇ ਜੇ ਇੱਕ ਇੱਥੇ ਸੰਸਥਾ ਆ ਓਬੈਸਿਟੀ ਨਾਟਕ ਕਰਵਾਉਂਦੇ ਹੈਗੇ ਨੇ ਉਹਨਾਂ ਨੇ ਦੋ ਕਵੀ ਦਰਬਾਰ ਕਰਵਾਏ ਜਿਨ ਜਿਹੜੇ ਮੈਨੂੰ ਜਾਣ ਦਾ ਮੌਕਾ ਮਿਲਿਆ ਔਰ ਉਹਦੇ ਵਿੱਚ ਸਾਰੇ ਨੌਜਵਾਨ ਕਵੀ ਸੀ ਜਿਹੜੇ ਵੀ ਉਹਨਾਂ ਨੇ 10 12 ਕਵੀ ਲਏ ਉਹਨਾਂ ਨੇ ਉਹ ਲੈ ਜਿਹੜੇ ਬੱਚੇ ਇੱਥੇ ਆ ਕੇ ਪੜ ਕੇ ਜੌਬਸ ਕਰਦੇ ਨੇ ਸੋ ਅੰਡਰ 40 ਕਹਿ ਸਕਦੇ ਆ ਅਸੀਂ ਤੇ ਉਹ ਬੱਚਿਆਂ ਨੂੰ ਮੈਂ ਦੇਖਿਆ ਕਿ ਉਹ ਇੰਨੀ ਅੱਛੀ ਕਵਿਤਾ ਲਿਖਦੇ ਆ ਲੇਕਿਨ ਅਸੀਂ ਉਹਨਾਂ ਨੂੰ ਕੁਝ ਉਹਨਾਂ ਵਾਸਤੇ ਕਰ ਨਹੀਂ ਰਹੇ ਮੈਂ ਜਿਹੜੀ #lavender ਹੁਣੀ ਐਡਿਟ ਕੀਤੀ ਹੈ ਮੈਂ ਉਹਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਨਵੇਂ ਕਵੀਆਂ ਨੂੰ ਲਿਆ ਜਾਵੇ ਔਰ ਮੈਂ ਹੈਰਾਨ ਸੀ ਕਿ ਜਿਹੜੇ ਨਵੇਂ ਕਵੀ ਨੇ ਜਿਨ੍ਹਾਂ ਦੇ ਨਾਮ ਨਹੀਂ ਹੈਗੇ ਲੇਕਿਨ ਉਹ ਇੰਨਾ ਅੱਛਾ ਉਹਨਾਂ ਨੇ ਲਿਖਿਆ ਹੈ ਨਵੀਂ ਸੈਂਸਿਬਿਲਟੀ ਲਿਖੀ ਹੈ ਸੋ ਸਾਨੂੰ ਇਸ ਗੱਲ ਦੇ ਲਈ ਐਫਰਟ ਕਰਨਾ ਚਾਹੀਦਾ ਹੈ ਕਿ ਅਸੀਂ ਉਹਨਾਂ ਸਾਰੇ ਲਿਖਣ ਵਾਲਿਆਂ ਨੂੰ ਅੱਗੇ ਲੈ ਕੇ ਆਈਏ ਇਹ ਸਾਡੀਆਂ ਸਾਹਿਤ ਸੁਭਾਵਾਂ ਜਾਂ ਜਿਹੜੇ ਵੀ ਅਸੀਂ ਪੰਜਾਬੀ ਨਾਲ ਜੁੜੇ ਹੋਏ ਆ ਉਹਨਾਂ ਨੂੰ ਇਹ ਐਫਰਟਸ ਜ਼ਰੂਰ ਕਰਨੀ ਚਾਹੀਦੇ ਹੈਗੇ ਨੇ ਤਾਂ ਕਿ ਇਹ ਬੱਚੇ ਅਗਿਆਨ ਥੈਂਕ ਯੂ ਜੀ ਸੁਰਜੀਤ ਜੀ ਨੇ ਜ਼ਿਕਰ ਕੀਤਾ ਕਿ ਇਹਨਾਂ ਦਾ ਬੇਟਾ ਜਿਹੜਾ ਹੈਗਾ ਬਾਹਰ ਪੈਦਾ ਹੋਇਆ ਪਰ ਫਿਰ ਵੀ ਪੰਜਾਬੀ ਬੋਲਦਾ ਹੈ ਔਰ ਉਹਦੇ ਬੜੇ ਫਾਇਦੇ ਵੀ ਨੇ ਅ ਮੈਂ ਬਿਲਕੁਲ ਇਹਨਾਂ ਨਾਲ ਮੰਨਦੇ ਆਂ ਗੱਲ ਮੇਰਾ ਬੇਟਾ ਬੈ ਰਿਸਟ੍ਰਾਂਟ ਸੋਲੀਸਟਰ ਹੈ ਔਰ ਇੰਡੀਆ ਤੋਂ ਬਾਹਰ ਪੈਦਾ ਹੋਇਆ ਬੜਾ ਹੋਇਆ ਪਰ ਉਹ ਪੰਜਾਬੀ ਬੋਲਦਾ ਹੈ ਉਰਦੂ ਬੋਲਦਾ ਹੈ ਅਰਬੀ ਬੋਲਦਾ ਹੈ ਅੰਗਰੇਜ਼ੀ ਤੇ ਬੋਲਣੀ ਹੈ ਤੇ ਇਹ ਉਹ ਬੜਾ ਸਕਸੈਸਫੁਲ ਹੈ ਆਪਣੀ ਕੰਪਨੀ ਦੇ ਵਿੱਚ ਆਪਣੀ ਲਾਅ ਫਰਮ ਦੇ ਵਿੱਚ ਜਸਟ ਕਿਉਂਕਿ ਉਹਨੂੰ ਅਲੱਗ-ਅਲੱਗ ਭਾਸ਼ਾਵਾਂ ਆਉਂਦੀਆਂ ਨੇ ਔਰ ਉਹ ਗਜ਼ਲ ਵੀ ਬੱਚੇ ਸੇ ਸੁਣਦੇ ਨੇ ਜਗਜੀਤ ਸਿੰਘ ਹੁਣਾਂ ਦੀਆਂ ਔਰ ਮਹਿਦੀ ਹਸਨ ਸਾਹਿਬ ਦੀਆਂ ਔਰ ਪੰਜਾਬੀ ਗੱਲਾਂ ਵੀ ਕਰਦੇ ਨੇ ਸੋ ਇਸ ਕਰਕੇ ਮੇਰਾ ਖਿਆਲ ਹੈ ਬਹੁਤ ਜ਼ਰੂਰੀ ਹੈ ਕਿ ਯੰਗ ਜਨਰੇਸ਼ਨ ਨੂੰ ਨਾਲ ਜੋੜਿਆ ਜਾਵੇ ਪਰ ਇਹਦੇ ਨਾਲ ਮਿਲਦਾ ਜੁਲਦਾ ਕੁਐਸਚਨ ਮੈਂ ਇੱਕ ਹੋਰ ਪੁੱਛਾਂਗਾ ਤੁਹਾਨੂੰ ਸਭ ਨੂੰ ਮੇਰਾ ਖਿਆਲ ਭਾਸ਼ਾ ਦਾ ਕੰਪਲੈਕਸ ਸਪੇਚੀਦਗੀ ਔਰ ਸਰਲ ਪਾਸ਼ਾ ਦਾ ਇਸਤੇਮਾਲ ਕਰਨਾ ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ ਇੱਕ ਵਾਰ ਚੱਠਾ ਸਾਹਿਬ ਬੈਠੇ ਨੇ ਇਹਨਾਂ ਨੇ ਕਾਨਫਰੰਸ ਬੜੀਆਂ ਸਕਸੈਸਫੁਲ ਪੰਜਾਬੀ ਕਾਨਫਰੰਸਿਸ ਕਰਵਾਉਂਦੇ ਨੇ ਜਦੋਂ ਮੈਨੂੰ ਯਾਦ ਹੈ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਕਾਨਫਰੰਸ ਕਰਵਾਈ ਇੱਕ ਉਹਦੇ ਵਿੱਚ ਬਹੁਤ ਸਾਰੇ ਸਾਡੇ ਮਹਿਮਾਨ ਪਾਕਿਸਤਾਨ ਤੋਂ ਆਏ ਸਨ ਔਰ ਬੜੇ ਇੰਟੈਲੈਕਚੁਅਲਸ ਯੂਨੀਵਰਸਿਟੀ ਪ੍ਰੋਫੈਸਰਸ ਔਰ ਬਾਕੀ ਸਭ ਲੋਗ ਔਰ ਅਸੀਂ ਟੈਗ ਟੈਲੀਵਿਜ਼ਨ ਤੇ ਹਲੀਮਾ ਸਾਦੀਆ ਸਾਹਿਬਾ ਔਰ ਆਪਣੇ ਤਾਹਿਰ ਗੁਇਰਾ ਸਾਹਿਬ ਅਸੀਂ ਪ੍ਰੋਗਰਾਮ ਕਰ ਰਹੇ ਸੀ ਔਰ ਤਾਹਿਰ ਗੁਇਰਾ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਕੁਐਸਚਨ ਪੁੱਛ ਰਹੇ ਸਨ ਮੈਨੂੰ ਹਲੇ ਵੀ ਯਾਦ ਹੈ ਔਰ ਇਹ ਚੀਜ਼ ਮੈਂ ਇੱਕ ਵਾਰ ਚੱਠਾ ਸਾਹਿਬ ਨਾਲ ਜ਼ਿਕਰ ਵੀ ਕੀਤਾ ਸੀ ਅ ਕਾਨਫਰੰਸ ਬਾਰੇ ਪੁੱਛਿਆ ਤੇ ਸਭ ਨੇ ਕਿਹਾ ਜੀ ਬੜੀ ਅੱਛੀ ਸੀ ਇਟ ਵਾਸ ਫੈਂਟਾਸਟਿਕ ਫੈਬਲਸ ਮਾਵਲਸ ਇਨਕ੍ਰੈਡੀਬਲ ਉਹ ਸਭ ਤਾਂ ਠੀਕ ਹੈ ਪਰ ਜਦੋਂ ਤਾਹਿਰ ਗੋਰਾ ਸਾਹਿਬ ਨੇ ਇੱਕ ਜਨਾਬ ਨੂੰ ਪੁੱਛਿਆ ਜਿਹੜੇ ਪਾਕਿਸਤਾਨ ਤੋਂ ਆਏ ਸਨ ਉਹ ਕਹਿਣ ਲੱਗੇ ਜੀ ਬਾਕੀ ਤੇ ਸਭ ਕੁਝ ਸਹੀ ਸੀਗਾ ਜਦੋਂ ਅਸੀਂ ਆਪਸ ਦੇ ਵਿੱਚ ਗੱਲਾਂ ਕਰਦੇ ਆਂ ਉਦੋਂ ਬੜੀ ਹੀ ਪੰਜਾਬੀ ਵਧੀਆ ਲੱਗਦੀ ਹੈ ਇੱਕ ਦੂਜੇ ਦੀਆਂ ਗੱਲਾਂ ਵੀ ਅਸੀਂ ਸਮਝਦੇ ਆਂ ਪਰ ਇਹ ਪੰਜਾਬੀ ਜਿਹੜੇ ਪੰਜਾਬ ਇੰਡੀਆ ਤੋਂ ਆਉਂਦੇ ਨੇ ਜਦੋਂ ਲੈਕਚਰ ਦੇਣਾ ਸ਼ੁਰੂ ਕਰਦੇ ਨੇ ਜਦੋਂ ਆਪਣੇ ਪਰਚੇ ਪੜ੍ਹਨੇ ਸ਼ੁਰੂ ਕਰਦੇ ਨੇ ਉਹਨਾਂ ਦੀਆਂ ਭਾਸ਼ਾ ਐਦਾਂ ਦੀ ਪੇਚੀਦਗੀ ਵਾਲੀ ਭਾਸ਼ਾ ਹੋ ਜਾਂਦੀ ਹੈ ਕਿ ਸਾਡੇ ਕੁਝ ਪੱਲੇ ਨਹੀਂ ਪੈਂਦਾ ਹਾਲਾਂਕਿ ਅਸੀਂ ਪੰਜਾਬੀ ਹੈਗੇ ਆਂ ਪੰਜਾਬ ਪਾਕਿਸਤਾਨ ਤੋਂ ਮੇਰਾ ਕੁਐਸਚਨ ਤੁਹਾਨੂੰ ਇਹ ਹੈਗਾ ਕੀ ਵਿਦਵਾਨ ਵਰਨਨ ਲਈ ਇੱਕ پیچਿਦਗੀ ਵਾਲੀ ਭਾਸ਼ਾ ਹੀ ਇਸਤੇਮਾਲ ਕਰਨੀ ਚਾਹੀਦੀ ਹੈ ਕਿ ਇੱਕ ਲੇਖਕ ਉਦੋਂ ਹੀ ਵੱਡਾ ਬਣਦਾ ਹੈ ਜਦੋਂ ਕਿ ਉਹ ਬੜੀ پیچਿਦਗੀ ਵਾਲੀ ਭਾਸ਼ਾ ਇਸਤੇਮਾਲ ਕਰਦਾ ਹੈ ਕਿ ਇੱਕ ਸਰਲ ਭਾਸ਼ਾ ਜਿਹੜੀ ਹੈ ਉਹ ਯੰਗ ਜਨਰੇਸ਼ਨ ਨੂੰ ਜਾਂ ਆਮ ਲੋਕਾਂ ਨੂੰ ਨਾਲ ਨਹੀਂ ਜੋੜੇਗੀ ਕਿ ਉਸੇ ਕਿਤਾਬ ਨੂੰ ਇਨਾਮ ਮਿਲਣਾ ਚਾਹੀਦਾ ਹੈ ਜਿਹਦੇ ਵਿੱਚ ਇੱਕ ਐਦਾਂ ਦੀ ਭਾਸ਼ਾ ਯੂਜ਼ ਕੀਤੀ ਜਾਵੇ ਜਿੰਨੂੰ ਕਿ ਆਮ ਬੰਦਾ ਸਮਝਦਾ ਹੀ ਨਹੀਂ ਮੈਂ ਸੁਰਜੀਤ ਜੀ ਤੁਹਾਡੇ ਤੋਂ ਨਹੀਂ ਮੈਂ ਆਪਣੇ ਸਲੀਮ ਪਾਸ਼ਾ ਸਾਹਿਬ ਤੋਂ ਇਹ ਕੁਐਸਚਨ ਸ਼ੁਰੂ ਕਰਾਂਗਾ ਥੈਂਕ ਯੂ ਜੀ ਬਹੁਤ ਸ਼ੁਕਰੀਆ ਜੀ ਬੜਾ ਬਦਨਿੰਗ ਕੁਐਸਚਨ ਹੈ ਇਹਦੇ ਉੱਤੇ ਜਿਹੜਾ ਨਾ ਮੈਂ ਆਪਣਾ ਐਕਸਪੀਰੀਅੰਸ ਬਿਆਨ ਕਰਾਂਦਾ ਉਹ 임ਰੋਜ਼ ਉਤਾਲੀ ਕਿਤਾਬ ਹੈ ਮੇਰੀ ਮੈਂ ਉਹ ਕਿਤਾਬ ਨੂੰ ਜਦ ਮੁਕੰਮਲ ਕਰ ਲਿਆ ਤੇ ਮੈਂ ਇੱਕ ਆਪਣੇ ਦੋਸਤ ਰਾਈਟਰ ਜਿਹੜੇ ਤੇ ਤੁਹਾਡੇ ਇੰਡੀਅਨ ਪੰਜਾਬ ਤੋਂ ਨੇ ਮੈਂ ਹਾਂ ਦਾ ਨਾਮ ਨਹੀਂ ਲੈਂਦਾ ਉਹਨਾਂ ਕਿ ਇੱਕ ਪੈਰਾਗ੍ਰਾਫ ਮੈਨੂੰ ਲਿਖ ਦਿਓ ਉਹਦੇ ਵਿੱਚ ਮੈਂ ਤੁਹਾਡਾ ਜਿਹੜਾ ਕਿਤਾਬ ਦੇ ਤਾਰਫ ਦੇ ਹਵਾਲੇ ਨਾਲ ਤੁਸੀਂ ਲਿਖ ਦਿਓ ਜਰਾ ਤੇ ਮੈਨੂੰ ਅੱਛਾ ਲੱਗੇਗਾ ਉਹਨਾਂ ਜਿਹੜਾ ਲਿਖ ਕੇ ਦਿੱਤਾ ਮੇਰੇ ਕੱਖ ਪੱਲੇ ਨਹੀਂ ਪਿਆ ਮੈਂ ਆਖਿਆ ਯਾਰ ਮੈਂ ਚਾਹਨਾ ਕਿ ਸਾਰੇ ਲੋਕ ਪੜ ਸਕਣ ਪਾਕਿਸਤਾਨ ਦੇ ਵਿੱਚ ਕੋਈ ਵੀ ਬੰਦਾ ਇਸ ਪੈਰੇ ਨੂੰ ਪੜ ਕੇ ਨਹੀਂ ਸਮਝ ਸਕਦਾ ਕਿ ਤੁਸੀਂ ਕੀ ਲਿਖਿਆ ਕਹਿੰਦਾ ਨਹੀਂ ਐਕਾਡੈਮਿਕ ਲੈਂਗੁਏਜ ਤਾਂ ਇੰਜ ਜੀ ਹੁੰਦੀ ਹੈ ਉਹ ਮੈਂ ਆਖਿਆ ਯਾਰ ਮੈਨੂੰ ਉਹ ਲੈਂਗੁਏਜ ਚਾਹੀਦੀ ਜਿਹੜੇ ਤੁਹਾਡੇ ਬਜ਼ੁਰਗ ਬੋਲਦੇ ਨੇ ਤੁਹਾਡੇ ਨਾਨੀ ਆ ਨਾਨੇ ਦਾਦਾ ਦਾਦੀ ਵਾਲਦ والدہ ਬੋਲਦੇ ਹੁਣ ਇਹਲੀ ਲੈਂਗੁਏਜ ਹੈ ਜਿਹਦੇ ਚ ਸੰਸਕ੍ਰਿਤ ਇੰਨੀ ਵੱਡੀ ਹੋਈ ਹੈ ਤੇ ਮੇਰੇ ਆਪ ਨੂੰ ਮੈਂ ਬਹਿਸੇ ਤੇ ਰਾਈਟਰ ਮੈਂ ਉਹ ਨਹੀਂ ਪੜ ਸਕਦਾ ਉਹ ਫਿਰ ਜਿਹੜਾ ਨਾ ਉਹਨੂੰ ਬੈਠ ਕੇ ਅਸੀਂ ਦੋਵਾਂ ਨੇ ਸਿਰ ਜੋੜ ਕੇ ਉਹਨਾਂ ਦੇ مختلف ਜਿਹੜੇ ਵਰਡਸ ਹਨ ਡਿਫਿਕਲਟ ਉਹਨਾਂ ਦੀ ਉਹ ਪੰਜਾਬੀ ਦੇ ਸੋਖੇ ਲਫਜ਼ ਢੂੰਢਿਆ ਕੁਝ ਤੇ ਉਹ ਲਿਖਿਆ ਤੇ ਇਸੇ ਤਰ੍ਹਾਂ ਮੈਂ ਦੇਖਿਆ ਕਿ ਪਾਕਿਸਤਾਨੀ ਜਿਹੜੇ ਪੇਪਰ ਪੜਨੇ ਆ ਲਿਆਉਂਦੇ ਨੇ ਪ੍ਰੋਫੈਸਰ ਅਤੇ ਮੈਂ 67 ਦੀ ਕਾਨਫਰੰਸਾਂ ਦੇ ਵਿੱਚ ਉਹ ਪੇਪਰ ਸੁਨੇ ਜਿਹੜੇ ਸਾਡੇ ਪ੍ਰੋਫੈਸਰ ਨੇ ਪੀ ਐਚ ਡੀ ਡਾਕਟਰ ਨੇ ਲੇਕਿਨ ਉਹਨਾਂ ਨੇ ਵਿੱਚ ਇੰਨੀ ਉਹਨਾਂ ਨੇ ਪਰਸ਼ੀਅਨ ਔਰ ਅਰਬਿਕ ਵਾੜੀ ਹੋਈ ਹੈ ਕਿ ਉਹ ਇਹਨਾਂ ਵਿਚਾਰਿਆਂ ਦੇ ਪੱਲੇ ਕੱਖ ਨਹੀਂ ਪੈਂਦਾ ਮੈਂ ਕਿਹਾ ਯਾਰ ਤੁਸੀਂ ਬ੍ਰਿਜਿੰਗ ਕਰੋ ਇਹ ਜਿਹੜਾ ਕੈਂਚੀ ਵਾਂਗ ਦੋ ਲਹਿਦਾ ਰਸਤੇ ਬਣਦੇ ਜਾ ਰਹੇ ਨੇ ਪੰਜਾਬੀ ਲੈਂਗੁਏਜ ਦੇ ਇਹ ਕਮ ਸੇ ਕਮ ਸਕ੍ਰਿਪਟ ਨਹੀਂ ਤੁਸੀਂ ਇਕੱਠਿਆ ਕਰ ਸਕਦੇ ਜ਼ਬਾਨ ਦਾ ਲਹਿਜਾ ਔਰ ਜ਼ਬਾਨ ਦਾ ਜਿਹੜਾ ਵੇ ਉਹ ਵਾਲਾ ਉਹ ਲਫ਼ਜ਼ ਜਿਹੜਾ ਉਹ ਤੇ ਸਾਂਝਾ ਕਰ ਲਓ ਉਹ ਇਹ ਜਿਹੜਾ ਨਾ ਇਹ ਮੈਂ ਮਹਿਸੂਸ ਕੀਤਾ ਕਿ ਵਾਕਈ ਬਹੁਤ ਵੱਡਾ ਜਿਹੜਾ ਨਾ ਦੁੱਖਾਂ ਤੇ ਹੈ ਓਕੇ ਜੀ ਅ ਮੇਰਾ ਖਿਆਲ ਅ ਅੰਟਿਲ ਅਨਲੈਸ ਤੁਹਾਡੇ ਦੋਨਾਂ ਦੇ ਕੁਝ ਵਿਚਾਰ ਅਲੱਗ-ਅਲੱਗ ਨੇ ਆਪਾਂ ਅਗਲੇ ਕੁਐਸਚਨ ਤੇ ਚਲਾਂਗੇ ਪਰ ਅਗਰ ਤੁਸੀਂ ਕਹਿਣਾ ਚਾਹੁੰਦੇ ਹੋ ਮੋਸਟ ਵੈਲਕਮ ਇਸ ਟਾਈਮ ਮੈਨੂੰ ਲੱਗਦਾ ਕਿ ਜਿਹੜੀ ਕਲਿਸਟ ਭਾਸ਼ਾ ਜਿਹੜੀ ਆਲੋਚਨਾਤਮਕ ਭਾਸ਼ਾ ਤੇ ਅਸੀਂ ਹਿੰਦੁਸਤਾਨ ਤੇ ਪਾਕਿਸਤਾਨ ਨਹੀਂ ਬਣਾਣਾ ਅਸੀਂ ਇੱਕ ਹੈਗੇ ਕੈਨੇਡਾ ਤੇ ਐਟ ਲੀਸਟ ਅਸੀਂ ਇੱਕ ਹੈਗੇ ਪਰ ਅਸੀਂ ਬਾਹਰ ਵੀ ਇੱਕ ਹੈ ਤੇ ਪੋਲਿਟੀਕਲ ਸਟੈਂਟ ਹੈ ਪਰ ਮੈਨੂੰ ਲੱਗਦਾ ਕਿ ਮੈਂ ਤਾਂ ਇਹ ਜਿਹੜੇ ਆਲੋਚਨਾ ਕਰਦੇ ਨੇ ਉਹਨਾਂ ਦੇ ਉਹ ਸੱਦ ਫੜ ਲੈਨੇ ਜਿਹੜੇ ਕਿ ਮੈਨੂੰ ਸਮਝ ਆਣਿਆ ਜਿਹੜੇ ਆਮ ਲੋਕਾਂ ਨੂੰ ਸਮਝ ਆਣਾ ਮੈਂ ਆਪਣੀ ਕਿਤਾਬ ਤੇ ਕਦੇ ਵੀ ਕਿਸੇ ਵੀ ਆਲੋਚਕ ਤੋਂ ਕੋਈ ਚੀਜ਼ ਨਹੀਂ ਲਿਖਾਈ ਨਾ ਕੋਈ ਪ੍ਰੀਫੇਸ ਲਿਖਾਇਆ ਨਾ ਕੁਛ ਆਇਆ ਜੋ ਆਪਣਾ ਮੈਂ ਲਿਖਿਆ ਉਹੀ ਆਇਆ ਤੇ ਪ੍ਰਕਾਸ਼ਕ ਵੀ ਕਈ ਵਾਰੀ ਇਹ ਕਹਿੰਦੇ ਕਿ ਨਿਰਮਲ ਤੇਰੀ ਕਹਾਣੀਆਂ ਚ ਇੰਨਾ ਕੁਛ ਹੈਗਾ ਕਿ ਉਹ ਪੈਰਾਗ੍ਰਾਫ ਕੋਈ ਕੱਢ ਕੇ ਜਾਂ ਉਹ ਆਪਣੇ ਆਪ ਹੀ ਪੈਰਾਗ੍ਰਾਫ ਮਤਲਬ ਉੱਥੇ ਲਿਖ ਦਿੰਨੇ ਆ ਤੇ ਪ੍ਰੇਮ ਪ੍ਰਕਾਸ਼ ਤੋਂ ਮੈਂ ਇੱਕ ਵਾਰੀ ਕਿਹਾ ਮੇਰੇ ਪਹਿਲੇ ਜਦੋਂ ਕਿਤਾਬ ਆਈ ਕਿ ਤੁਸੀਂ ਲਿਖਦੇ ਹੋ ਕਹਿੰਦੇ ਮੈਂ ਕੀ ਲਿਖਣਾ ਦੋ ਸਤਰ ਲਿਖਦਨੇ ਕਿ ਨਿਰਮਲ ਬਿਲਕੁਲ ਡਿਫਰੈਂਟ ਲਿਖਦੀ ਹੈ ਮੈਂ ਕਿਹਾ ਮੈਂ ਇਹੀ ਲਿਖ ਤੋ ਇਹੀ ਲਿਖੇ ਤਾਂ ਦੋ ਲਾਈਨਾਂ ਸਿਰਫ ਚਲੋ ਲਿਖਦਾ ਮੈਂ ਮਿਸਟਰ ਨੂਰ ਜਿਹੜੇ ਡਾਕਟਰ ਨੂਰ ਸੇ ਦਿੱਲੀ ਦੇ ਉਹ ਵੀ ਕਹਿੰਦੇ ਕਿ ਮੈਂ ਮੈਂ ਕਿਹਾ ਸਰ ਦੇਖੋ ਮੈਂ ਨਵੀਂ ਨਵੀਂ ਕਹਾਣੀਕਾਰ ਬਣੀ ਆ 98 ਸੇ ਪੰਜਾਬੀ ਚ ਆਈ ਵੈਸੇ ਪਹਿਲਾਂ ਮੈਂ ਹਿੰਦੀ ਚ ਲਿਖਦੀ ਸੀਗੀ ਤੇ ਹਿੰਦੀ ਅੰਗਰੇਜ਼ੀ ਚ ਤੇ ਫਿਰ ਜਦੋਂ ਮੈਂ ਕਿਹਾ ਤੁਸੀਂ ਲਿਖੋ ਤੁਹਾਡਾ ਨਾਂ ਬਹੁਤ ਜ਼ਿਆਦਾ ਹੈ ਉਹ ਕਹਿੰਦੇ ਮੇਰੇ ਨਾਂ ਤਾਂ ਠੀਕ ਹੈ ਪਰ ਤੋਂ ਕਿ ਚਾਹਨੇ ਮੈਂ ਕਿ ਮੈਨੂੰ ਇਹ ਚਾਹੀਦੀ ਇੱਕ ਲਿਸਟ ਆਲੋਚਨਾ ਵਾਲੀ ਕੋਈ ਪਾਸਾ ਨਹੀਂ ਚਾਹੀਦੀ ਮੈਨੂੰ ਆਮ ਜਿਹੜੇ ਜਨਤਾ ਜਿਹੜੇ ਪਾਸਾ ਸਮਝ ਸਕਦੇ ਕੋਈ ਵੀ ਪੜੇ ਤੇ ਉਹ ਸਮਝੇ ਕਿ ਕੀ ਕਹਿਣਾ ਚਾਹੁੰਦੇ ਉਹ ਲੈਂਗੁਏਜ ਚਾਹੀਦੀ ਉਹਨਾਂ ਨੇ ਬੜੇ ਸਰਲ ਸਿੰਪਲ ਲੈਂਗੁਏਜ ਜਿਹੜੀ ਭੇਜੀ ਤੇ ਆਲੋਚਨਾ ਇਹ ਜ਼ਰੂਰ ਨਹੀਂ ਹੈ ਕਿ ਆਲੋਚਨਾ ਨਾਲ ਹੀ ਮੇਰੀ ਕੋਈ ਕਿਤਾਬਾਂ ਪੜੇਗਾ ਤੁਸੀਂ ਆਪਣਾ ਐਨਾ ਕੁਛ ਅੱਛਾ ਦਿਓ ਐਨਾ ਕੁਛ ਤੁਸੀਂ ਮਤਲਬ ਜਜ਼ੂ ਕਰਾਓ ਕਿ ਲੋਕੀ ਤੁਹਾਨੂੰ ਆਪ ਪੜਨਾ ਚਾਹਣ ਤੇ ਜ਼ਰੂਰੀ ਨਹੀਂ ਆਲੋਚਨਾ ਦੇ ਕਹਨਤੇ ਜਾਂ ਕਲਿਸਪਾਸ ਦੇ ਕਹਨਤੇ ਹੀ ਕੋਈ ਲੇਖਕ ਨੂੰ ਜਿਆਦਾ ਜਾਗਰਤੀ ਆਏਗੀ ਜਾਂ ਜਾਗਰਾ ਉਹਦਾ ਜਿਆਦਾ ਉਹਦਾ ਨਾਮ ਨਾ ਹੋਏਗਾ ਨਾਮ ਨਾ ਉਹਦੀ ਲਿਖਤਾਂ ਤੋਂ ਹੋਏਗਾ ਉਹਦੇ ਵਿਚਾਰਾਂ ਤੋਂ ਹੋਏਗਾ ਥੈਂਕ ਯੂ ਤੁਸੀਂ ਕੁਝ ਸ਼ੇਅਰ ਕਰਨਾ ਚਾਹੋਗੇ ਆਲੋਚਨਾਤਮਕ ਭਾਸ਼ਾ ਨੂੰ ਬੁੱਧੀਜੀਵੀਆਂ ਨੇ ਜਾਣ ਕੇ ਇਨ੍ਹਾਂ ਪੇਚੀਦਾ ਬਣਾ ਦਿੱਤਾ ਹੈ ਕਿ ਉਹ ਸਿਰਫ ਪੜੇ ਲਿਖਿਆ ਨੂੰ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਹੀ ਸਮਝ ਆਉਂਦੀ ਹੈ ਇਸ ਤੋਂ ਇਲਾਵਾ ਮੈਂ ਕਵਿਤਾ ਦੀ ਗੱਲ ਕਰਨੀ ਚਾਹੁੰਦੀ ਆ ਕਿ ਪੰਜਾਬੀ ਦੀ ਪੰਜਾਬੀ ਦੇ ਕਈ ਕਵੀ ਐਸੇ ਨੇ ਉਹ ਇੰਨੀ ਵੇਗ ਪੋਇਟਰੀ ਲਿਖਦੇ ਨੇ ਕਿ ਉਹ ਜਾਨੀ ਅਸੀਂ ਪੋਇਟਰੀ ਲਿਖਦਿਆਂ ਨੂੰ ਸਾਨੂੰ 40 40 ਸਾਲ ਹੋ ਗਏ ਸਾਨੂੰ ਵੀ ਸਮਝ ਨਹੀਂ ਆਉਂਦੀ ਹੈਗੀ ਔਰ ਜਿਹੜੇ ਉੱਥੇ ਬੈਠੇ ਆਲੋਚਕ ਨੇ ਉਹ ਉਹਨਾਂ ਦੀ ਇੰਨੀ ਤਾਰੀਫ਼ ਕਰਦੇ ਨੇ ਕਿ ਹੈਰਾਨ ਰਹਿ ਜੀ ਤੇ ਭੀ ਜਿਹੜੀ ਕਵਿਤਾ ਸਮਝ ਹੀ ਨਹੀਂ ਆਈ ਤੁਹਾਡੇ ਮੂੰਹ ਹੀ ਨਹੀਂ ਚੜੀ ਹੈਗੀ ਉਸ ਦੀ ਤਾਰੀਫ਼ ਕਿਵੇਂ ਕੀਤੀ ਜਾ ਸਕਦੀ ਹੈ ਸੋ ਮੇਰਾ ਖਿਆਲ ਹੈ ਕਿ ਸਿੰਪਲ ਜਿੰਨਾ ਸਿੰਪਲ ਲਿਖਿਆ ਜਾਵੇ ਕਿਉਂਕਿ ਅਸੀਂ ਪਾਠਕਾਂ ਲਈ ਲਿਖਦੇ ਆ ਤਾਂ ਕਿ ਪਾਠਕ ਨੂੰ ਸਮਝ ਇੱਕਦਮ ਉਹ ਪੜ੍ਹੇ ਤੇ ਸਮਝ ਆ ਜਾਵੇ ਤੇ ਭਾਸ਼ਾ ਪੇਚੀਦਾ ਨਹੀਂ ਹੋਣੀ ਚਾਹੀਦੀ ਸਿੰਪਲ ਹੋਣੀ ਚਾਹੀਦੀ ਜੀ ਬਹੁਤ ਮਿਹਰਬਾਨੀ ਮੇਰਾ ਖਿਆਲ ਇੱਕ ਗੱਲ ਸਾਹਮਣੇ ਆਈ ਆਲੋਚਨਾ ਮੇਰੇ ਖਿਆਲ ਮੈਂ ਉਹਨੂੰ ਹੀ ਪਹਿਲਾਂ ਉਹ ਸਵਾਲ ਨੂੰ ਲੈ ਲੈਂਦਾ ਹੈ ਆਲੋਚਨਾ ਮੀਨ ਕ੍ਰਿਟਿਸਿਜ਼ਮ ਕ੍ਰਿਟਿਸਿਜ਼ਮ ਡਾਕਟਰ ਸ਼ੈਲਜਾ ਦੋ ਟਾਈਪ ਦਾ ਹੁੰਦਾ ਹੈ ਪੰਜਾਬੀ ਵਿੱਚ ਇੱਕ ਰਚਨਾਤਮਿਕ ਔਰ ਇੱਕ ਵਿਨਾਸ਼ਕਾਰੀ ਵਟ ਵੀ ਕਾਲ ਐਸ ਕੰਸਟਰਕਟਿਵ ਕ੍ਰਿਟਿਸਿਜ਼ਮ ਐਂਡ ਡਿਸਟਰਕਟਿਵ ਕ੍ਰਿਟਿਸਿਜ਼ਮ ਹੁਣ ਅਸੀਂ ਉਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਲੇਖਕ ਕ੍ਰਿਟਿਸਿਜ਼ਮ ਕਿਵੇਂ ਦੇਖਦੇ ਹੋ ਕ੍ਰਿਟਿਸਿਜ਼ਮ ਤੁਹਾਨੂੰ ਕੀ ਕਰਦਾ ਹੈ ਕ੍ਰਿਟਿਸਿਜ਼ਮ ਤੁਹਾਨੂੰ ਅਗਲੇ ਪੜਾਅ ਤੇ ਲੈ ਕੇ ਜਾਂਦਾ ਹੈ ਕ੍ਰਿਟਿਸਿਜ਼ਮ ਤੁਹਾਨੂੰ ਪਿੱਛੇ ਧਕੇਲ ਦਿੰਦਾ ਹੈ ਕ੍ਰਿਟਿਸਿਜ਼ਮ ਤੁਹਾਨੂੰ ਵਿਨਾਸ਼ਕਾਰੀ ਜਾਂ ਰਚਨਾਤਮਕ ਉਹਨਾਂ ਦੇ ਵਿੱਚੋਂ ਦੋਨਾਂ ਚੋਂ ਕਿਵੇਂ ਦੇਖਦੇ ਹੋ ਮੈਂ ਇਹ ਸਵਾਲ ਕਿਉਂ ਪੁੱਛ ਰਿਹਾ ਮੈਂ ਤੁਹਾਨੂੰ ਐਵੀ ਐਗਜ਼ਾਮਪਲ ਦਿੰਦਾ ਜਾਵਾਂ ਅ ਸ਼ਾਇਦ ਉਹ ਸ਼ਖਸ ਐਸ 홀 ਦੇ ਵਿੱਚ ਬੈਠੇ ਹੋਣ ਜਾਂ ਨਾ ਬੈਠੇ ਹੋਣ ਸ਼ਾਇਦ ਬੈਠੇ ਨੇ ਮੈਂ ਉਹਨਾਂ ਦਾ ਨਾਂ ਨਹੀਂ ਲੈ ਸਕਦਾ ਅਮ ਪੰਜਾਬੀ ਚ ਲਿਖਣ ਦੀ ਕੋਸ਼ਿਸ਼ ਕਰਦੇ ਰਹੇ ਉਹ ਫੀਮੇਲ ਨੇ ਜਾਂ ਮੇਲ ਨੇ ਮੈਂ ਨਹੀਂ ਜ਼ਿਕਰ ਕਰਾਂਗਾ ਔਰ ਸਭਾਵਾਂ ਦੇ ਵਿੱਚ ਜਾਂਦੇ ਰਹੇ ਔਰ ਆਪਣੀ ਕਵਤਾਵਾਂ ਪੜ ਦੇ ਰਹੇ ਪਰ ਕਦੀ ਕਿਸੇ ਨੇ ਉਹਨਾਂ ਨੂੰ ਅੱਛਾ ਗਿਆ ਹੀ ਨਹੀਂ ਔਰ ਕਾਫੀ ਕ੍ਰਿਟਿਸਿਜ਼ਮ ਜਦੋਂ ਉਹਨਾਂ ਨੇ ਖੁਦ ਮੰਗੀ ਕਿ ਮੈਨੂੰ ਦੱਸੋ ਇਹਦੇ ਵਿੱਚ ਕੀ ਕਮੀਆਂ ਨੇ ਕਿਸੇ ਨੇ ਇਹ ਵੀ ਨਹੀਂ ਦੱਸਿਆ ਕਿ ਕਮੀ ਕੀ ਹੈ ਪਰ ਇਹ ਜ਼ਰੂਰ ਕਿਹਾ ਜੀ ਕਿ ਤੁਹਾਡੀ ਪੋਇਟਰੀ ਦੇ ਵਿੱਚ ਉਹ ਮਜ਼ਾ ਨਹੀਂ ਹੈ ਉਹ ਦਿਨ ਗਿਆ ਅੱਜ ਦਾ ਆਇਆ ਉਹ ਸ਼ਖਸ ਜਿਹੜੇ ਨੇ ਉਹਨਾਂ ਨੇ ਪੰਜਾਬੀ ਦੇ ਵਿੱਚ ਪੋਇਟਰੀ ਨਹੀਂ ਲਿਖੀ ਉਹ ਸਿਰਫ ਹਿੰਦੀ ਔਰ ਅੰਗਰੇਜ਼ੀ ਵਿੱਚ ਹੀ ਪੋਇਟਰੀ ਲਿਖਦੇ ਨੇ ਇਹਨੂੰ ਕਹਿੰਦੇ ਨੇ ਡਿਸਟਰਕਟਿਵ ਕ੍ਰਿਟਿਸਿਜ਼ਮ ਜਿਹੜਾ ਕਿ ਅਸੀਂ ਪੰਜਾਬੀ ਦੇ ਵਿੱਚ ਵਿਨਾਸ਼ਕਾਰੀ ਰਚਨਾਤਮਕ ਆਲੋਚਨਾ ਕਹਿੰਦੇ ਆ ਮੈਨੂੰ ਤੁਹਾਡੇ ਵਿਚਾਰ ਇਸ ਬਾਰੇ ਜਾਣਾਂਗਾ ਸੁਰਜੀਤ ਜੀ ਪਲੀਜ਼ ਮਿਲ ਕੇ ਲੈ ਕਿ ਜਦੋਂ ਅਸੀਂ ਲਿਖਦੇ ਆ ਸਾਨੂੰ ਇੰਨਾ ਕੋ ਕੰਫੀਡੈਂਸ ਜ਼ਰੂਰ ਹੋਣਾ ਚਾਹੀਦਾ ਹੈ ਕਿ ਜੋ ਮੈਂ ਲਿਖਿਆ ਉਹ ਕਿਸੇ ਜੇ ਕਿਸੇ ਨੇ ਉਹਨੂੰ ਨਕਾਰਿਆ ਹੈਗਾ ਤੇ ਮੈਂ ਇੰਨਾ ਉਹ ਨਾ ਹੋ ਜਾਵਾਂ ਡੀਮੋਰਲਾਈਜ਼ ਨਾ ਹੋ ਜਾਵਾਂ ਤੇ ਪਰ ਡਿਸਟਰਕਟਿਵ ਜਿਹੜਾ ਉਹ ਸੱਚਮੁੱਚ ਹੁੰਦਾ ਤਾਂ ਵਿਨਾਸ਼ਕਾਰੀ ਹੈ ਕਿ ਉਹ ਇਨਸਾਨੀ ਫਿਤਰਤ ਹੈ ਕਿ ਅਸੀਂ ਜਿਹੜੀ ਜਿਹਨ ਜਿਹਨੂੰ ਕਹਿ ਸਕਦੇ ਆ ਕਿ ਜੇ ਤੁਹਾਨੂੰ ਕੋਈ ਇਗਨੋਰ ਕਰਦਾ ਜਾਂ ਉਹਨੂੰ ਅਸੀਂ ਨਹੀਂ ਲੈ ਸਕਦੇ ਹੈਗੇ ਉਹ ਇਨਾ ਕੰਫੀਡੈਂਸ ਵੀ ਬਹੁਤ ਘੱਟ ਹੁੰਦਾ ਲੇਕਿਨ ਮੇਰੇ ਖਿਆਲ ਹੈ ਕਿ ਸਾਨੂੰ ਜਿਹੜੇ ਦੂਸਰੀਆਂ ਭਾਸ਼ਾਵਾਂ ਦੇ ਵਿੱਚੋਂ ਲਿਖਣ ਲਈ ਜਾਂ ਹੋਰ ਨਵੇਂ ਬਣਾਉਂਦੇ ਨੇ ਲਿਖਣ ਵਾਲੇ ਉਹਨਾਂ ਨੂੰ ਉਹਨਾਂ ਦਾ ਕੰਸਟਰਕਟਿਵ ਕ੍ਰਿਟਿਸਿਜ਼ਮ ਹੀ ਕਰਨਾ ਚਾਹੀਦਾ ਹੈ ਮੈਨੂੰ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਜੇ ਇਹ ਇਸ ਨੂੰ ਇਦਾਂ ਲਿਖਿਆ ਜਾਂਦਾ ਤੇ ਜਿਹੜਾ ਲਿਖਣ ਲੱਗਿਆ ਉਹਨੂੰ ਲਿਖਣਾ ਆਂਦਾ ਹੈ ਉਹ ਤਾਂ ਹੀ ਲਿਖਣ ਲੱਗਿਆ ਹੋ ਸਕਦਾ ਉਹਨੂੰ ਨਿੱਕੀ ਜੀ ਸੇਧ ਦੇ ਨਾਲ ਹੋਰ ਵਧੀਆ ਲਿਖਣਾ ਸ਼ੁਰੂ ਕਰ ਦੇਵੇ ਪਰ ਜਿਹੜਾ ਕ੍ਰਿਟਿਸਿਜ਼ਮ ਇਸ ਤੋਂ ਵੀ ਇਲਾਵਾ ਜਿਹੜਾ ਬੁੱਧੀਜੀਵੀ ਜਾਂ ਕ੍ਰਿਟਿਕਸ ਕਰ ਰਹੇ ਨੇ ਇੰਡੀਆ ਦੇ ਵਿੱਚ ਬੈਠੇ ਉਹ ਉੱਥੇ ਤਾਂ ਜੁੱਟ ਬਣੇ ਹੋਏ ਨੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਕਿ ਇੱਕ ਕਿਸਮ ਦਾ ਮਾਫੀਆ ਹੀ ਕਹਿ ਸਕਦੇ ਆ ਕਿ ਉਹ ਕੁਛ ਇੱਕ ਲੇਖਕਾਂ ਨੂੰ ਹੀ ਚੁੱਕ ਕੇ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਨੇ ਉਹਦੇ ਤੇ ਗੱਲ ਕਰਦੇ ਨੇ ਤੇ ਜਿਹੜੇ ਬਾਹਰ ਬੈਠੇ ਅਸੀਂ ਹੈਗੇ ਆ ਸਾਡੇ ਸਾਡੀਆਂ ਕਿਤਾਬਾਂ ਉੱਥੇ ਇਗਨੋਰ ਕੀਤੀਆਂ ਜਾਂਦੀਆਂ ਨੇ ਅੰਟਿਲ ਐਂਡ ਅਨਲੈਸ ਅਸੀਂ ਉੱਥੇ ਕਿਸੇ ਨੂੰ ਨਹੀਂ ਜਾਣਦੇ ਤੇ ਜੇ ਅਸੀਂ ਜਾਣਦੇ ਤਾਂ ਸਾ ਗੱਲ ਹੋ ਜਾਂਦੀ ਹੈ ਸਾਡੀਆਂ ਕਿਤਾਬਾਂ ਦੀ ਉਥੇ ਨਾ ਡਿਸਟਰਕਟਿਵ ਕ੍ਰਿਟਿਸਿਜ਼ਮ ਹੁੰਦੀ ਨਾ ਕੰਸਟਰਕਟਿਵ ਹੁੰਦੀ ਹੈਗੀ ਐ ਸੋ ਕੁਛ ਵੀ ਡਿਸਟਰਕਟਿਵ ਜਿਹੜਾ ਉਹ ਚੰਗਾ ਹੁੰਦਾ ਹੀ ਨਹੀਂ ਹੈਗਾ ਸੋ ਇਹ ਕਹਿਣਾ ਹੀ ਫਜ਼ੂਲ ਹੈ ਕਿ ਡਿਸਟਰਕਟਿਵ ਕੋਈ ਕਿਸੇ ਦਾ ਡਿਸਟਰਕਟਿਵ ਕ੍ਰਿਟਿਸਿਜ਼ਮ ਕਰੇ ਬਹੁਤ ਖੂਬ ਫਲੀਮ ਪਾਸ਼ਾ ਸਾਹਿਬ اسلام آباد ਦੇ ਵਿੱਚ ਹਲਕਾਰ ਬਾਬੇ ਜ਼ੌਕ ਦੇ ਇਜਲਾਸ ਹੁੰਦੇ ਹਨ ਹਰ ਹਫਤੇ ਤੇ ਉਹਦੇ ਵਿੱਚ ਜਿਹੜਾ ਨਾ ਨਵੇਂ ਰਾਈਟਰ ਜਿਹੜੇ ਨੇ ਆਪਣੀਆਂ ਆਪਣੀ ਕੋਈ ਤਹਿਲੀਕ ਪੇਸ਼ ਕਰਦੇ ਰਫਤਾਰ ਨਾ ਹੋ ਗਿਆ ਨਜ਼ਮ ਹੋ ਗਈ ਗਜ਼ਲ ਹੋ ਗਈ ਉੱਥੇ ਸਿਰਫ ਪੋਸਟਮਾਰਟਮ ਕੀਤਾ ਜਾਂਦਾ ਸੀ ਕਿ ਉਹਨੇ ਕੀ ਲਿਖਿਆ ਉਹਦੇ ਬਹੀ ਉਹਦੇੜ ਕੇ ਰਾਹ ਦਿੱਤੇ ਜਾਂਦੇ ਹਨ ਸਾਰੇ ਅੰਝ ਲੱਗਦਾ ਕੋਈ ਨਾ ਕੋਈ ਔਜ਼ਾਰ ਲੈ ਕੇ ਆਏ ਨੇ ਕਿ ਉਹਨੂੰ ਉਹਦਾ ਆਪਰੇਸ਼ਨ ਕਰ ਰਹੇ ਤੇ ਉੱਥੇ ਇੱਕ ਬੰਦੇ ਨੇ ਜਿਹੜਾ ਨਾ ਗਾਲिब ਦਾ ਕੋਈ ਅਨ ਪਬਲਿਸ਼ਡ ਜਿਹੜਾ ਸ਼ੇਅਰ ਸੀ ਉਹ ਪੇਸ਼ ਕਰ ਦਿੱਤਾ ਜਿਹੜਾ ਨਾ ਉਹ ਉਹ ਦੇ ਉੱਤੇ ਉਹਨਾਂ ਨੇ ਉਹ ਜਿਹੜਾ ਨਾ ਵਾਵੇਲਾ ਬਚਾਇਆ ਉਹਦੇ ਉੱਤੇ ਉਹ تنਕੀਦ ਕੀਤੀ ਬਖੀ ਉਹ ਦੇੜ ਦਿੱਤੇ ਲੇਕਿਨ ਬਾਅਦ ਕਿ ਐਂਡ ਤੇ ਉਸ ਬੰਦੇ ਜਿਸਨੂੰ ਦੱਸਿਆ ਜਿਸਨੂੰ ਬੋਲਣ ਦਾ ਮੌਕਾ ਮਿਲਿਆ ਮਨੇ ਕਿਹਾ ਗਾਲਫ ਦਾ ਸ਼ੇਅਰ ਸੀ ਤੇ ਸਾਰੇ ਲੋਕ ਆਪਣੇ ਇਸ ਇਸ ਤਰ੍ਹਾਂ ਇੱਕ ਹੋਰ ਛੋਟਾ ਜਿਹਾ ਵਾਕਿਆ ਮੈਂ ਬਿਆਨ ਕਰਾਂਗਾ ਉਹ ਤਾਹਲਕ ਕਸ਼ਮੀਰ ਸਾਹਿਬ ਜਿਹੜੇ ਦਾ ਉਹ ਕਹਿੰਦੇ ਨੇ ਕਿ ਮੈਂ ਜਿਹੜਾ ਨਾ ਇੱਕ ਮੁਸ਼ਾਇਰੇ ਵਿੱਚ ਗਿਆ ਤੇ ਉੱਥੇ ਜਿਹੜਾ ਨਾ ਬਾਕੀ ਸਾਰੇ ਸ਼ਾਇਰ ਤਾਂ ਆਪਣੀ ਚੀਜ਼ਾਂ ਸੁਣਾ ਰਹੇ ਅੰਦਾ ਮੇਰੀ ਹੈਰਤ ਹੈਰਤ ਹੋਈ ਉਹਦੋਂ ਜਦੋਂ ਇੱਕ ਬੇਕਿਆ ਰਟਾਇਲਡ ਫੈਡਰਲ ਸੈਕਟਰੀ ਜਿਹੜਾ ਉਹਨੇ ਵੀ ਆਪਣੀ ਗਜ਼ਲ ਪੜ੍ਹੀ ਤਾਂ ਅੰਦਾ ਮੈਂ ਉਹ ਜਿਹੜਾ ਨਾ ਚਾਹ ਦੇ ਵਕਫੇ ਚ ਉਹਨੇ ਕਿਹਾ ਕਿ ਯਾਰ ਸੈਕਟਰੀ ਸਾਹਿਬ ਤੁਸੀਂ ਜਿਹੜਾ ਨਾ ਬੜੀ ਅੱਛੀ ਗਜ਼ਲ ਪੜ੍ਹੀ ਹੈ ਤੁਹਾਡਾ ਕਲਾਮ ਵੀ ਅੱਛਾ ਹੈ ਤੁਹਾਡਾ ਪੜ੍ਹਨ ਦਾ ਅੰਦਾਜ਼ ਵੀ ਬਹੁਤ ਅੱਛਾ ਹੈ ਬਸ ਇੱਕ ਕਮੀ ਆਂਦਾ ਉਹ ਕਿਹੜੀ ਅੰਦਾ ਬਸ ਆਪਣੇ ਅੰਦਰ ਥੋੜੀ ਜਿਹੀ ਸ਼ਾਇਰਾਨਾ ਕਮੀਨਗੀ ਪੈਦਾ ਕਰ ਲਉ ਬਹੁਤ ਹੀ ਖੂਬਸੂਰਤ ਖਿਆਲਤਾਂ ਔਰ ਐਹੋ ਹੀ ਚੀਜ਼ੇ ਜਦੋਂ ਕੋਈ ਕਮੀ ਨਹੀਂ ਨਜ਼ਰ ਆਉਂਦੀ ਕਹਿੰਦੇ ਇਸ ਦੇ ਵਿੱਚ ਊਮ ਫੈਕਟਰ ਮਿਸਿੰਗ ਹੈ ਤੁਹ ਇਨਾਨੇ ਗਾਲिब ਸਾਹਿਬ ਦਾ ਜ਼ਿਕਰ ਕੀਤਾ ਕਿ ਕਿਸੇ ਨੇ ਨਵਾਂ ਸ਼ੇਰ ਲੈ ਆਂਦਾ ਮੈਂ ਇੱਕ ਟਿਪ ਨਹੀਂ ਕਰਦਾ ਜਮੈਂ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਕੋਲ ਆਵਾਂ ਬਹੁਤ ਸਾਰੇ ਸ਼ੇਰ ਐਸਰਾਂ ਦੇ ਨੇ ਜਿਹੜੇ ਕਿ ਫੇਸਬੁੱਕ ਤੇ ਅੱਜਕੱਲ ਪਾਏ ਜਾਂਦੇ ਨੇ ਜਿਹੜੇ ਕਿ ਉਹਨਾਂ ਲੇਖਕਾਂ ਨੇ ਕਦੀ ਲਿਖੇ ਹੀ ਨਹੀਂ ਹੁੰਦੇ ਭਾਵੇਂ ਉਹ ਗਾਲिब ਸਾਹਿਬ ਨੇ ਜਾਂ ਗੁਲਜ਼ਾਰ ਸਾਹਿਬ ਨੇ ਕਿਉਂਕਿ ਗਾਲिब ਸਾਹਿਬ ਨੇ ਇੱਕ ਹਲਕਾ ਫੁਲਕਾ ਸ਼ੇਰ ਲਿਖ ਦਿੱਤਾ ਲੈ ਆਏਗੇ ਬਾਜ਼ਾਰ ਸੇ ਦਿਲੋ ਜਾਨ ਔਰ ਤੋਂ ਉਸ ਦੇ ਸੰਦਰਭ ਵਿੱਚ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਇਹ ਸੋਚਿਆ ਕਿ ਗਾਲिब ਸਾਹਿਬ ਬਹੁਤ ਹੀ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਹਲਕੀਆਂ ਫੁਲਕੀਆਂ ਲਿਖਦੇ ਨੇ ਇਸ ਕਰਕੇ ਬਹੁਤ ਸਾਰੇ ਲੋਕੋ ਖੁਦ ਹੀ ਬਣਾ ਕੇ ਗਾਲिब ਸਾਹਿਬ ਦੇ ਨਾਂ ਤੇ ਪਾ ਦਿੰਦੇ ਨੇ ਜੀ ਨਿਰਮਲ ਸਾਹਿਬ ਹਾਂ ਜੀ ਮੈਂ ਆਲੋਚਨਾ ਹੋਰ ਇਹ ਨਹੀਂ ਕੋਈ ਗੱਲ ਨਹੀਂ ਕਰਨੀ ਪਰ ਇੱਕ ਜਿੱਦਾਂ ਆਪਣੇ ਮੈਡਮ ਨੇ ਕਿਹਾ ਸੁਜੀਤ ਨੇ ਕਿ ਇੱਕ ਲੋਬੀ ਜ਼ਰੂਰ ਹੈ ਪਰ ਇਹ ਲੋਬੀ ਸਿਰਫ ਇੰਡੀਆ ਚ ਨਹੀਂ ਹੈ ਇਹ ਲੋਬੀ ਇੱਥੇ ਵੀ ਹੈਗੀ ਹੈ ਇੱਥੇ ਵੀ ਲੋਕ ਸੌਰੀ ਟੂ ਸੇ ਕਿ ਕੋਈ ਮਾਇਨ ਨਹੀਂ ਕਰਨਾ ਗੁੱਸਾ ਨਹੀਂ ਕਰਨਾ ਕਿਉਂਕਿ ਇੰਡੀਆ ਵਾਲੇ ਜਿਹੜਾ ਇੱਥਿਆਂ ਦੇ ਕੋਈ ਆਲੋਚਕ ਉਹਨੂੰ ਐਦਾਂ ਵਿਛਾ ਦਿੰਦੇ ਨੇ ਕਿ ਬਸ ਤੇਰੇ ਵਰਗਾ ਆਲੋਚਕ ਕੁਝ ਨਹੀਂ ਹੈ ਤੇ ਉਹਦੀ ਆਉ ਭਗਤ ਚ ਉਹਦੇ ਠਹਿਰਨ ਚ ਉਹਦੇ ਸਭ ਕੁਝ ਨਾ ਕੁਝ ਕਰਦਨੇ ਪੈਸਾ ਤੇ ਸਭ ਕੁਝ ਪਰ ਉਹਨੂੰ ਲੱਗਦਾ ਕਿ ਮੇਰੇ ਵਰਗਾ ਕੋਈ ਆਲੋਚਕ ਨਹੀਂ ਹੈ ਫਿਰ ਉਹਦੀ ਕਿਤਾਬ ਯੂਨੀਵਰਸਿਟੀ ਚ ਵੀ ਲੱਗ ਜਾਂਦੀ ਹੈ ਜਦੋਂ ਕਿ ਨਾ ਉਹ ਕਵਿਤਾ ਦਾ ਹੁੰਦਾ ਹੈ ਨਾ ਕੋਹ ਕਹਾਣੀ ਦਾ ਹੁੰਦਾ ਪਰ ਇਦਾਂ ਕਿ ਇਹਦੇ ਵਰਗਾ ਕੋਈ ਕਹਾਣੀਕਾਰ ਹੈ ਹੀ ਨਹੀਂ ਇਹਦੇ ਵਰਗਾ ਕੋਈ ਕਵਿਤਰੀ ਜਾਂ ਕਵੀ ਹੈ ਹੀ ਨਹੀਂ ਇਥੇ ਇੱਕ ਇੱਕ ਗੱਲ ਹੋ ਰਹੀ ਸੌਰੀ ਮੈਂ ਯੂਨੀਵਰਸਿਟੀ ਦੀ ਨਿਖੇਦੀ ਨਹੀਂ ਕਰਦੀ ਪੰਜਾਬੀ ਯੂਨੀਵਰਸਿਟੀ 'ਚ ਮੈਂ ਇਦਾਂ ਦੀ ਗੱਲ ਨਹੀਂ ਦੇਖੀ ਪਰ ਉੱਥੇ ਵੀ ਮਾੜਾ ਮੋਟਾ ਹੁਣ ਚੱਲਣ ਲੱਗ ਗਿਆ ਕਿ ਕੋਈ ਚੀਜ਼ ਆਈਏਗਾ ਤੇ ਨਹੀਂ ਉਹ ਜਿਹੜਾ ਮੇਰੇ ਕੰਮ ਆਏਗਾ ਕਿ ਨਹੀਂ ਇਹ ਹੋਏਗਾ ਪੰਜਾਬੀ ਯੂਨੀਵਰਸਿਟੀ ਤਾਂ ਮਸ਼ਹੂਰ ਹੈਗੀ ਆ ਕਿ ਉੱਥੇ ਤਾਂ ਗਿਵ ਐਂਡ ਟੇਕ ਹੀ ਜਿਹੜੀ ਹੈ ਉਹ ਹੈ ਤੇ ਉਹਦੇ ਨਾਲ ਨੁਕਸਾਨ ਕੀ ਹੁੰਦਾ ਹੈ ਕਿ ਆਲੋਚਨਾ ਤਾਂ ਠੀਕ ਹੈ ਵੱਖਰੀ ਰਹਿ ਜਾਂਦੀ ਹੈ ਪਰ ਚੰਗੀ ਕਿਤਾਬ ਹੈ ਚੰਗੀ ਕਹਾਣੀ ਹੈ ਚੰਗਾ ਨੋਵਲ ਹੈ ਚੰਗੀ ਕਵਿਤਾ ਹੈ ਚੰਗਾ ਕੁਝ ਵੀ ਹੈ ਉਹ ਪਰ ਦੇਖੇ ਦਿੱਤਾ ਜਾਂਦਾ ਤੇ ਉਹਨਾਂ ਨਾਨੀਆਂ ਦਾ ਪਰ ਪਰ ਇੱਕ ਗੱਲ ਹੋਰ ਫਿਰ ਮੈਂ ਇਥੇ ਆਪਣੀ ਗੱਲ ਕਹਿ ਕੇ ਖਤਮ ਕਰਾਂਗੀ ਕਿ ਜਿਹੜੀ ਚੰਗੀ ਕੋਈ ਵੀ ਚੀਜ਼ ਹੈ ਕਿਰਤ ਹੈ ਜਿਹੜੀ ਆਪਣੇ ਜਿਹੜੀ ਸਿਰਜਣਾਤਮਕ ਕੋਈ ਵੀ ਚੀਜ਼ ਹੈ ਉਹ ਲੋਕਾਂ ਤੋਂ ਦੂਰ ਨਹੀਂ ਰਹਿ ਸਕਦੀ ਜੇ ਚੰਗਾ ਹੈ ਤੇ ਇਸ ਕਰਕੇ ਸੱਦੇ ਤਾਂ ਮੈਂ ਤਾਂ ਕੋਸ਼ਿਸ਼ ਕਰਦੀਆਂ ਕੋਸ਼ਿਸ਼ ਕਰ ਸਕਦੀਆਂ ਕਿ ਜੋ ਲਿਖਾਂ ਉਹ ਚੰਗਾ ਹੀ ਲਿਖਾਂ ਡਿਫਰੈਂਟ ਲਿਖਾਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਇਹ ਫਜ਼ੂਲ ਜਿਹਾ ਪੇਤਲਾ ਲਿਖ ਕੇ ਮੈਂ ਪੇਸ਼ ਕਰਾਂਗੇ ਉਹ ਲੋਕ ਨਹੀਂ ਪੜ ਦੇ ਲੋਕ ਕਿ ਸਾਡੇ ਤੋਂ ਬਹੁਤ ਜ਼ਿਆਦਾ ਸਿਆਣੇ ਐ ਜੇ ਅਸੀਂ ਬੱਚੇ ਨੂੰ ਕਹੀਏ ਕਿ ਬੱਚੇ ਆਹ ਕੰਮ ਕਰਦੇ ਕਿਉਂ ਵਾਈ ਯੂ ਡੂ ਯੋਰself ਤੇ ਉਹ ਕੁਐਸਚਨ ਸਾਨੂੰ ਖੁਦ ਕਰਨਗੇ ਇਸ ਕਰਕੇ ਅਸੀਂ ਕਿਸੇ ਚੀਜ਼ ਨੂੰ ਕੁਝ ਸਮਝਾ ਨਹੀਂ ਸਕਦੇ ਆਲੋਚਨਾ ਤੇ ਮੈਂ ਤਾਂ ਇੰਨੀ ਜ਼ਿਆਦਾ ਬਿਲੀਵ ਨਹੀਂ ਕਰਦੀ ਥੈਂਕ ਯੂ ਬਹੁਤ ਮਿਹਰਬਾਨੀ ਐਸ ਤੋਂ ਇੱਕ ਸਾਡੇ ਕੋਲ ਸਿਰਫ 10 ਮਿੰਟ ਹੋਰ ਰਹਿ ਗਏ ਨੇ ਅਸ ਤੋਂ ਇੱਕ ਗੱਲ ਉੱਭਰ ਕੇ ਆਉਂਦੀ ਹੈ ਕਿ ਗਲਤੀਆਂ ਤੇ ਸਾਰੇ ਲੇਖਕ ਸ਼ਾਇਦ ਕਰਦੇ ਹੀ ਹੋਣਗੇ ਕੋਈ ਪਰਫੈਕਟ ਨਹੀਂ ਹੁੰਦਾ ਔਰ ਮੈਂ ਪਰਫੈਕਸ਼ਨ ਤੇ ਐਟੋਂ ਗੱਲ ਕਰਨਾ ਚਾਹਾਂਗਾ ਜਿਹੜਾ ਤੁਸੀਂ ਜ਼ਿਕਰ ਕੀਤਾ ਹੈਗਾ ਇੱਕ ਕੈਨੇਡੀਅਨ ਰਾਈਟਰ ਨੇ ਬਹੁਤ سارے ਲੋਕਾਂ ਨੇ ਸ਼ਾਇਦ ਪੜਿਆ ਹੋਵੇਗਾ ਮਾਰਗਰੇਟ ਐਟਵੁੱਡ ਬਹੁਤ ਹੀ ਅੱਛੀ ਕੈਨੇਡੀਅਨ ਰਾਈਟਰ ਨੇ ਉਹਨਾਂ ਨੇ ਲਿਖਿਆ ਸੀ ਕਿ ਅਸੀਂ ਅਗਰ ਪਰਫੈਕਸ਼ਨ ਲੱਭਦੇ ਰਵਾਂਗੇ ਤੇ ਇੱਕ ਲਫ਼ਜ਼ ਵੀ ਨਹੀਂ ਲਿਖ ਪਾਵਾਂਗੇ ਕੀ ਇੱਕ ਕ੍ਰਾਈਟਰ ਨੂੰ ਹਮੇਸ਼ਾ ਪਰਫੈਕਸ਼ਨ ਹੀ ਲੱਭਦੇ ਰਹਿਣਾ ਚਾਹੀਦਾ ਹੈ ਕਿ ਸਾਨੂੰ ਤਾਂ ਹੀ ਛਪਾਣਾ ਚਾਹੀਦਾ ਹੈ ਜਦੋਂ ਤੁਹਾਨੂੰ ਲੱਗੇ ਕਿ ਅਸੀਂ ਬਿਲਕੁਲ ਪਰਫੈਕਟ ਹੋ ਗਏ ہیں ਜਾਂ ਸਾਨੂੰ ਲੋਕ ਕੋਈ ਪਰਫੈਕਟ ਕਹਿਣਗੇ ਐਂਡਾ ਹੀ ਇੱਕ ਟੌਮ ਸਟਾਪਵਰਡ ਕਰਕੇ ਇੱਕ ਲੇਖਕ ਹੋਏ ਨੇ ਉਹਨਾਂ ਨੇ ਕਿਹਾ ਜੀ ਅੱਖਰ ਬੜੇ ਪਵਿੱਤਰ ਹੁੰਦੇ ਨੇ ਉਹਨਾਂ ਨੂੰ ਆਦਰ ਮਾਨ ਨਾਲ ਹੀ ਇਸਤੇਮਾਲ ਕਰਨਾ ਚਾਹੀਦਾ ਹੈ ਮੇਰਾ ਕੁਐਸਚਨ ਤੁਹਾਨੂੰ ਇਹ ਹੈਗਾ ਕਿ ਲੇਖਕ ਤਾਂ ਹੀ ਲਿਖਣਗੇ ਜਦੋਂ ਉਹ ਪਰਫੈਕਟ ਮਹਿਸੂਸ ਕਰਨਗੇ ਜਾਂ ਲੋਕ ਉਹਨਾਂ ਨੂੰ ਪਰਫੈਕਟ ਕਹਿਣਗੇ ਕਿ ਉਹ ਸਟੇਜ ਕਦੀ ਆਉਂਦੀ ਹੈ ਇੱਕ ਲੇਖਕ ਵਾਸਤੇ ਜਾਂ ਫਿਰ ਲੇਖਕ ਨੂੰ ਕਿਸ ਸਟੇਜ ਤੇ ਇਨਟਰੋਸਪੈਕਸ਼ਨ ਕਰਨੀ ਚਾਹੀਦੀ ਹੈ ਆਪਣਾ ਅੰਤਰ ਧਿਆਨ ਕਰਨਾ ਚਾਹੀਦਾ ਹੈ ਜਦੋਂ ਉਹਨੂੰ ਲੱਗੇ ਕਿ ਮੇਰੀ ਲਿਖਤ ਜਿਹੜੀ ਹੈ ਉਹ ਪਾਠਕਾਂ ਤੱਕ ਪਹੁੰਚਾਉਣ ਯੋਗ ਹੈਗੀ ਹੈ ਅ ਸਰਜੀਤ ਜੀ ਜੇ ਮੈਂ ਤੁਹਾਡੇ ਤੋਂ ਸ਼ੁਰੂ ਕਰਾਂਗਾ ਬਰੀਫ ਵਿੱਚ ਆਨਸਰ ਕਰਨਾ ਕਿਉਂਕਿ ਸਾਡੇ ਕੋਲ ਬਹੁਤ ਘੱਟ ਟਾਈਮ ਰਹਿ ਗਿਆ ਹੈ ਜੀ ਹਾਂਜੀ ਅ ਕਿ ਜਿਹੜੀਆਂ ਭਾਵਨਾਵਾਂ ਹੁੰਦੀਆਂ ਨੇ ਜਾਂ ਜਿਹੜੇ ਵਿਚਾਰ ਹੁੰਦੇ ਨੇ ਨਾ ਜੇ ਉਹ ਚੰਗੇ ਨੇ ਤੇ ਜੇ ਉਹਦੇ ਵਿੱਚ ਭਾਸ਼ਾ ਦੇ ਵਿੱਚ ਕੋਈ ਇੰਪਰਫੈਕਸ਼ਨ ਹੈ ਲੇਕਿਨ ਉਹਦਾ ਮੈਸੇਜ ਜਾਂਦਾ ਹੈਗਾ ਆ ਤੇ ਮੇਰਾ ਖਿਆਲ ਹੈ ਕਿ ਉਸ ਨੂੰ ਲਿਖ ਲੈਣਾ ਚਾਹੀਦਾ ਪਰ ਜਿਹੜੀ ਕੋਈ ਵੀ ਸਾਹਿਤਿਕ ਰਚਨਾ ਹੈ ਨਾ ਉਹਦਾ ਜਿਹੜਾ ਰੂਪ ਹੈ ਨਾ ਕਮ ਸੇ ਕਮ ਕਿਸੇ ਹੱਦ ਤੱਕ ਉਹ ਰੂਪ ਤਾਂ ਹੋਣਾ ਚਾਹੀਦਾ ਕਈ ਲੋਕ ਆਪਣੀਆਂ ਹੀ ਐਵੇਂ ਹੀ ਗੱਲਾਂ ਲਿਖਣੀਆਂ ਸ਼ੁਰੂ ਕਰ ਦਿੰਦੇ ਨੇ ਜਿਹੜੀ ਕਿ ਕਵਿਤਾ ਹੁੰਦੀ ਵੀ ਨਹੀਂ ਹੈਗੀ ਹੈ ਸੋ ਮੇਰਾ ਖਿਆਲ ਹੈ ਕਿ ਥੋੜਾ ਜਿਹਾ ਤਾਂ ਧਿਆਨ ਰੱਖਣਾ ਪੈਂਦਾ ਹੈ ਹਾਂਜੀ ਅਸਲੀ ਪਛਤ ਇੱਥੇ ਮੈਂ ਇਹ ਰਸੂਲ ਹਮਜ਼ਾ ਤੋਫ ਸਾਹਿਬ ਦੀ ਇੱਕ ਗੱਲ ਕੋਟ ਕਰਾਂਗਾ ਕਿ ਉਹਨਾਂ ਨੇ ਕਿਹਾ ਕਿ ਬੱਚਾ ਜਿਹੜਾ ਨਾ ਉਹ 2 2.5 ਸਾਲ ਦੀ ਉਮਰ ਦੇ ਵਿੱਚ ਜਾ ਕੇ ਨਾ ਕੋਈ ਫਿਕਰੇ ਬੋਲਣਾ ਸਿੱਖਦਾ ਹੈ ਤੇ ਬੁੱਢਾ 60 ਸਾਲ ਤੋਂ ਬਾਅਦ ਜਾ ਕੇ ਚੁੱਪ ਰਹਿਣਾ ਸਿੱਖਦਾ ਹੈ ਆਂਦਾ ਨਾ ਤੇ ਮੈਂ ਬੱਚਾ ਹਾਂ ਤਾਂ ਨਾ ਮੈਂ ਬੁੱਢਾ ਹਾਂ ਤੇ ਦਰਮਿਆਨੀ ਏਜ ਵਿੱਚ ਆ ਤੇ ਆਂਦਾ ਮੈਨੂੰ ਫخر ਉਹਨਾਂ ਲਫ਼ਜ਼ਾਂ ਦੇ ਉੱਤੇ ਜਿਹੜੇ ਮੈਂ ਜ਼ੁਬਾਨ 'ਚ ਉਦਾਦ ਨਹੀਂ ਹੋਏ ਤੇ ਸ਼ਰਮਿੰਦਗੀ ਉਹਨਾਂ ਤੇ ਜਿਹੜੇ ਜ਼ੁਬਾਨ 'ਚ ਨਿਕਲ ਗਏ ਬਹੁਤ ਖੂਬ ਮੈਂ ਐਸੇ ਤੋਂ ਇੱਕ ਅੱਗੇ ਸਵਾਲ ਪੁੱਛਾਂਗਾ ਪਰ ਉਸ ਤੋਂ ਪਹਿਲਾਂ ਮੈਂ ਨਿਰਮਲ ਜੀ ਨੂੰ ਆ ਚਾਹਾਂਗਾ ਕਿ ਆਨਸਰ ਕਰ ਲੈਣ अगर कुछ कहना चाहो तो आप सब देखते पूछा किसी भूल गए <laughs> राइटर दी खासियत है राइटर कभी-कभी भूल जाते हैं मैंने तो अपने आप मैं पूछया ए सिगा कि एक राइटर जब तक परफेक्शन ही ਲੱਭਦਾ ਰਹੇਗਾ ਜਾਂ ਕਿ ਬਿਨਾਂ ਪਰਫੈਕਸ਼ਨ ਤੋਂ ਵੀ ਲਿਖ ਸਕਦਾ ਹੈ ਐਸਾ ਹੈ ਜਰਾ ਸ਼ੋਰਟ ਆਨਸਰ ਕਰਨਾ ਕਿ ਸਾਡੇ ਕੱਟੋ-ਕੱਟ ਬਹੁਤ ਨੇ ਹੋਰ ਸਵਾਲ ਨੇ ਛੋਟੀ ਕਰਾਂਗੀ ਕਿ ਮੈਂ ਥੋੜਾ ਜਿਹਾ ਮਾਈਂਡ ਇੱਧਰ-ਉੱਧਰ ਚਲਾ ਜਾਂਦਾ ਕਿ ਹੋਰ ਸੋਚਣ ਲੱਗ ਗਈ ਐਨੀਵੇ ਤੇ ਕਵਿਤਾ ਨਹੀਂ ਲਿਖਦਾ ਤੇ ਇਸ ਰਹਿ ਕੇ ਜਦੋਂ ਪਰਫੈਕਸ਼ਨ ਦੀ ਗੱਲ ਕੀਤੀ ਇੱਕ ਨਾ ਕੋਈ ਸ਼ਾਇਰ ਸੀਗਾ ਤੇ ਕਹਿੰਦੇ ਮੈਂ ਕਵਿਤਾ ਤਾਂ ਲਿਖਦੀ ਆ ਸੌਰੀ ਲੇਡੀਜ਼ ਮੈਂ ਨਾ ਨਹੀਂ ਲਾਵਾਂਗੀ ਤੇ ਹੋ ਉਹਨੂੰ ਵੈਸੇ ਫੋਟ ਹੋ ਗਿਆ ਕਹਿੰਦੇ ਮੈਂ ਨਾ ਗੱਜਲ ਵੀ ਲਿਖਦੀ ਆ ਮੈਂ ਕਿਉਂ ਨੈਚਰਲੀ ਗਜ਼ਲ ਤਾਂ ਗਜ਼ਲੀ ਲਿਖ ਦਿਓਗੇ ਗਜ਼ਲ ਤਾਂ ਹੈ ਨਹੀਂ ਪਰ ਕਹਿੰਦੇ ਮੈਂ ਅਰੂਜ਼ ਵਗੈਰਾ ਨਹੀਂ ਲਿਖਦੀ ਇਹ ਨਹੀਂ ਲਿਖਦੀ ਮੈਂ ਕਿ ਜੇ ਤੁਸੀਂ ਗਜ਼ਲ ਨੂੰ ਗਜ਼ਲ ਦੇ ਤੌਰ ਤੇ ਨਹੀਂ ਲਿਖੋਗੇ ਇਹ ਤੁਹਾਨੂੰ ਅਰੂਜ਼ ਵਗੈਰਾ ਜਿਹੜੇ ਨਿਯਮ ਹੈ ਇਹ ਸਿੱਖਨੇ ਪੈਣਗੇ ਤਾਂ ਹੀ ਜਾਓਗੇ ਜੇ ਤੁਸੀਂ ਨਾਵਲ ਲਿਖ ਰਹੇ ਨਾਵਲ ਦੇ ਵਿਧਾਪ ਉਹ ਮੈਂ ਤੁਸੀਂ ਅਲੱਗ ਹੈ ਪਰ ਤੁਹਾਨੂੰ ਉਸ ਪਰਫੈਕਸ਼ਨ ਤਾਂ ਚਾਹੀਦੀ ਹੈ ਜੇ ਤੁਸੀਂ ਕਹਾਣੀ ਲਿਖ ਰਹੇ ਉਹ ਕਹਾਣੀ ਚਾਹੀਦੀ ਦੇਖੋ ਪਰਫੈਕਟ ਹੋ ਵੀ ਨਾ ਹੋਵੇ ਪਰ ਤੁਸੀਂ ਕੋਈ ਨਵੀਂ ਚੀਜ਼ ਦਿਓਗੇ ਤੇ ਉਹ ਚੀਜ਼ ਲੋਕਾਂ ਦੇ ਨਜ਼ਰਾਂ ਚ ਆਉਂਦੀ ਆਉਂਦੀ ਹੈ ਮੈਂ ਜਿਹੜੇ ਸਬਜੈਕਟ ਹੈ ਬਿਲਕੁਲ ਡਿਫਰੈਂਟ ਲੈਂਦੀਆਂ ਹੋਰ ਲੈਂਗੁਏਜ ਵੀ ਮੇਰੀ ਡਿਫਰੈਂਟ ਹੁੰਦੀ ਹੈ ਇਸ ਕਰਕੇ ਥੋੜਾ ਜਿਆਦਾ ਲੋਕੀ ਕਹਿੰਦੇ ਕਿ ਪੜਨਾ ਤੇ ਮੈਨੂੰ ਥੋੜਾ ਜਿਹਾ ਆਪਣੇ ਤੇ ਅਭਿਮਾਨ ਤਾਂ ਨਹੀਂ ਥੋੜਾ ਚੰਗਾ ਲੱਗਦਾ ਹੈ ਕਿ ਹਾਂ ਵੀ ਲੋਕ ਜਿਹੜੇ ਪਾਠਕ ਹੈ ਮੇਰੇ ਕ੍ਰੀਏਟ ਹੋ ਰਿਹਾ ਹੈ ਤੇ ਪਰਫੈਕਸ਼ਨ ਇੱਕ ਨੋਲੇਜ ਬਹੁਤ ਜ਼ਰੂਰੀ ਹੈ ਜੀ ਥੈਂਕ ਯੂ ਫਿਲਮ ਪਾਸ਼ਾ ਸਾਹਿਬ ਨੇ ਇੱਕ ਪੁਆਇੰਟ ਹੁਣੇ ਰੇਜ਼ ਕੀਤਾ ਕਿ 60 ਸਾਲ ਦਾ ਜਿਹੜਾ ਇਨਸਾਨ ਹੈ ਉਹ ਇੱਕ ਹੋਰ ਤਰੀਕੇ ਨਾਲ ਲਿਖਦਾ ਹੈ ਵਗੈਰਾ ਵਗੈਰਾ ਉਸੇ ਤੋਂ ਮੇਰੇ ਇੱਕ ਸਵਾਲ ਮੇਰੇ ਜ਼ਿਹਨ ਵਿੱਚ ਆਇਆ ਉਹ ਹੈ ਬੋਲਡ ਰਾਈਟਿੰਗ ਬਹੁਤ ਸਾਰੇ ਰਾਈਟਰਸ ਜਿਹੜੇ ਨੇ ਉਹ ਬੜਾ ਹੋਲਡ ਕਰਦੇ ਨੇ ਆਪਣੇ ਆਪ ਨੂੰ ਕਿਉਂਕਿ ਉਹ ਸੋਚਦੇ ਨੇ ਕਿ ਮੈਂ 60 ਸਾਲ ਦਾ ਹੋ ਗਿਆ ਐ ਅਗਰ ਮੁਹੱਬਤ ਦੀਆਂ ਗੱਲਾਂ ਕਰਾਂਗਾ ਲੋਕ ਕਹਿਣਗੇ ਕਿ ਦੇਖੋ ਇਹ ਹਾਲੇ ਵੀ ਮੁਹੱਬਤ ਦੀਆਂ ਗੱਲਾਂ ਕਰਦੇ ਨੇ ਕੀ ਇੱਕ ਮੁਹੱਬਤ ਕਰਨ ਲਈ ਕੋਈ ਉਮਰ ਹੁੰਦੀ ਹੈ ਕੀ ਇੱਕ ਲੇਖਕ ਦੀ ਕੋਈ ਆਟੋ ਬਾਇਓਗ੍ਰਾਫੀਕਲ ਹੋਣਾ ਜ਼ਰੂਰੀ ਹੈ ਕਿ ਇੱਕ ਲੇਖਕ ਜਦੋਂ ਲਿਖਦਾ ਹੈ ਉਹ ਕੀ ਆਪਣੇ ਬਾਰੇ ਹੀ ਲਿਖਦਾ ਹੈ ਕੀ ਉਹ ਦੂਜਿਆਂ ਦੇ ਜੋ ਦੁੱਖ ਦਰਦ ਜਾਂ ਸੈਂਸਿਬਿਲਿਟੀਜ਼ ਨੇ ਉਹਨਾਂ ਨੂੰ ਲੈ ਕੇ ਨਹੀਂ ਲਿਖਦਾ ਮੈਂ ਇਹ ਜਾਨਣਾ ਚਾਹਾਂਗਾ ਤੁਹਾਡੇ ਤਿੰਨਾਂ ਕੋਲੋਂ ਸ਼ਾਰਟ ਵਿੱਚ ਆਨਸਰ ਦੇਣਾ ਕਿਉਂਕਿ ਸਾਡੇ ਕੋਲ ਆਖਰੀ 5 ਮਿੰਟ ਹੀ ਹਨ ਹੁਣ ਜਿਹੜੇ ਬੱਚੇ ਨੇ ਤੁਸੀਂ ਮੈਨੂੰ ਦੱਸੋ ਕਿ ਇੱਕ ਜਦੋਂ ਲੇਖਕ ਲਿਖਦਾ ਹੈ ਉਹ ਕੀ ਔਰ ਫੀਮੇਲ ਸੈਂਟ੍ਰਿਕ ਇੱਕ ਕੁਐਸਚਨ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਤੁਸੀਂ ਦੋ ਲੇਡੀਜ਼ ਬੈਠੀਆਂ ਹੋ ਇੱਕ ਜਦੋਂ ਔਰਤ ਲਿਖਦੀ ਹੈ ਕੀ ਉਹ ਸੋਚਦੀ ਹੈ ਕਿ ਮੈਂ ਅਗਰ ਇਹ ਜ਼ਿਆਦਾ ਪਿਆਰ ਮੁਹੱਬਤ ਜਾਂ ਬੋਲਡ ਰਾਈਟਿੰਗ ਕਰਾਂਗੀ ਜਿਹੜੀ ਨਿਰਮਲ ਜਸਵਾਲ ਹੋਣੀ ਮੈਂ ਇਹਨਾਂ ਕੋਲੋਂ ਜ਼ਰੂਰ ਪੁੱਛਾਂਗਾ ਇਹ ਸਵਾਲ ਕਿਉਂਕਿ ਮੈਂ ਦੇਖਿਆ ਇਹਨਾਂ ਦੀ ਰਾਈਟਿੰਗ 'ਚ ਕੁਝ ਬੋਲਡ ਚੀਜ਼ਾਂ ਨੇ ਜਿਹੜੀਆਂ ਆਮ ਫੀਮੇਲ ਰਾਈਟਰਸ ਦੇ ਨਹੀਂ ਹੁੰਦੀਆਂ ਕੀ ਉਹ ਸੋਚਦੀ ਹੈ ਕਿ ਮੇਰੇ ਬੱਚੇ ਕੀ ਕਰ ਕਹਿਣਗੇ ਮੇਰੇ ਘਰ ਵਾਲੇ ਕੀ ਕਹਿਣਗੇ ਜਾਂ ਮੇਰਾ ਗੌਂਡੀ ਕੀ ਕਹੇਗਾ ਜਾਂ ਕਿ ਉਹ ਬੇਖੌਫ ਹੋ ਕੇ ਇੱਕ ਔਰਤ ਲਿਖ ਸਕਦੀ ਹੈ ਜਾਂ ਕਿ ਇੱਕ ਇਨਸਾਨ ਜਿਹੜਾ 60 ਸਾਲ ਦੀ ਉਮਰ ਦਾ ਜਿਵੇਂ ਸਲੀਮ ਪਾਸ਼ਾ ਸਾਹਿਬ ਨੇ ਐਗਜ਼ਾਮਪਲ ਦਿੱਤੀ ਹੈ ਜਾਂ 70 ਸਾਲ ਦਾ ਜਾਂ 80 ਸਾਲ ਦਾ ਕੀ ਉਹਨੂੰ ਕੋਈ ਪ੍ਰਹੀਬਿਸ਼ਨਸ ਹੋਣੀਆਂ ਚਾਹੀਦੀਆਂ ਨੇ ਕਿ ਉਹ ਆਪਣੇ ਜਿਹੜੇ ਤਾਸੁਰਾਤ ਨੇ ਉਹ ਐਕਸਪ੍ਰੈਸ ਨਹੀਂ ਕਰ ਸਕਦਾ ਕਿਉਂਕਿ ਲੋਕ ਕੀ ਕਹਿਣਗੇ ਸੁਰਜੀਤ ਜੀ ਮੈਂ ਤੁਹਾਡੇ ਤੋਂ ਸ਼ੁਰੂ ਕਰਦਾ ਮੇਰੇ ਖਿਆਲ ਹੈ ਕਿ ਉਮਰ ਦੇ ਨਾਲ ਜਿਹੜੀ ਇੱਕ ਸਿਆਣਪ ਆਂਦੀ ਹੈ ਨਾ ਉਹ ਬਹੁਤ ਜ਼ਰੂਰੀ ਹੈਗੀ ਹੈ ਕਿ ਜੇ ਅਸੀਂ 60 ਸਾਲ ਦੇ ਹੋ ਕੇ ਜਾਂ 70 ਸਾਲ ਦੇ ਹੋ ਕੇ ਵੀ ਅਸੀਂ ਸਿਰਫ ਇਸ਼ਕੀਆ ਕਵਤਾਂ ਲਿਖੀਆਂ ਸਮਾਜ ਤੋਂ ਅਸੀਂ ਕੀ ਲਿਆ ਸਿਰਫ ਇਸ਼ਕ ਲਿਆ ਤੇ ਦੂਜੀ ਗੱਲ ਹੈ ਕਿ ਜਿਹੜਾ ਰਾਈਟਰ ਹੈ ਉਹਦੇ ਕੋਲ ਜ਼ੁਬਾਨ ਹੈ ਉਹਦੇ ਕੋਲ ਭਾਸ਼ਾ ਹੈਗੀ ਹੈ ਉਹ ਕੋਈ ਜਿਹੜੀ ਉਹ ਨੈਗੇਟਿਵ ਗੱਲ ਕਹਿ ਲਓ ਜਾਂ ਜਿਹਨੂੰ ਬੋਲਡ ਗੱਲ ਕਹਿ ਲਓ ਉਹ ਉਸਨੂੰ ਜ਼ਰੂਰੀ ਨਹੀਂ ਕਿ ਉਸਨੂੰ ਨੰਗਾ ਕਰਕੇ ਲਿਖੇ ਉਹ ਉਸਨੂੰ ਉਹਦੇ ਕੋਈ ਸ਼ਬਦ ਹੁੰਦੇ ਨੇ ਉਹ ਉਹਨਾਂ ਨੂੰ ਛੁਪਾ ਕੇ ਵੀ ਲਿਖ ਸਕਦਾ ਹੈ ਇਸ਼ਾਰਾ ਵੀ ਕਰ ਸਕਦਾ ਹੈ ਸੋ ਮੇਰਾ ਖਿਆਲ ਹੈ ਕਿ ਆਪਣੀ ਜਿਹੜੀ ਸਿਆਣਪ ਹੈ ਉਹ ਜਿਉਂ-ਜਿਉਂ ਤੁਹਾਡੀ ਸਿਆਣਪ ਵੱਧਦੀ ਹੈ ਤੇ ਬਾਕੀ ਡਰ ਕੇ ਨਹੀਂ ਕੋਈ ਵੀ ਲਿਖਦਾ ਹੈਗਾ ਇਹ ਤੁਹਾਡੀ ਫਿਤਰਤ ਹੁੰਦੀ ਹੈ ਕਿ ਤੁਸੀਂ ਕੀ ਸੋਚਦੇ ਹੋ ਜੋ ਤੁਸੀਂ ਸੋਚਦੇ ਹੋ ਉਹੀ ਤੁਹਾਡੀ ਲਿਖਤ ਦੇ ਵਿੱਚ ਆਉਂਦਾ ਹੈ ਜੋ ਤੁਸੀਂ ਸਮਝਦੇ ਹੋ ਜੋ ਤੁਸੀਂ ਗ੍ਰਹਿਣ ਕਰਦੇ ਹੋ ਸਮਾਜ 'ਚ ਉਹੀ ਆਉਂਦਾ ਹੈ ਮੇਰਾ ਖਿਆਲ ਹੈ ਕਿ ਡਰ ਨਹੀਂ ਕਿਸੇ ਦਾ ਵੀ ਹੁੰਦਾ ਹੈਗਾ ਜੋ ਅਸੀਂ ਸੋਚਦੇ ਹਾਂ ਉਹ ਲਿਖਦੇ ਹਾਂ ਹਾਂਜੀ ਫਿਲਮ ਪਾਸ਼ਾ ਸਾਹਿਬ ਜੀ ਸਰ ਹਰ ਬੰਦੇ ਦੇ ਦਾ ਇੱਕ ਆਪਣਾ ਸਟਾਈਲ ਹੁੰਦਾ ਕੋਈ ਰਮਾਂਸ 'ਤੇ ਲਿਖਦਾਵੇ ਕੋਈ ਸਮਾਜ ਦੇ ਉੱਤੇ ਲਿਖਦਾਵੇ ਕੋਈ ਜਿਹੜਾ ਨਾ ਸਿਆਸੀ ਸਮਾਜ ਹਾਲਾਤ ਦੇ ਉੱਤੇ ਲਿਖਦਾ ਵੇ ਉਹਦੇ ਡਿਪੈਂਡ ਕਰਦਾ ਕੋ ਉਹਦੇ ਬਾਰਦਾਤ ਦਾ ਜਿਹੜਾ ਨਾ ਕੀ ਸਟਾਈਲ ਹੈ ਤੇ ਬਾਕੀ ਜਿਹੜਾ ਤੁਸੀਂ ਬੋਲਡ ਦਾ ਗੱਲ ਕੀਤੀ ਹੈ ਜੇ ਮੰਟੋ ਨੂੰ ਦੇਖੀਏ ਤੇ ਉਹਨੇ ਜਿੰਨੇ ਅਫਸਾਨੇ ਬੋਲਡ ਲਿਖੇ ਨੇ ਉਹ ਉਹ ਫਿਰ ਵੀ ਲੋਕਾਂ ਦੇ ਵਿੱਚ ਐਕਸੈਪਟੇਬਲ ਨੇ ਬੇਸ਼ੱਕ ਉਹਦੀ ਫੈਮਿਲੀ ਦੇ ਜਿਹੜੀ ਉਹਦੀਆਂ ਬੇਟੀਆਂ ਤਾਂ ਉਹ ਕਹਿੰਦੀਆਂ ਨੇ ਕਿ ਸਾਨੂੰ ਮੈਟ੍ਰਿਕ ਤੱਕ ਆਪਣੇ ਵਾਲਦ ਦੀਆਂ ਕਿਤਾਬਾਂ ਪੜ੍ਹਨ ਦੀ ਇਜਾਜ਼ਤ ਨਹੀਂ ਸੀ ਲੇਕਿਨ ਇਸ ਦੇ ਬਾਵਜੂਦ ਸੋਸਾਇਟੀ ਦੇ ਵਿੱਚ ਉਹਨਾਂ ਕਿਸ ਤਰ੍ਹਾਂ ਸਵੀਕਾਰ ਕੀਤਾ ਗਿਆ ਉਹਨਾਂ ਦੀਆਂ ਲਿਖਤਾਂ ਨੂੰ ਔਰ ਇੰਡੀਆ ਪਾਕਿਸਤਾਨ ਅਯੋਧਿਆ ਕਰ ਰਿਹਾ ਚੀਜ਼ ਦੇ ਉੱਤੇ ਕਿ ਦੋਵੇਂ ਕਲੇਮ ਕਰਦੇ ਨੇ ਕਿ ਸਾਡਾ ਰਾਈਟਰ ਹੈ ਤੋ ਇਹ ਜਿਹੜਾ ਨਾ ਬੋਲਡਨੈਸ ਜਿਹੜੀ ਹੈ ਨਾ ਉਹ ਉਹ ਇੱਕ ਹੂਬੀ ਵੀ ਹੈ ਬਹੁਤ ਵੱਡੀ ਜੀ ਬਹੁਤ ਮਿਹਰਬਾਨੀ ਨਿਰਮਲ ਜੀ ਛੋਟਾ ਜਿਹਾ ਆਨਸਰ ਇਸ ਤਰ੍ਹਾਂ ਹੈ ਕਿ ਛੋਟਾ ਆਨਸਰ ਨਹੀਂ ਮੈਂ ਦੇ ਸਕਦੀ ਕਿ ਜਿਹੜਾ ਬੋਲਡਨੈਸ ਹੈ ਇਹ ਨਜ਼ਰੀਆ ਦੇਖਣ ਵਾਲੇ ਤੇ ਹੈ ਇੱਕ ਸਟੈਚੂ ਹੈ ਜੇ ਉਸ ਅੱਧਾ ਚੀਨਾ ਜਿਆ ਪਰਦਾ ਪਿਆ ਤੇ ਅੱਧਾ ਨੰਗਾ ਜਿਆ ਤੇ ਉਹ ਦੇਖਣ ਦੇ ਨਜ਼ਰੀਏ ਤੇ ਮਤਲਬ ਲੋਕ ਕਿ ਲੋਕ ਉਸ ਤਰ੍ਹਾਂ ਦੇਖ ਰਹੇ ਨੇ ਉਹ ਬੰਦਾ ਕਿਸ ਤਰ੍ਹਾਂ ਉਸ ਨੂੰ ਦੇਖ ਰਿਹਾ ਹੈ ਤੇ ਮੈਨੂੰ ਲੱਗਦਾ ਕਿ ਜਿਹੜੇ ਲਿਟਰੇਚਰ ਵਿੱਚ ਕੋਈ ਮਤਲਬ ਸਲੀਲ ਨਹੀਂ ਹੁੰਦਾ ਕੋਈ ਸਲੀਲ ਨਹੀਂ ਹੁੰਦਾ ਅਸਲੀਲ ਤੇ ਸਲੀਲ ਦੀ ਭਾਸ਼ਾ ਪਹਿਲਾਂ ਜਿਹੜੀ ਆਪਣੀ ਭਾਸ਼ਾ ਪਹਿਲਾਂ ਜਿਹਦੇ ਮਕਰਰ ਕੀਤੀ ਜਾਵੇ ਤਾਂ ਹੀ ਪਤਾ ਲੱਗ ਸਕਦਾ ਹੈ ਤੇ ਮੈਂ ਲਿਖਦੀ ਹਾਂ ਕਿ ਮੈਨੂੰ ਤਾਂ ਜੋ ਸਮਾਜ ਦਿਖਦਾ ਹੈ ਉਹ ਲੱਗਦਾ ਤੇ ਮੈਨੂੰ ਲੱਗਦਾ ਕਿ ਮੈਂ ਤਾਂ ਮੇਰੇ ਦਾ ਜ਼ਰੇ ਜ਼ਰੇ ਚ ਮੁਹੱਬਤ ਸਮਾਈ ਹੋਈ ਹੈ ਤੇ ਮੈਂ ਤਾਂ ਮੁਹੱਬਤ ਤੋਂ ਸਿਵਾ ਹੋਰ ਕੋਈ ਗੱਲ ਹੀ ਨਹੀਂ ਕਰਦੀ ਐ ਜ਼ਿਕਰ ਦੇ ਵੀ ਹਾਂ ਪਰ ਇਹ ਦੇਖਣ ਵਾਲੇ ਨੇ ਜ਼ਰੇ ਇਹ ਕਿ ਮੇਰੀ 60 ਸਾਲ ਦੀ ਉਮਰ ਹੋ ਗਈ ਕਿ 70 ਦੀ ਹੋ ਗਈ ਕਿ 40 ਦੀ 45 ਦੀ ਐ ਕਿ ਉਹ ਮੁਹabbat ਕਿਸ ਤਰ੍ਹਾਂ ਦੀ ਹੈਗੀ ਹੈ ਕਿ ਤੁਹਾਡੇ ਚ ਉਹ ਲਸਟ ਹੈ ਲਵ ਤੇ ਲਸਟ ਜਿਹੜਾ ਡਿਫਰੈਂਟ ਜਦੋਂ ਪਤਾ ਲੱਗ ਜਾਏਗਾ ਉਹ ਲੋਕੀ ਉਸ ਚੀਜ਼ ਨੂੰ ਸਮਝਣ ਲੱਗ ਜਾਣਗੇ ਤੇ ਸਲੀਲ ਤੇ ਅਸਲੀਲ ਦੀ ਮੈਨੂੰ ਕੋਈ ਪਰਿਭਾਸ਼ਾ ਹੁਣ ਤੱਕ ਨਹੀਂ ਪਤਾ ਲੱਗੀ ਤੇ ਮੈਂ ਤਾਂ ਜਿਸ ਤਰ੍ਹਾਂ ਚਾਹਨੀ ਆ ਉਸ ਤਰ੍ਹਾਂ ਲਿਖਦੀ ਆ ਔਰ ਐਸਟੇ ਅਸੈਪਟੇਬਲ ਹੈ ਤੇ ਮੈਨੂੰ ਗੁਵਾਨ ਹੈ ਕਿ ਹਾਂ ਵੀ ਲੋਕੀ ਇਹਨੂੰ ਐਸੈਪਟ ਕਰਦੇ ਨੇ ਓ ਵਕਦ ਦਾ ਤਕਾਜ਼ਾ ਹੈ ਬੜਾ ਮਜ਼ਾ ਆ ਰਿਹਾ ਸੀ ਦਿਨਾਂ ਨਾਲ ਗੱਲ ਕਰਕੇ ਬੜੀ ਖੂਬਸੂਰਤ ਆਡੀਅנס ਵੀ ਹੈ ਬਹੁਤ ਸਾਰੇ ਕੁਐਸਚਨ ਵੀ ਹੋਰ ਸਨ ਪਰ ਵਕਦ ਦਾ ਤਕਾਜ਼ਾ ਹੈ ਸਾਨੂੰ ਇੱਥੇ ਹੀ ਰੁਕਣਾ ਪਏਗਾ ਇਹਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਅੱਜ ਦੇ ਸੈਸ਼ਨ ਦੇ ਵਿੱਚੋਂ ਨਿਕਲ ਕੇ ਆਈਆਂ ਨੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਂ ਸਮ ਅਪ ਨਹੀਂ ਕਰਨਾ ਚਾਹਾਂਗਾ ਮੈਂ ਇੱਕ ਗੱਲ ਕਰਨਾ ਸਿਰਫ ਕਹਿਣਾ ਚਾਹਾਂਗਾ ਕਿ ਇੱਕ ਗੱਲ ਜਿਹੜੀ ਨਿਕਲ ਕੇ ਆਈ ਹੈ ਉਹ ਇਹ ਹੈਗੀ ਹੈ ਕਿ ਪਰਫੈਕਸ਼ਨ ਤੇ ਪੋਸੀਬਲ ਨਹੀਂ ਹੈਗੀ ਇਸੇ ਲਈ ਕਿਸੇ ਰਾਈਟਰ ਨੇ ਕਿਹਾ ਸੀਗਾ ਕਿ ਅਗਰ ਤੁਸੀਂ ਮਾੜਾ ਲਿਖਦੇ ਹੋ ਉਹਨੂੰ ਤੇ ਐਡਿਟ ਕਰ ਸਕਦੇ ਹੋ ਪਰ ਤੁਸੀਂ ਇੱਕ ਖਾਲੀ ਪੰਨੇ ਨੂੰ ਕੀ ਕਰੋਗੇ ਸੋ ਇਸ ਕਰਕੇ ਲਿਖਦਾ ਰਹਿਣਾ ਚਾਹੀਦਾ ਹੈ ਜੋ ਵੀ ਲਿਖੋ ਲਿਖਦੇ ਰਹੋ ਤਾਂ ਕਿ ਉਹ ਕਹਿੰਦੇ ਨੇ ਤੁਸੀਂ ਪਹਿਲਾਂ ਦਿਲ ਨਾਲ ਲਿਖ ਲਵੋ ਫਿਰ ਬਾਅਦ ਦੇ ਵਿੱਚ ਦਿਮਾਗ ਨਾਲ ਉਹਨੂੰ ਐਡਿਟ ਕਰ ਲਵੋ ਸੋ ਇਹਨਾਂ ਲਫ਼ਜ਼ਾਂ ਨਾਲ ਹੀ ਮੈਂ ਕਹਾਂਗਾ ਕਿ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਤਿੰਨਾਂ ਦਾ ਸ਼ੁਕਰਗੁਜ਼ਾਰ ਹਾਂ ਤੁਸੀਂ ਆਏ ਅੱਜ ਦੀ ਸਵੇਰ ਆਪਣਾ ਵਕਤ ਕੀਤਾ ਔਰ ਬੜੀਆਂ ਖੂਬਸੂਰਤ ਗੱਲਾਂ ਕੀਤੀਆਂ ਕੈਨੇਡੀਅਨ ਸਾਊਥ ਏਸ਼ੀਅਨ ਲਿਟਰਰੀ ਫੈਸਟੀਵਲ ਦੇ ਐਸਕਨ ਕਲੇਵ ਨੂੰ ਮੈਂ ਕਨਕਲੂਡ ਕਰਦਾ ਹੋਇਆ ਇਨਾ ਹੀ ਕਵਾਂਗਾ ਔਰ ਤਹਿਦ ਸਾਹਿਬ ਨੂੰ ਥੈਂਕ ਯੂ ਹਲੀਮਤ ਸਾਹਿਬਾ ਨੂੰ ਥੈਂਕ ਯੂ ਔਰ ਬਾਕੀ ਤੁਹਾਡੀ ਸਾਰੀ ਆਡੀਅנס ਦਾ ਥੈਂਕਸ ਮੈਂ ਇਹੀ ਕਵਾਂਗਾ ਕਿ ਚੰਗੇ ਲਿਖਦੇ ਰਹੋ ਖੁਸ਼ ਵਸੋ ਤੇ ਪੰਜਾਬੀ ਨੂੰ ਹੋਰ ਪਰਫੁੱਲਤ ਕਰਦੇ ਰਹੋ ਇਹਨਾਂ ਵਿਚਾਰਾਂ ਨਾਲ ਮੈਂ ਤੁਹਾਡਾ ਇੱਕ ਵਾਰ ਫਿਰ ਧੰਨਵਾਦ ਥੈਂਕ ਯੂ ਥੈਂਕ ਯੂ ਜਗਮਾਨ ਜੀ ਐਂਡ ਥੈਂਕ ਯੂ ਸ਼ੁਕਰੀਆ ਜੀ ਸਾਰਿਆਂ ਦਾ ਗੋਰਾ ਸਾਹਿਬ ਸਾਰਿਆਂ ਦਾ ਔਰ ਸਾਰੀ ਆਡੀਅנס ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਸੁਣਿਆ ਥੈਂਕ ਯੂ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ